ਮੈਂ ਜਿੱ ਪਿਛੋਂ ਪੰਜਾਬ ਤੋਂ ਪਟਿਆਲੇ ਤੋਂ ਆਂ ਪਟਿਆਲਾ ਜ਼ਿਲ੍ਹਾ ਨਾਭੇ ਤੋਂ ਆ ਸੀ ਵੈਸੇ ਤੇ ਜ਼ਿਆਦਾ ਰਹਿ ਸੰਗਰੂਰ ਜ਼ਿਲ੍ਹੇ ਦੀ ਰਹੀ ਐ ਸੰਗਰੂਰ ਜ਼ਿਲ੍ਹੇ ਚ ਰਹੇ ਆ ਸੰਗਰੂਰ ਸ਼ਹਿਰ ਚ ਮੈਂ ਰਿਹਾ ਉੱਥੇ ਪੜਿਆ ਫਿਰ ਅਸੀਂ ਮੁਹਾਲੀ ਚ ਆ ਗਏ ਸੀਗੇ ਮੁਹਾਲੀ ਮੇਰੀ ਸਾਰੀ ਸਕੂਲਿੰਗ ਰਹੀ ਐ ਫਿਰ ਚੰਡੀਗੜ੍ਹ ਤੋਂ ਮੈਂ ਲਾਅ ਕੀਤੀ ਐ ਚੰਡੀਗੜ੍ਹ ਦੀ ਸਕੂਲਿੰਗ ਫਿਰ ਚੰਡੀਗੜ੍ਹ ਤੋਂ ਲਾਅ ਤੇ ਪੰਜਾਬ ਯੂਨੀਵਰਸਿਟੀ ਤੋਂ 5 ਇਅਰ ਲਾਅ ਕੀਤੀ ਐ ਮੈਂ ਤੇ ਉਹ 2016 ਚ ਮੇਰੀ ਲਾਅ ਹੋ ਗਈ ਸੀ ਫਿਰ ਉਸ ਤੋਂ ਬਾਅਦ ਦਿੱਲੀ ਵੀਰੇ ਆ ਦੋ ਸਾਲ ਮੈਂ ਪੜਦਾ ਸੀਗਾ ਮੈਂ ਤੇ ਪ੍ਰੈਕਟਿਸ ਕੀਤੀ ਉਹ ਤੋਂ ਬਾਅਦ ਪਟਿਆਲਾ ਡਿਸਟ੍ਰਿਕਟ ਕੋਰਟ ਦੇ ਵਿੱਚ ਫਿਰ ਉੱਥੇ 2 ਸਾਲ ਪ੍ਰੈਕਟਿਸ ਪਟਿਆਲਾ ਕੀਤੀ ਉਹ ਤੋਂ ਬਾਅਦ ਫਿਰ ਮੇਰਾ ਕੈਨੇਡਾ ਉਹਦਾ ਪਲਾਨ ਬਣ ਗਿਆ ਫਿਰ ਕੈਨੇਡਾ ਆ ਗਏ ਨਹੀਂ 2019 ਚ ਜੂਨ ਚ ਓਕੇ 2019 ਜੂਨ ਚ ਫਿਰ ਮੈਂ ਕੈਨੇਡਾ ਆ ਗਿਆ ਸੋ ਹੁਣ ਅਗਲੇ ਮਹੀਨੇ 4 ਸਾਲ ਹੋ ਜਾਣਗੇ ਮੈਨੂੰ ਕੈਨੇਡਾ ਦੇ ਠੀਕ ਹੈ ਹਾਂਜੀ ਫਿਰ ਆ ਕੇ ਜਦੋਂ ਕੈਨੇਡਾ ਆਏ ਤਾਂ ਆਂਦੇ ਹੀ ਫਿਰ ਮੈਂ ਲਾਅ ਦਾ ਪ੍ਰੋਸੈਸ ਸ਼ੁਰੂ ਕਰਤਾ ਆਪਣਾ ਨਾਲ ਦੀ ਨਾਲ ਲਾਇਸੈਂਸ ਲੈਣ ਦਾ ਸੋ ਪਹਿਲਾਂ 6 ਇਗਜ਼ਾਮ ਦਿੱਤੇ ਮੈਂ ਕੈਨੇਡੀਅਨ ਸਬਜੈਕਟਸ ਦੇ ਜਿਸ ਨਾਲ ਕਿ ਮੇਰੀ ਇੰਡੀਆ ਦੀ ਲਾ ਦੀ ਡਿਗਰੀ ਇੱਥੇ ਦੇ ਲਾ ਦੀ ਡਿਗਰੀ ਦੇ ਬਰਾਬਰ ਆ ਗਈ। ਫਿਰ ਉਹਨਾਂ ਨੂੰ ਐਨਸੀਏ ਇਗਜ਼ਾਮਸ ਕਹਿੰਦੇ ਆਪਾਂ। ਫਿਰ ਉਦੋਂ ਬਾਅਦ ਮੈਂ ਲਾਇਰ ਲਾਇਸੈਂਸਿੰਗ ਪ੍ਰੋਸੈਸ 'ਤੇ ਆ ਗਿਆ। ਇੱਕ ਬੈਰਿਸਟਰ ਦਾ ਇਗਜ਼ਾਮ ਹੁੰਦਾ, ਇੱਕ ਸੋਲੀਸਿਟਰ ਦਾ ਇਗਜ਼ਾਮ ਹੁੰਦਾ। ਉਹਦੇ ਉੱਤੇ 10 ਮਹੀਨੇ ਦੀ ਫਿਰ ਇੰਟਰਨਸ਼ਿਪ ਹੁੰਦੀ ਐ, ਇੱਕ ਟ੍ਰੇਨਿੰਗ ਪੀਰੀਅਡ ਹੁੰਦਾ ਲਾਇਰ ਨਾਲ ਤੁਸੀਂ ਕੰਮ ਕਰਨਾ ਹੁੰਦਾ। ਉਹ ਕਰਨ ਤੋਂ ਬਾਅਦ ਲਾਇਸੈਂਸ ਮਿਲਿਆ। ਸੋ ਲਾਇਸੈਂਸ ਮੈਨੂੰ ਮਿਲਿਆ ਲਾਸਟ ਈਅਰ ਫ फेब्रुवारी ਦੇ ਵਿੱਚ। ਸੋ ਉਦੋਂ ਪਹਿਲਾਂ ਮੈਂ ਕ੍ਰਿਮੀਨਲ ਲਾ ਫਰਮ ਦੇ ਨਾਲ ਕੰਮ ਕਰਦਾ ਸੀਗਾ। ਅ ਇਨਟਰਨ ਕਾਲੋ ਰਿਸਿਸਟੈਂਟ ਫਿਰ ਬਾਅਦ ਆਰਟਿਕਲਿੰਗ ਰੇਟ੍ਰੇਨਿੰਗ ਵੀ ਮੋਂਨਾਂ ਨੇ ਕੀਤੀ ਆਪਣੀ ਜਦੋਂ ਤੱਕ ਮੈਨੂੰ ਲਾਇਸੈਂਸ ਮਿਲਿਆ ਸੋ ਲਾਇਸੈਂਸ ਮਿਲਣ ਤੋਂ ਬਾਅਦ ਮੈਂ ਨਾਲ ਦੀਨ ਆਪਣੀ ਫਰਮ ਖੋਲ੍ਹ ਲਈ ਹਾਂਜੀ ਜਸ ਲੀਗਲਸ ਤੇ ਫਿਰ ਮੈਂ ਹੁਣ ਕ੍ਰਿਮੀਨਲ ਲਾਅ ਦੇ ਵਿੱਚ ਹੀ ਫੋਕਸ ਕਰਦਾ ਤੇ ਮੇਰੇ ਪੰਜ ਆਫਿਸਿਸ ਨੇ ਟੋਰਾਂਟੋ ਡਾਊਨਟਾਊਨਸ ਕਾਰਬੋ ਮਿਸਿਸਾਗਾ ਕਿਚਨਰ ਐਂਡ ਹੈਮਿੰਟਨ ਪਰ ਜਿਹੜੇ ਕੇਸਿਸ ਨੇ ਮੈਂ ਉਹ ਸਾਰੇ ਸਦਨ ਟੈਰੀਓ ਦੀ ਕੋਰਟ ਦੇ ਵਿੱਚ ਅਪੀਅਰ ਹੁੰਨਾ ਜਿਵੇਂ ਸਾਰਨੀਆਂ ਤੋਂ ਲੈ ਕੇ ਨਾਇਗਰਾ ਫਾਲਸ ਬੈਰੀ ਜੀਟੀਏ ਤਹਈ ਹੈ ਲੰਡਨ, ਆਟਵਾ, ਕੌਰਨਵਾਲ ਸਾਰੇ ਪਾਸੇ ਮੈਂ ਅਪੀਅਰ ਹੋਣਾ। ਸੋ ਕ੍ਰਿਮੀਨਲ ਲਾ ਦੀ ਪ੍ਰੈਕਟਿਸ ਹੈ ਮੇਰੀ। ਐਂਡ ਮੋਸਟਲੀ ਥੋੜਾ ਵਾ ਵਾਸਤਵਿਕ ਇਹਨੇ ਮੇਰੇ ਹਿਸਾਬ ਨਾਲ ਬਰਾਊਨ ਆਪਣੀ ਕਮਿਊਨਿਟੀ ਦੇ ਨਾਲ ਹੀ ਪੈਂਦਾ ਜਾਂ ਫਿਰ ਆਪਣੀ ਕਮਿਊਨਿਟੀ ਨਾਲ ਜ਼ਿਆਦਾ। ਉਹਦਾ ਰੀਜ਼ਨ ਵੀ ਇਹ ਹੈ ਕਿ ਮੈਂ ਨਵਾਂ ਹਲੇ। ਮੈਨੂੰ ਸਾਲ ਤੋਂ ਥੋੜਾ ਜਿਹਾ ਉੱਪਰ ਹੀ ਹੋਇਆ ਪ੍ਰੈਕਟਿਸ ਕਰਤੇ। ਜਦੋਂ ਤੁਸੀਂ ਨਵੇਂ ਹੁੰਨੇ ਹੋ, ਇੱਕ ਨੈਚੁਰਲ ਟੈਂਡੈਂਸੀ ਹੈ ਕਿ ਹਰਟ ਕਮਿਊਨਿਟੀ ਆਪਣੇ ਬੰਦੇ ਆਪਣੀ ਕਮਿਊਨਿਟੀ ਦੇ ਬੰਦੇ ਨਾਲ ਹੀ ਗੱਲ ਕਰਨਾ ਪਸੰਦ ਕਰਦੀ ਹੈ। ਜਦੋਂ ਤੁਸੀਂ ਪੁਰਾਣੇ ਹੋ ਜਾਂਦੇ ਹੋ 5-7 ਸਾਲ 10 ਸਾਲ ਦੀ ਪ੍ਰੈਕਟਿਸ ਹੋ ਜਾਂਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਜਦ ਤੁਹਾਡਾ ਨਾਮ ਬਣ ਜਾਂਦਾ ਫਿਰ ਬੰਦੇ ਤੁਹਾਡਾ ਹੋਰ ਚੀਜ਼ਾਂ ਨਹੀਂ ਦੇਖਦੇ ਫਿਰ ਤੁਹਾਡੀ ਸਕਿੱਲ ਦੇਖਦੇ ਨੇ ਵੀ ਹਾਂ ਇਹ ਮਸ਼ਹੂਰ ਬੰਦਾ ਟਿਲ देन ਫੇਸ ਵੈਲਿਊ ਵੀ ਬਣ ਜਾਂਦੀ ਹੈ ਨਾ ਫੇਸ ਵੈਲਿਊ ਬਣ ਜਾਂਦੀ ਹੈ ਉਦੋਂ ਪਹਿਲਾਂ ਬੰਦਾ ਸੋਚੀਦਾ ਦੇਖਦਾ ਵੀ ਚੱਲ ਆਪਣੀ ਕਮਿਊਨਿਟੀ ਦਾ ਬੰਦਾ ਆਪਣੀ ਲੈਂਗੁਏਜ ਸਮਝਦਾ ਸਾਡੀ ਗੱਲ ਸਮਝੇਗਾ ਸਾਡੀ ਸਿਚੁਏਸ਼ਨ ਸਮਝੇਗਾ ਦੂਸਰੀ ਕਮਿਊਨਿਟੀ ਕੋਲ ਜਾਣ ਨੂੰ ਬੰਦਾ ਹਿਚਕਦਾ ਸੋ ਚੀਜ਼ਾਂ ਹੁੰਦੀਆਂ ਨੇ ਹਾਂ ਜ਼ਿਆਦਾਤਰ ਮੇਰੇ ਪੰਜਾਬੀ ਇੰਡੀਅਨ ਕਹਿ ਲੋ ਪਾਕਿਸਤਾਨੀ ਬੰਗਲਾਦੇਸ਼ੀ ਸ਼੍ਰੀਲੰਕਾ ਮਤਲਬ ਸਾਊਥ ਏਸ਼ੀਅਨ ਕਲਾਇੰਟਸ ਕਹ ਲੋ ਤੁਸੀਂ ਸਾਊਥ ਏਸ਼ੀਅਨ ਕਲਾਇੰਟਸ ਆ ਮੇਰਾ ਵਾ ਅਫਗਾਨੀ ਅਫਗਾਨਿਸਤਾਨ ਦੇ ਬੰਦੇ ਨੇ ਤੇ ਭਾਈ ਮੈਂ ਤੁਸੀਂ ਉਥੋਂ ਦਾ ਵੀ ਲਾਅ ਦੇਖਿਆ ਇਥੋਂ ਦਾ ਵੀ ਦੇਖਿਆ ਵੀ ਲਾਅ ਤਾਂ ਕਹਿੰਦੇ ਨੇ ਉਹੀ ਹੈ ਅੰਗਰੇਜ਼ਾਂ ਦਾ ਟਾਈਮ ਦਾ ਜਿਹੜੇ ਉਹ ਦੇ ਕੇ ਗਏ ਨੇ ਹਨਾ 90s 80s ਦੇ ਟਾਈਮ ਦਾ अर्ली 70s ਦਾ ਲਾਅ ਆ ਜਿਹੜਾ ਚੱਲਦਾ ਤੇ ਪਰ ਜਿਹੜਾ ਇੱਕ ਪ੍ਰੋਸੀਜਰਲ ਡਿਫਰੈਂਸ ਹੈ ਕੈਨੇਡਾ ਦਾ ਕੈਲ ਗਿਆ ਇੰਡੀਆ ਦਾ ਕੈਲ ਗਿਆ ਜ਼ਮੀਨ ਅਸਮਾਨ ਦਾ ਫਰਕ ਹੈ ਤੁਸੀਂ ਦੋਵੇਂ ਪਾਸੇ ਦਾ ਜਿਹੜਾ ਕਹਿੰਦੇ ਨਮਕ ਟੇਸਟ ਕਰਕੇ ਆਏ ਆ ਲਾਅ ਦਾ ਸੋ ਤੁਹਾਨੂੰ ਇੰਡੀਆ ਤੇ ਕੈਨੇਡਾ ਦੇ ਲਾਅ ਦੇ ਅੰਦਰ ਡਿਫਰੈਂਸ ਕੀ ਲੱਗਦਾ ਆਈ ਗੈਸ ਪੇਪਰ ਬੁੱਕ ਤਾਂ ਸੇਮ ਹੀ ਹੋਣਾ ਪ੍ਰੋਸੈਸ ਤਾਂ ਸੇਮ ਹੀ ਆ ਹਾਂਜੀ ਲਾਅ ਜੀ ਦੇਖੋ ਦੋਨਾਂ ਨੇ ਇੰਗਲੈਂਡ ਤੋਂ ਹੀ ਲਿਆ ਹਾਂ ਤੇ ਕੈਨੇਡਾ ਤਾਂ ਹਲੇ ਤੱਕ ਵੀ ਇੱਕ ਤਰ੍ਹਾਂ ਸਿੰਬੋਲਿਕਲੀ ਇੰਗਲੈਂਡ ਦੇ ਅੰਦਰ ਹੀ ਹੈ ਤੇ ਮੋਨਾਰਕੀ ਕਨਸਟੀਟਿਊਸ਼ਨਲ ਮੋਨਾਰਕੀ ਕਹਦੀ ਹੈ ਇਹਨੂੰ ਜਿਹਨੂੰ ਆਪਾਂ ਤੇ ਇੰਡੀਆ ਦੇ ਵਿੱਚ ਵੀ ਲਾਅ ਬਹੁਤ ਅੱਛਾ ਹੈ ਇੰਡੀਆ ਦਾ ਕਨਸਟੀਟਿਊਸ਼ਨ ਬਹੁਤ ਵਧੀਆ ਕਨਸਟੀਟਿਊਸ਼ਨ ਆ ਲਓ ਉੱਥੇ ਵੀ ਬਹੁਤ ਅੱਛਾ ਲਓ ਇੱਥੇ ਵੀ ਅੱਛਾ ਹੈ ਪਰ ਫਰਕ ਆ ਜਾਂਦਾ ਜੀ ਇੰਪਲੀਮੈਂਟੇਸ਼ਨ ਦੇ ਵਿੱਚ ਜਦੋਂ ਆਪਾਂ ਇੰਪਲੀਮੈਂਟ ਕਰਦੇ ਹਾਂ ਲਾਅ ਨੂੰ ਇੰਪਲੀਮੈਂਟ ਕਰਨ ਲਈ ਲਾਅ ਨੂੰ ਪੁਲਿਸ ਬਣੀ ਹੋਈ ਹੈ ਜਿਹੜੀ ਕਿ ਲਾਅ ਨੂੰ ਐਨਫੋਰਸ ਕਰਦੀ ਹੈ ਵੀ ਆਹ ਲਾਅ ਹੈ ਉਹਨੂੰ ਇਹ ਪਾਲਣਾ ਹੋਵੇ ਉਹਦੀ ਫਿਰ ਕੋਰਟਸ ਬਣੀਆਂ ਹੋਈਆਂ ਜੇ ਕੋਈ ਲਾਅ ਬ੍ਰੇਕ ਕਰਦਾ ਪੁਲਿਸ ਅਰੈਸਟ ਕਰਦੀ ਹੈ ਕੋਰਟਸ ਉਹਨੂੰ ਫਿਰ ਦੇਖਦੀਆਂ ਨੇ ਕਿ ਇਸ ਬੰਦੇ ਦੇ ਦੋਸ਼ੀ ਹੈ ਕਿ ਨਹੀਂ ਹੈ ਜਾਂ ਜੇ ਦੋਸ਼ੀ ਹੈ ਤਾਂ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਸੋ ਜਿਹੜਾ ਇੰਪਲੀਮੈਂਟੇਸ਼ਨ ਦਾ ਐਸਪੈਕਟ ਹੈ ਮੈਨੂੰ ਲੱਗਦਾ ਕਿ ਉਹ ਕੈਨੇਡਾ ਦੇ ਵਿੱਚ ਬੈਟਰ ਹੈ ਇ ਪਰ ਲਾਅ ਮੈਂ ਕਹੂੰਗਾ ਦੋਨੋਂ ਪਾਸੇ ਸਿਮਿਲਰ ਹੀ ਹੈ ਉਧਰ ਵੀ ਲਾਅ ਬਹੁਤ ਵਧੀਆ ਹੈ ਬਸ ਇਹ ਹੈ ਕਿ ਜੇ ਉਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨ ਦਿੱਤਾ ਜਾਵੇ ਪੁਲਿਸ ਨੂੰ ਤੇ ਏਜੰਸੀਜ਼ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਇੰਡੀਪੈਂਡੈਂਸ ਹੋਵੇ ਥੋੜੀ ਜੀ ਆਈ ਥਿੰਕ ਉੱਥੇ ਵੀ ਬਹੁਤ ਵਧੀਆ ਕਮਾਲ ਹੋਏਗਾ ਗੱਲ ਉਹੀ ਹੈ ਵੀ ਲਾਅ ਮੇਕਰ ਸੇਮ ਨੇ ਲਾਅ ਇਨਫੋਰਸਰ ਡਿਫਰੈਂਟ ਨੇ ਜੇ ਲਾਅ ਇਨਫੋਰਸਰ ਸੇਮ ਹੋ ਜਾਣ ਤੇ ਲਾਅ ਅਬਾਈਡਰ ਵੀ ਤਕਰੀਬਨ ਇੱਥੋਂ ਦਾ ਲਾਅ ਵੀ ਫਿਰ ਇੰਡੀਆ ਦੇ ਤਕਰੀਬਨ ਹੀ ਚੱਲੇਗਾ ਬਿਲਕੁਲ ਕਿਉਂਕਿ ਉਹ ਇੰਡੀਆ ਚ ਕੀ ਹੈ ਜੀ ਬੇਸਿਕਲੀ ਹਰ ਚੀਜ਼ ਦੇ ਵਿੱਚ ਥੋੜਾ ਜਿਹਾ ਪੋਲਿਟਿਕਲ ਇੰਟਰਫੀਰੈਂਸ ਤੇ ਪ੍ਰੈਸ਼ਰ ਹੁੰਦਾ ਇੰਡੀਆ ਦੇ ਵਿੱਚ ਇੱਥੇ ਨਹੀਂ ਹੈਗਾ ਇੱਥੇ ਨਹੀਂ ਹੈਗਾ ਜੀ ਇੱਥੇ ਮੈਂ ਇਹਨਾਂ ਦਾ ਦੇਖਿਆ ਵੀ ਹਾਇਰ ਬਿਊਰੋਕਰੇਸੀ ਦੇ ਅੰਦਰ ਥੋੜਾ ਬਹੁਤ ਤਾਂ ਹੈਗਾ ਅੰਟਿਲ ਯੂ ਗੈਟ ਕਾਟ ਪਹਿਲਾਂ ਜੇ ਮੈਂ ਸਪੈਸੀਫਿਕਲੀ ਕ੍ਰਿਮੀਨਲ ਲਾਅ ਦੀ ਗੱਲ ਕਰਾਂ ਕਿ ਜੱਜਾਂ ਨੂੰ ਲੈ ਕੇ ਜਾਂ ਸਰਕਾਰੀ ਵਕੀਲਾਂ ਨੂੰ ਲੈ ਕੇ ਕ੍ਰਿਮੀਨਲ ਕੇਸਿਸ ਦੇ ਵਿੱਚ ਕ੍ਰਿਮੀਨਲ ਕੇਸਿਸ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ 'ਚ ਕੋਈ ਕ腐ਸ਼ਨ ਜਾਂ ਪਾਰਸ਼ੀਅਲਟੀ ਜਾਂ ਪ੍ਰੈਸ਼ਰ ਨਹੀਂ ਹੈਗਾ ਅ ਜੇ ਆਪਾਂ ਕਹਿ ਦਈਏ ਵੀ ਹਾਂ ਵੱਡੇ ਲੈਵਲ ਤੇ ਕਿਤੇ ਨਾ ਕਿਤੇ ਕੁਝ ਨਾ ਕਿਤੇ ਦਾ ਆਬਵੀਅਸਲੀ ਦੇਖੋ ਹਿਊਮਨ ਟੈਂਡੈਂਸੀ ਹੈ ਤੁਸੀਂ ਕਿਸੇ ਵੱਡੇ ਲੈਵਲ ਤੇੋਂ ਤੁਹਾਨੂੰ ਕੋਈ ਕੋਈ ਬੰਦਾ ਜਾਣਦਾ ਕੋਈ ਜੱਜ ਜਾਣਦਾ ਕੋਈ ਜਾਣਦਾ ਪਰਸਨਲ ਲੈਵਲ ਤੇ ਤੁਹਾਨੂੰ ਕੋਈ ਅੰਦਰੋਂ ਅੰਦਰੀ ਫੇਵਰ ਕਰਦੇ ਉਹਨੂੰ ਆਪਾਂ ਕਹਿ ਨਹੀਂ ਸਕਦੇ ਪਰ ਐਵੇਂ ਦੀ ਇੰਨੀ ਪ੍ਰੈਵਲੈਂਟ ਚੀਜ਼ ਨਹੀਂ ਹੈਗੀ ਕਿ ਆਮ ਬੰਦੇ ਨੂੰ ਪਤਾ ਲੱਗੇ ਜਾਂ ਮੈਂ ਕਹਾ ਹੁਣ ਮੈਂ ਕ੍ਰਿਮਨਲ ਜਸਟਿਸ ਸਿਸਟਮ ਦੇਖਿਆ ਹੋਇਆ ਜਿਨ੍ਹਾਂ ਨਾਲ ਮੈਂ ਪਹਿਲਾਂ ਕੰਮ ਸਿੱਖਿਆ ਜਿਨ੍ਹਾਂ ਤੋਂ ਉਹਨਾਂ ਨੂੰ 40 ਸਾਲ ਹੋ ਗਏ ਪ੍ਰੈਕਟਿਸ ਕਰਦੇ ਤਾਂ ਉਹਨਾਂ ਨੇ ਤਾਂ ਸਾਰਾ ਕੁਝ ਦੇਖਿਆ ਹੋਇਆ ਉਹਨਾਂ ਨੇ ਵੀ ਕਦੇ ਮੈਨੂੰ ਦੱਸਿਆ ਨਹੀਂ ਮੈਂ ਉਹਨਾਂ ਨਾਲ ਸਾਰੀ ਜੱਜਸ ਦੇ ਨਾਲ ਮਿਲਿਆ ਹੋਇਆ ਮੈਂ 온ਟਾਰੀਓ ਦੀ ਹਰ ਕੋਰਟ ਦੇ ਵਿੱਚ ਗਿਆ ਹੋਇਆ ਸੋ ਨਾ ਉਹਨਾਂ ਨੇ ਮੈਨੂੰ ਕੋਈ ਦੱਸਿਆ ਨਾ ਹੀ ਮੈਨੂੰ ਕਦੇ ਫੀਲ ਹੋਇਆ ਕਿ ਕੋਈ ਪਾਰਸ਼ੈਲਿਟੀ ਹੈਗੀ ਹੈ ਇਨਫੈਕਟ ਪਿੱਛੇ ਜੇ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਅਲਬਰਟਾ ਦੇ ਵਿੱਚ ਕੇਸ ਹੋਇਆ ਸੀਗਾ ਜਿਹਦੇ ਵਿੱਚ ਕੋਈ ਪਾਸਟਰ ਸੀਗਾ ਜਿਹੜਾ ਪਾਦਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਬੰਦੇ ਹੁੰਦੇ ਨੇ ਉਹ ਉਹਦੇ ਉੱਪਰ ਕੋਈ ਕੇਸ ਹੋ ਗਿਆ ਸੀ ਤੇ ਅਲਬਰਟਾ ਦੀ ਪ੍ਰੀਮੀਅਰ ਦਾ ਜਿਹੜਾ ਉਦੋਂ ਦੀ ਪ੍ਰੀਮੀਅਰ ਅਲਬਰਟਾ ਦੀ ਉਹਦਾ ਨੋਨ ਸੀਗਾ ਅੱਛਾ ਅਲਬਰਟਾ ਦੀ ਪ੍ਰੀਮੀਅਰ ਨੇ ਬੜਾ ਕਹਿੰਦੇ ਵੀ ਹੁਣ ਰਿਪੋਰਟਸ ਆਈਆਂ ਨੇ ਵੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸ ਤਰਫਾ ਦਫਾ ਹੋ ਜੇ ਜੋ ਮੀਡੀਆ ਤੇ ਰਿਪੋਰਟਸ ਹੋਣੀਆਂ ਨੇ ਪਰ ਕੋਈ ਗੱਲ ਨਹੀਂ ਬਣੀ ਹੈਗੀ ਉਸ ਬੰਦੇ ਨੂੰ ਸਜ਼ਾ ਹੋ ਗਈ ਹੈ ਹੁਣ ਤਿੰਨ ਚਾਰ ਦਿਨ ਪਹਿਲਾਂ ਆਇਆ ਸੀਗਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਇੱਥੇ ਹਾਂ ਇਕਾ ਦੋਕਾ ਕੋਈ ਵਿਚੋਂ ਵਿਚੋਂ ਹੋਗੇ ਹੋਗੇ ਪਰ ਅਦਰਵਾਇਸ ਕੋਈ ਐਵੇਂ ਨਹੀਂ ਹੈਗਾ ਕਿ ਕੋਈ ਇੱਕ ਸਿਸਟਮ ਅੱਛਾ ਹੈ ਉਹ ਵਧੀਆ ਸਿਸਟਮ ਤੇ ਕੈਨੇਡਾ ਦਾ ਲਾਅ ਕਿਤੇ ਨੇ ਕਿਤੇ ਲੀਨਿਐਂਟ ਹੈ ਕਿ ਨਹੀਂ ਕਿ ਸਿਰਫ ਗੱਲਾਂ ਹੀ ਨੇ ਵੀ ਜਿੰਨੀ ਦੇਰ ਤੱਕ ਯੂ ਆਰ ਫ੍ਰੀ ਅੰਟਲ ਯੂ ਗੈਟ ਕਾਟ ਕਿਸ ਤਰ੍ਹਾਂ ਨੂੰ ਤੁਸੀਂ ਲੀਨੀਅਰ ਕਿਵੇਂ ਕਹਿ ਰਹੇ ਹੋ ਓਕੇ ਨੂਵਾ ਸਕੋਸ਼ਾ ਜਿਹੜਾ ਕੇਸ ਹੋਇਆ ਟਰੂਰੋ ਉੱਥੇ ਬੰਦੇ ਨੇ ਮਰਡਰ ਕੀਤਾ ਆਪਣੇ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਵਾਲੇ ਤੇ ਉੱਥੇ ਕਾਫੀ ਚੀਜ਼ਾਂ ਹੋਈਆਂ ਉਹਨੂੰ ਐਟ ਦ ਐਂਡ ਥਰੂ 9 ਸਾਲ ਦੀ ਸਜ਼ਾ ਹੋਈ ਆ ਤੇ ਸਜ਼ਾ ਦੇ ਵਿੱਚ ਮੇਨ ਜਿਹੜੀ ਚੀਜ਼ ਮੂਟੋ ਰੱਖੀ ਗਈ ਕਿ ਉਹ ਬੰਦਾ ਉਹਨੂੰ ਜਾਣਦਾ ਨਹੀਂ ਸੀਗਾ ਵਿਦਆਊਟ ਮੋਟਿਵ ਉਹਦਾ ਮਰਡਰ ਹੋਇਆ ਤਾਂ ਕਰਕੇ ਕਹਿੰਦੇ ਕਿ ਕੋਈ ਲਾਈਕ ਕੋਈ ਨਾਊ ਟੂ ਕੀ ਕਹਿੰਦੇ ਆਪਣਾ ਰੇਸਿਜ਼ਮ ਵੀ ਨਹੀਂ ਸ਼ੋ ਕੀਤਾ ਗਿਆ ਨਾ ਉਹਨੂੰ ਹੇਟ ਕ੍ਰਾਈਮ ਕਿਹਾ ਗਿਆ ਬਸ ਜਸਟ ਉਹਨੂੰ ਕਹਤਾ ਕਿ ਇਹਨੇ ਮਾਰਤਾ ਸੀਗਾ ਤੇ ਉਹਦੇ ਲਈ ਫੀਲ ਸੌਰੀ ਕਰਦਾ ਪਰ ਇਹਨੂੰ 9 ਸਾਲ ਦੀ ਸਜ਼ਾ ਦਿੱਤੀ ਗਈ ਸਿਰਫ ਕਿ ਕੋਈ ਇਸ ਤੋਂ ਵੱਧ ਨਹੀਂ ਕੀਤਾ ਗਿਆ ਓਕੇ ਦੇਖੋ ਜੀ ਐਂ ਗੱਲ ਕਿ ਪਾਰਟਿਕੂਲਰ ਉਸ ਕੇਸ ਬਾਰੇ ਚਲੋ ਮੈਂ ਇੰਨਾ ਡਿਟੇਲਸ ਕਮੈਂਟ ਨਹੀਂ ਕਰੂੰਗਾ ਕਿਉਂਕਿ ਹਰ ਕੇਸ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਬਾਹਰੋਂ ਨਹੀਂ ਦੇਖ ਸਕਦੇ ਹੁੰਦੇ ਹਨਾ ਦੇਖੋ ਪਹਿਲੀ ਗੱਲ ਤਾਂ 9 ਸਾਲ ਦੀ ਸਜ਼ਾ ਵੀ ਬਹੁਤ ਹੁੰਦੀ ਹੈ 9 ਸਾਲ ਜੇਲ੍ਹ ਚ ਰਹਿਣਾ ਮਤ ਨੂੰਨ ਸਾਲ ਦੇ ਵਿੱਚ ਇਹ ਵੀ ਨਹੀਂ ਹੈ ਕਿ ਆਪਣਾ ਪੇਰੋਲ ਤੇ ਗੁੱਡ ਬਿਹੇਵੀਅਰ ਤੇ ਕੁਛ ਇਦਾਂ ਕਰ ਸਕਦਾ ਪਰੋਲ ਤੇ ਆ ਸਕਦਾ ਬੰਦਾ ਬਾਹਰ ਪਰ ਮਰਡਰ ਲਈ ਨਾ ਪਰੋਲ ਕੁਝ ਸਾਲ ਹੁੰਦੇ ਨੇ ਵੀ ਉਦੋਂ ਪਹਿਲਾਂ ਤੁਸੀਂ ਐਲੀਜੀਬਲ ਹੀ ਨਹੀਂ ਹੁੰਦੇ ਪਰੋਲ ਲਈ ਅ ਜੇ ਮਰਡਰ ਜਾਂ ਮੈਂਸਲਟਰ ਲਈ ਤੁਸੀਂ ਅੰਦਰ ਹੋ ਜਉ ਗੱਲ ਇਹ ਹੈ ਜੀ ਮੈਂ ਫਿਰ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਕੈਨੇਡਾ ਦਾ ਲਾਅ ਅਕਸਰ ਮੈਨੂੰ ਪੁੱਛਿਆ ਜਾਂਦਾ ਵੀ ਲੀਨਿਐਂਟ ਹੈ ਜੀ ਬਹੁਤ ਜ਼ਿਆਦਾ ਮੈਂ ਕਹੂੰਗਾ ਲੀਨਿਐਂਟ ਨਹੀਂ ਹੈਗਾ ਪਰ ਬੰਦੇ ਦੇ ਰਾਈਟਸ ਨੂੰ ਜ਼ਿਆਦਾ ਹੋਰੇ ਵੈਲਿਊ ਕੀਤਾ ਜਾਂਦਾ ਬੰਦਿਆਂ ਦੇ ਰਾਈਟਸ ਰਾਈਟਸ ਜੀ ਐਵੇਂ ਦੀ ਚੀਜ਼ ਹੈ ਰਾਈਟਸ ਇੱਕ ਕਹਿ ਲਓ ਕਿ ਬਿਮਾਰੀ ਹੈਲਥ ਵਰਗੀ ਚੀਜ਼ ਹੈ ਗੁੱਡ ਹੈਲਥ ਜਦੋਂ ਤੱਕ ਆਪਣੀ ਸਿਹਤ ਵਧੀਆ ਹੁੰਦੀ ਹੈ ਨਾ ਆਪਾਂ ਕਹਿੰਦੇ ਆ ਜੀ ਪੈਸਾ ਬੜਾ ਜ਼ਰੂਰੀ ਹੈ ਘਰ ਬੜੀ ਜ਼ਰੂਰੀ ਹੈ ਆ ਬੜਾ ਜ਼ਰੂਰੀ ਹੈ ਘਰ ਬਣ ਜੇ ਦੋ ਹੋ ਜਾਣ ਚਾਰ ਹੋ ਜਾਣ ਜਦੋਂ ਬੰਦਾ ਬਿਮਾਰ ਹੋ ਜੇ ਬੰਦਾ ਕਹਿੰਦਾ ਮੈਂ ਪਹਿਲਾਂ ਠੀਕ ਹੋ ਜਾ ਆ ਬਾਕੀ ਦਾ ਸਾਰਾ ਕੁਝ ਚਲਾ ਜਾਏ ਮੈਂ ਬਸ ਵਧੀਆ ਹੋ ਜਾ ਹੈਲਥ ਮੇਰੀ ਵਧੀਆ ਰਹੇ ਹੈ ਹਨਾ ਉਦੋਂ ਤੱਕ ਬੰਦੇ ਨੂੰ ਫਿਰ ਭੁੱਲ ਜਾਂਦਾ ਐਵੇਂ ਹੀ ਰਾਈਟਸ ਨੇ ਰਾਈਟਸ ਨਾ ਆਪਾਂ ਨੂੰ ਕਿਉਂਕਿ ਮਿਲੇ ਹੋਏ ਨੇ ਸੌਖੇ ਆਪਾਂ ਨੂੰ ਲੱਗਦਾ ਯਾਰ ਇਹ ਕਿੱਡੀ ਗੱਲ ਹੈ ਇਹਦਾ ਇਹਦਾ ਸਾਡਾ ਹੱਕ ਹੀ ਹੈ ਇਹ ਤਾਂ ਹੋਣਾ ਹੀ ਚਾਹੀਦੇ ਨੇ ਏਡੀ ਕਿਹੜੀ ਗੱਲ ਹੈ ਪਰ ਜਦੋਂ ਰਾਈਟਸ ਸਾਹਮਣੇ ਤੋਂ ਲੈ ਲੈ ਜਾਂਦੇ ਨੇ ਥੋੜਾ ਨਾ ੱੱਕਾ ਹੋ ਜਾਏ ਲਾਈਫ 'ਚ ਕਦੇ ਫਿਰ ਤੁਹਾਨੂੰ ਅਹਿਮੀਅਤ ਮਹਿਸੂਸ ਹੁੰਦੀ ਹੈ ਕਿ ਇਕੁਅਲ ਰਾਈਟਸ ਦੀ ਕੀ ਵੈਲਿਊ ਹੈ ਤੇ ਸਰਕਾਰ ਜਿਹੜੀ ਰਾਈਟਸ ਨੂੰ ਵੈਲਿਊ ਕਰਦੀ ਹੈ ਉਹ ਸਰਕਾਰ ਕਿੰਨੀ ਵਧੀਆ ਸਰਕਾਰ ਹੈ ਸੋ ਉਹਨਾਂ ਬੰਦਿਆਂ ਤੋਂ ਪੁੱਛ ਕੇ ਦੇਖੋ ਜਿਹੜੇ ਅਜੇ ਕੰਟਰੀਆਂ 'ਚ ਬੈਠੇ ਨੇ ਜਿਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਜਾਂਦੀ ਜਿਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਉਹ ਕਹਿੰਗੇ ਜੀ ਤੁਸੀਂ ਤਾਂ ਸਵਰਗ 'ਚ ਬੈਠੇ ਹੋ ਤੁਹਾਡੇ ਵਰਗੇ ਰਾਈਟ ਸੀ ਕਿਸੇ ਕੋਲ ਹੈ ਨਹੀਂ ਨਹੀਂ ਬਿਲਕੁਲ ਆਪਾਂ ਇੱਥੇ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਵੀ ਇੱਥੋਂ ਦਾ ਆਪਣਾ ਲਾਅ ਇੰਡੀਆ ਦਾ ਐਵੇਂ ਦਾ ਤੇ ਇੱਥੇ ਆ ਕੇ ਆਪਾਂ ਥੋੜਾ ਟਾਈਮ ਰਹਿਨੇ ਹਾਂ ਸਾਲ ਦੋ ਰਏ ਤੇ ਸਾਲ ਦੋ ਬਾਅਦ ਸਾਡੀਆਂ ਗੱਲਾਂ ਬਦਲ ਜਾਂਦੀਆਂ ਨੇ ਵੀ ਇੱਥੋਂ ਦਾ ਲਾਅ ਵੀ ਲੀਨਿਐਂਟ ਹੈ ਤੇ ਉਹੀ ਬਟ ਉਸ ਕੇਸ ਦੇ ਉੱਤੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ ਵੀ 9 ਸਾਲ ਵਾਸ ਇਟ ਇਨਾਫ ਕਿਉਂਕਿ ਉਹਦੇ ਨਾਲ ਹੀ ਮੈਂ ਪਿਕ that was a murder right it was not just be koi accident hoya it was an intentional murder te duje side te hun oh ik apne hi sidhu siga oda front agla naam mainu nahi pata hm hm apne yaar sidhu oh truckar siga te onna to jeda hoya siga school bus drive do stops ae inohne do aap hi negligence aayi onna di main onna nu kise tarike naal defend nahi karde onna ne guilty plead karta ha onna ne guilty plead kita but us cheez nu ik ਉਹਨੇ ਜਾਣ ਕੇ ਨਹੀਂ ਮਾਰਿਆ ਰਾਈਟ ਬਟ ਜਦੋਂ ਤੁਸੀਂ ਦੋ ਸਟਾਪ ਸਾਈਨ ਟੱਪ ਜਾਂਦੇ ਆਪਾਂ ਇਟ ਵਾਸ ਅ ਮਰਡਰ ਕਾਈਂਡ ਆਫ ਆਈ ਅਗਰੀ ਬਟ ਇੱਕ ਰੋਡ ਦੇ ਉੱਤੇ ਸਟਾਪ ਸਾਈਨ ਜਾਣੇ ਅਣਜਾਣੇ ਆਪਾਂ ਵੀ ਟੱਪਦੇ ਆ ਤੇ ਇੱਕ ਕਿਸੇ ਨੂੰ ਤੇਜ਼ ਧਾਰ ਚੀਜ਼ ਦੇ ਨਾਲ ਮਾਰਨਾ ਉਹ ਕੈਨੇਡਾ ਦਾ ਲਾ ਜਦੋਂ ਦੋਵੇਂ ਇੱਕੋ ਚੀਜ਼ ਦੇ ਅੰਦਰ ਰੱਖ ਰਿਹਾ ਸਾਲ ਸਿਰਫ ਇੱਕ ਦਾ ਫਰਕ ਪਿਆ ਇਹਨੂੰ 9 ਦੀ ਮਿਲੀ ਉਹਨਾਂ ਨੂੰ 10 ਸੀ ਤੇ 10 ਤੋਂ ਬਾਅਦ ਬਾਇ ਡਿਫਾਲਟ ਹੀ ਵਿਲ ਬੀ ਗੈਟਿੰਗ ਰਿਪੋਰਟਡ ਸੋ ਜਦੋਂ ਇਨਾਂ ਚੀਜ਼ਾਂ ਵੱਲ ਦੇਖਦੇ ਆ ਐਜ਼ ਇਨ ਕੰਪੈਰੀਜ਼ਨ ਲਾਈਕ ਨੋ ਕੇਸ ਸ਼ੁੱਡ ਬੀ ਕੰਪੇਅਰਡ ਟੂ ਵਨ ਅਨਦਰ ਬਟ ਸਟਿਲ ਇੱਕ ਜੋ ਤੁਸੀਂ ਲੌ ਕਾਈਂਡ ਆਫ ਅੰਦਰ ਰਹਿ ਕੇ ਦੇਖ ਰਹੇ ਹੋ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਪਹਿਲੀ ਗੱਲ ਉਹਨਾਂ ਨੂੰ ਮੇਰੇ ਖਿਆਲ 10 ਸਾਲ ਦੀ ਸਜ਼ਾ ਨਹੀਂ ਮਿਲੀ ਹੈਗੀ ਘੱਟ ਸੀ ਇਹਨੂੰ ਬਾਹਰ ਆ ਗਏ ਨੇ ਮੇਰੇ ਖਿਆਲ ਤਿੰਨ ਕਿਸਾਲ ਹੀ ਉਹਨਾਂ ਨੇ ਅੰਦਰ ਲਾਏ ਨੇ ਬਟ ਉਹ ਸੈਂਟੈਂਸ ਉਹਨੇ ਦੀ ਮਿਲੀ ਆਈ ਗਏ ਸੋ ਪੈਰੋਲ ਵਗੈਰਾ ਕੁਝ ਸੀਗਾ ਸੈਂਟੈਂਸ ਵੀ ਸ਼ਾਇਦ ਇੰਨਾ ਨਹੀਂ ਸੀ ਮੈਨੂੰ ਐਗਜ਼ੈਕਟ ਨਹੀਂ ਪਤਾ ਚਲੋ ਪਰ ਗੱਲ ਇਹ ਹੈ ਕਿ ਆਪਾਂ ਉਹਨਾਂ ਨੂੰ ਕੰਪੇਅਰ ਨਾ ਕਰੀਏ ਜੇ ਮੈਂ ਮਰਡਰ ਵਾਲੇ ਦੀ ਗੱਲ ਕਰਾਂ ਸੋ ਪਹਿਲਾਂ ਮੈਂ ਤੁਹਾਨੂੰ ਦੱਸੂੰਗਾ ਵੀ ਜਿਹੜਾ ਕੈਨੇਡਾ ਦਾ ਸਭ ਤੋਂ ਅੱਛੀ ਜਿਹੜੀ ਮੈਨੂੰ ਗੱਲ ਲੱਗੀ ਜਦੋਂ ਮੈਂ ਕੈਨੇਡਾ ਆ ਕੇ ਸਿਸਟਮ ਨੂੰ ਦੇਖਿਆ ਉਹ ਹੈਗਾ ਕੈਨੇਡਾ ਦੀ ਸੈਂਟੈਂਸਿੰਗ ਦਾ ਜਿਹੜਾ ਪਾਰਟ ਹੈ ਵੀ ਸਜ਼ਾ ਕਿਵੇਂ ਦਿੰਦੀ ਆ ਕੋਰਟ ਕਿਸੇ ਬੰਦੇ ਨੂੰ ਸੋ ਇੰਡੀਆ ਦਾ ਵੀ ਮੈਂ ਲਾਅ ਦੇਖਿਆ ਹੋਇਆ ਇੰਡੀਆ ਦੇ ਵਿੱਚ ਅਸੀਂ ਟ੍ਰਾਇਲ ਕਰਦੇ ਸੀ ਤਾਂ ਜਦੋਂ ਕੋਈ ਬੰਦਾ ਦੋਸ਼ੀ ਪਾਇਆ ਜਾਂਦਾ ਮੰਨ ਲਓ ਟ੍ਰਾਇਲ ਚੱਲੀ 5 ਸਾਲ ਹੋ ਗਏ ਕੇਸ ਚੱਲਦੇ ਐਂ ਤੇ ਬੰਦਾ ਦੋਸ਼ੀ ਪਾਇਆ ਗਿਆ ਉਹ ਕਈ ਵਾਰ ਤਾਂ ਜੱਜ ਆ ਕੇ ਬੰਦੇ ਨੂੰ ਆਪ ਦੱਸਦਾ ਵੀ ਨਹੀਂ ਹੁੰਦਾ ਸੀ ਵੀ ਤੂੰ ਦੋਸ਼ੀ ਐ ਉਹ ਅੰਦਰੋਂ ਸਟੈਨੋਰੀਆ ਰੀਡਰ ਆ ਕੇ ਦੱਸ ਦਿੰਦਾ ਹੁੰਦਾ ਸੀਗਾ ਵੀ ਤੁਸੀਂ ਗਿਲਟੀ ਹੋ ਸਜ਼ਾ ਦੀ ਹੁਣ ਹਿਅਰਿੰਗ ਅਗਲੇ ਕਿਸੇ ਹੋਰ ਡੇਟ ਤੇ ਹੋਏਗੀ ਸਜ਼ਾ ਸੁਣਾ ਦਿੰਦੀ ਸਜ਼ਾ ਸੁਣਾਉਣ ਲਈ ਵੀ ਕਈ ਵਾਰੀ ਉਹ ਬੰਦਾ ਆਪ ਪੇਸ਼ ਨਹੀਂ ਹੁੰਦਾ ਸੀ ਜਾਂ ਵਕੀਲ ਆ ਜਾਂਦੇ ਸੀ ਮਤਲਬ ਉੱਥੇ ਐਵੇਂ ਸਜ਼ਾ ਸੁਣਾਈ ਜਾਂਦੀ ਐ ਵੀ ਤੁਸੀਂ ਗਿਲਟੀ ਹੋ 5 ਸਾਲ ਦੀ ਸਜ਼ਾ ਇੰਨੀ ਸਾਦੀ ਸਜ਼ਾ ਕੈਨੇਡਾ ਦੇ ਵਿੱਚ ਜਦੋਂ ਕੋਰਟ ਪਹਿਲਾਂ ਗਿਲਟੀ ਪਾ ਲੈਂਦੀ ਬੰਦੇ ਨੂੰ ਵੀ ਹਾਂ ਦੋਸ਼ੀ ਐ ਹੁਣ ਸਜ਼ਾ ਸੁਣਾਉਣੀ ਉਸ ਬੰਦੇ ਨੂੰ ਸਜ਼ਾ ਦੀ ਕੱਟ ਤੋਂ ਹਿਅਰਿੰਗ ਹੁੰਦੀ ਐ ਸਜ਼ਾ ਦੇ ਵਿੱਚ ਸਜ਼ਾ ਸੁਣਾਉਣ ਲੱਗੇ ਬੰਦੇ ਦੇ ਸਾਰੇ ਸਰਕਮਸਟੈਂਸੀ ਨੂੰ ਦੇਖਿਆ ਜਾਂਦਾ ਹੈ ਕੀ ਇਹ ਬੰਦੇ ਦਾ ਪਹਿਲਾ ਆਫੈਂਸ ਹੈ ਕੀ ਇਹ ਬੰਦੇ ਤੇ ਪੁਰਾਣਾ ਰਿਕਾਰਡ ਵੀ ਹੈਗਾ ਇਸ ਬੰਦੇ ਦੀ ਏਜ ਕਿੰਨੀ ਹੈ ਇਹਨੂੰ ਇਹਦਾ ਇਹ ਯੰਗਸਟਰ ਹੈ ਤੇ ਆ ਦਿਮਾਗੀ ਹਾਲਤ ਕਿਵੇਂ ਹੈ ਯੰਗਸਟਰ ਹੈ ਕਿ ਪੱਕੀ ਏਜ ਦਾ ਬੰਦਾ ਹੈ ਇਹਦੀ ਲਾਈਫ ਅੱਗੇ ਪਈ ਹੈ ਕਿ ਲਾਈਫ ਸਾਰੀ ਕੱਢ ਲਈ ਆ ਇਹਨੇ ਇਹ ਕੰਮ ਕੀ ਕਰਦਾ ਹੈ ਇਹਦਾ ਅਦਰਵਾਈਜ਼ ਦੁਨੀਆ 'ਚ ਚਾਲ ਚਲਣ ਕੀ ਹੈ ਦੁਨੀਆ 'ਚ ਬਿਹੇਵੀਅਰ ਕੀ ਹੈ ਇਹਦਾ ਰਿਕਾਰਡ ਕੀ ਹੈ ਇਹਨੇ ਕੋਈ ਕਮਿਊਨਿਟੀ ਸਰਵਿਸ ਕੀਤੀ ਹੋਈ ਹੈ ਕੋਈ ਵੋਲੰਟੀਅਰ ਚੰਗਾ ਬੰਦਾ ਹੈ ਉਹ ਚਾਪਾ ਐਵੀਡੈਂਸ ਦਿੰਨੇ ਹੁੰਦੇ ਆ ਰੈਫਰੈਂਸ ਲੈਟਰਸ ਵੀ ਆਉਂਦੀਆਂ ਨੇ ਵਿਟਨੈਸਸ ਵੀ ਆ ਸਕਦੇ ਨੇ ਨੇ ਲਾਈਕ ਦੇ ਡੂ ਪੁੱਟ ਐਨੀ ਐਫਰਟਸ ਪੂਰੀ ਐਫਰਟ ਪਾਉਂਦੇ ਨੇ ਪੁੱਛਦੇ ਨੇ ਵੀ ਤੂੰ ਬੰਦਾ ਹੈ ਕਿਵੇਂ ਦਾ ਆ ਕਮਿਊਨਿਟੀ ਚ ਕਿਵੇਂ ਲਾਇਰ ਦਾ ਪ੍ਰੈਜ਼ੈਂਟ ਕਰਦਾ ਵੀ ਇਹ ਬੰਦਾ ਅਦਰਵਾਈਜ਼ ਐਵੇਂ ਆ ਉਹ ਜਿਹੜਾ ਮਰਡਰ ਹੋਇਆ ਉਹ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਹੋਇਆ ਇੱਕਦਮ ਗੁੱਸੇ ਚ ਆ ਕੇ ਹੋ ਗਿਆ ਸਬਸਟੈਂਸ ਅਬਿਊਜ਼ਡ ਤਾਂ ਨਹੀਂ ਯਾ ਮੰਨ ਲਓ ਕਿ ਸਬਸਟੈਂਸ ਅਬਿਊਜ਼ ਇਸ਼ੂਸ ਤਾਂ ਨਹੀਂ ਮੈਂਟਲ ਹੈਲਥ ਇਸ਼ੂਸ ਤਾਂ ਨਹੀਂ ਹੈਗੇ ਇਸ ਬੰਦੇ ਨੂੰ ਜੇ ਇਸ ਬੰਦੇ ਨੂੰ ਅਸੀਂ ਜੇਲ੍ਹ ਚ ਪਾ ਦਾਂਗੇ ਕਿ ਐ ਤਾਂ ਨਹੀਂ ਹੋਗਾ ਵੀ ਇਹ ਕ੍ਰਿਮਨਲ ਬਣ ਕੇ ਨਿਕਲ ਜਾਏਗਾ ਬਾਹਰ いや ਆਦਰਵਾਇਜ਼ ਠੀਕ ਬੰਦਾ ਆਬਵੀਅਸਲੀ ਮਦਰਲੀ ਤਾਂ ਜੇਲ੍ਹ ਹੋਏਗੀ ਹੋਏਗੀ ਸੋ ਉਹਨਾਂ ਨੇ ਉਸ ਹਿਸਾਬ ਨਾਲ ਉਸ ਬੰਦੇ ਨੂੰ ਸਜ਼ਾ ਦੇਣੀ ਹੁੰਦੀ ਹੈ ਸੋ ਆਈ ਡੋਨਟ ਨੋ ਹੁਣ ਉਸ ਕੇਸ ਦੇ ਵਿੱਚ ਹੋ ਸਕਦਾ ਉਸ ਬੰਦਾ ਉਹ ਬੰਦਾ ਆਦਰਵਾਇਜ਼ ਠੀਕ ਹੋਵੇ ਉਸ ਬੰਦੇ ਦੀ ਸੈਂਟੈਂਸਿੰਗ ਹਿਅਰਿੰਗ ਦੇ ਵਿੱਚ ਕੀ ਕੀ ਗੱਲ ਨਿਕਲ ਕੇ ਆਈ ਪਰ ਵੈਸੇ ਮੈਂ ਦੱਸ ਰਿਹਾ 9 ਸਾਲ ਦੀ ਸਜ਼ਾ ਵੀ ਕਾਫੀ ਸਜ਼ਾ ਹੁੰਦੀ ਹੈ ਮਤਲਬ 9 ਸਾਲ ਅੰਦਰ ਰਹਿਣਾ ਵੀ ਕੋਈ ਛੋਟੀ ਗੱਲ ਨਹੀਂ ਹੈਗੀ ਮਤਲਬ 9 ਸਾਲ ਕੱਟਣਾ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਲਾਈਫ ਬੰਦੇ ਦੀ ਖਤਮ ਕਰਤੀ ਐ ਹੁਣ ਜਦੋਂ ਬੰਦਾ 9 ਸਾਲ ਬਾਅਦ ਬਾਹਰ ਆਏਗਾ ਪਹਿਲੀ ਗੱਲ ਤਾਂ ਉਹ ਕੋਈ ਜੌਬ ਨਹੀਂ ਹੋਏਗੀ ਉਹ ਜਦੋਂ ਜ਼ਿੰਦਗੀ ਨੂੰ 9 ਸਾਲ ਬਾਅਦ ਦੇਖੇਗਾ ਬਾਹਰ ਆ ਕੇ ਉਹ ਜ਼ਿੰਦਗੀ ਚੇਂਜ ਹੋ ਗਈ ਹੋਏਗੀ ਬੰਦੇ ਬਚੇਂਜ ਹੋ ਗਏ ਹੋਣਗੇ ਜੇ ਬੱਚੇ ਨੇ ਉਹ ਵੱਡੇ ਹੋ ਗਏ ਹੋਣਗੇ ਵਾਈਫ ਐ ਸ਼ਾਇਦ ਉਹਨੇ ਦੁਬਾਰਾ ਨਾ ਵਿਆਹ ਕਰਾ ਲਿਆ ਹੋਵੇ ਪੇਰੈਂਟਸ ਨੇ ਉਹ ਹੋਰ ਬੁੜੇ ਹੋ ਗਏ ਹੋਣਗੇ ਉਹ ਬੰਦੇ ਦੀ ਏਜ ਆਪਚ ਕਿੰਨੀ ਹੋ ਗਈ ਹੋਏਗੀ ਜੇਲ੍ਹ ਦੇ ਵਿੱਚ ਰਹਿ ਰਿਹਾ ਕਿ ਹੁਣ ਸਤਨੂੰ ਮੈਂਟਲ ਹੈਲਥ ਇਸ਼ੂ ਸ਼ੁਰੂ ਹੋ ਜਾਣ ਕਿਉਂਕਿ ਜਦੋਂ ਮੁੰਡਾ ਜੇਲ੍ਹ ਦੇ ਵਿੱਚ ਹੁੰਦਾ ਉਹਨੇ ਬਸ ਸੋਚੀ ਹੀ ਜਾਣਾ ਸਾਰਾ ਦਿਨ ਪਰ ਪਰ ਮੈਂ ਤੁਹਾਨੂੰ ਕੌਂਟਰਡ ਹੀ ਨਹੀਂ ਕਰਦਾ ਰਾਈਟ ਮੈਂ ਆ ਰਿਸਪੈਕਟ ਬਟ ਤੁਸੀਂ ਦੂਜੀ ਸਾਈਡ ਤੇ ਦੇਖੋ ਜਿਹੜੇ ਬੱਚਾ ਇੰਟਰਨੈਸ਼ਨਲ ਸਟੂਡੈਂਟ ਸੀ ਉਹ ਪਰਿਵਾਰ ਤੋਂ ਇਕੱਲਾ-ਕੱਲਾ ਸੀਗਾ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਉਹਦੀ ਮਦਰ ਕੋਲੇ ਕੋਈ ਨਹੀਂ ਰਿਹਾ ਉਹਨੇ ਈਵਨ 9 ਸਾਲ ਬਾਅਦ ਵੀ ਜਦੋਂ ਉਹ ਸਜ਼ਾ ਤੋਂ ਮੁੰਡਾ ਬਾਹਰ ਵੀ ਆਊਗਾ ਨਾ ਜਿਹਨੇ ਮਾਰਿਆ ਬੰਦੇ ਨੇ ਉਦੀ ਮਦਰ ਕੋਲੇ ਕੋਈ ਨਹੀਂ ਹੋਊਗਾ ਉਹਨਾਂ ਦੀ ਅੱਗੇ ਆਉਣ ਵਾਲੀ ਜਨਰੇਸ਼ਨ ਖਤਮ ਮੈਂ ਇਮੋਸ਼ਨਸ ਤੇ ਨਹੀਂ ਜਾ ਰਿਹਾ ਅਸੀਂ ਬੀਇੰਗ ਐਨ ਨੋਰਮਲ ਹਿਊਮਨ ਬੀਇੰਗ ਆਪਾਂ ਇਮੋਸ਼ਨਸ ਦੀ ਗੱਲ ਕਰ ਰਹੇ ਹਾਂ ਨਾ ਨਹੀਂ ਆਪਾਂ ਕੀ ਕਹਿ ਰਹੇ ਤੁਸੀਂ ਕੀ ਕਹਿਨੇ ਹੋ ਕਿ ਕਿੰਨੀ ਸਜ਼ਾ ਹੋਣੀ ਚਾਹੀਦੀ ਸੀਗੀ ਨਹੀਂ ਐਟ ਲੀਸਟ ਇੰਨੀ ਹੋਵੇ ਵੀ ਕੱਲ ਨੂੰ ਕੋਈ ਐਵੇਂ ਦਾ ਜੇ ਸਟੈਪ ਕਰਨਾ ਵੀ ਆ ਨਾ ਕਿਸੇ ਨੇ ਥੈਨ ਹਰ ਬੰਦਾ ਸੋਚ ਕੇ ਚੱਲੇ ਵੀ ਆਹ ਹਾਰਡ ਲਾਅ ਆ 9 ਸਾਲ ਮੈਨੂੰ ਕਿਤੇ ਨਾ ਫਿਰ ਵੀ ਕਿੰਨਾ ਤੁਹਾਨੂੰ ਕੀ ਲੱਗਦਾ ਕਿੰਨੀ ਹੋਣੀ ਚਾਹੀਦੀ ਐਟ ਲੀਸਟ 20 2025 ਬਾਏ ਦਾ ਟਾਈਮ ਵੀ ਹੋਰਾਂ ਲਈ ਕਿ ਐਗਜ਼ਾਮਪਲ ਸੈੱਟ ਹੋ ਜਾਂਦੀ ਵੀ ਕਿਸੇ ਦੀ ਜਾਨ ਦੀ ਕੀਮਤ ਸਿਰਫ 9 ਸਾਲ ਨਹੀਂ ਹੈ ਅਗੇਨ ਮੈਂ ਕੰਪੇਅਰ ਨਹੀਂ ਕਰਦਾ ਬਟ ਇਸ ਇਸੇ ਵੈਸੇ ਇਸੇ ਕੇਸ ਦੇ ਨਾਲ ਨਾਲ ਤਾਂ ਯੂਕੇ ਦੇ ਵਿੱਚ ਵੀ ਸੇਮ ਇਦਾਂ ਹੀ ਹੋਇਆ ਸੀਗਾ ਅਫਗਾਨੀ ਸੀਗਾ ਜਿਹਨੂੰ ਮਲਰ ਕੀਤਾ ਗਿਆ ਸੀ ਤੇ ਉਹਦੇ ਦੋਵਾਂ ਨੂੰ ਲਾਈਫ ਇਨ ਪ੍ਰਿਜ਼ਨਮੈਂਟ ਹੋਈ ਆ ਪੂਰੀ ਜਾਂ ਉਹ ਜਿਹੜਾ ਅਫਗਾਨੀ ਪੰਜਾਬੀ ਸੀਗਾ ਸਿੱਖ ਕਮਿਊਨਿਟੀ ਦਾ ਤੇ ਮਾਰਨ ਵਾਲੇ ਵੀ ਆਈ ਗੈਸ ਟੀਨੇਜਰ ਸੀਗੇ ਐਡਲਟ ਬਟ ਇਨ ਇਨ देयर ਟੀਨਸ ਆਈ ਗੈਸ ਦੇਖੋ ਆ ਹੁੰਦਾ ਹਰ ਕੇਸ ਬਹੁਤ ਡਿਫਰੈਂਟ ਹੁੰਦਾ ਜੀ ਜੀ ਮਤਲਬ ਮੈਨੂੰ ਨਹੀਂ ਪਤਾ ਉਸ ਕੇਸ ਦੇ ਵਿੱਚ ਜਦੋਂ ਉਹ ਬੰਦੇ ਨੇ ਮਰਡਰ ਕੀਤਾ ਕਿਸ ਸਰਕਮਸਟੈਂਸ ਕੀਤਾ ਅੰਦਰਲੀ ਐਵੀਡੈਂਸ ਕੀ ਸੀ ਜਿਹੜੀ ਕਨਫਿਡੈਂਸ਼ੀਅਲ ਗੱਲਾਂ ਹੁੰਦੀਆਂ ਆਪਾਂ ਨੂੰ ਨਹੀਂ ਪਤਾ ਲੱਗਦੀਆਂ ਦੂਸਰੇ ਪਾਸੇ ਐਵੀਡੈਂਸ ਕੀ ਸੀ ਸੈਂਟੈਂਸਿੰਗ ਹੀアリング ਦੇ ਵਿੱਚ ਕੀ ਹੋਇਆ ਮਤਲਬ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਹੋ ਸਕਦਾ ਅੱਛਾ ਮੰਨ ਲਓ ਜਦੋਂ ਬੰਦੇ ਨੇ ਡੂਰਿੰਗ ਦਾ ਕੇਸ ਪੁਲਿਸ ਨੇ ਅਰੈਸਟ ਕੀਤਾ ਉਹਨੂੰ ਕੁਝ ਕੀਤਾ ਹੋ ਸਕਦਾ ਪੁਲਸ ਨੇ ਕੋਈ ਉਹਦੇ ਰਾਈਟਸ ਵਾਇਲਟ ਕੀਤੇ ਹੋਣ ਮੰਨ ਲਓ ਸਪੋਜ਼ ਕਰੋ ਜਦੋਂ ਤੁਹਾਨੂੰ ਪੁਲਸ ਅਰੈਸਟ ਕਰਦੀ ਹੈ ਪੁਲਸ ਨੂੰ ਤੁਹਾਨੂੰ ਵਕੀਲ ਨਾਲ ਨੰਬਰ ਦੇਣਾ ਵਕੀਲ ਨਾਲ ਗੱਲ ਕਰਨ ਦਾ ਮੌਕਾ ਦੇਣਾ ਹੁੰਦਾ ਹੈ ਪੁਲਸ ਨੂੰ ਦੱਸਣਾ ਹੁੰਦਾ ਤੁਹਾਨੂੰ ਕਿਉਂ ਅਰੈਸਟ ਕਰ ਰਹੇ ਨੇ ਪੁਲਸ ਨੂੰ ਤੁਹਾਨੂੰ ਕਸਟਡੀ ਚ ਇੱਕ ਹਿਊਮਨ ਟ੍ਰੀਟਮੈਂਟ ਦੇਣਾ ਹੁੰਦਾ ਜਿੰਨੀ ਦੇਰ ਕੇਸ ਚੱਲਦਾ ਥੋੜੀ ਪ੍ਰਾਈਵੇਸੀ ਦੇ ਰਾਈਟਸ ਨਹੀਂ ਵਾਇਲਟ ਕਰਨੇ ਹੁੰਦੇ ਬੜਾ ਕੁਝ ਹੁੰਦਾ ਹੈ ਹੋ ਸਕਦਾ ਉਹ ਰਾਈਟਸ ਵਾਇਲਟ ਹੋਏ ਹੋਣ ਜਿੰਨਾ ਕਰਕੇ ਉਹਨਾਂ ਦੇ ਵਕੀਲਾਂ ਨੇ ਉਹਦਾ ਸੈਂਟੈਂਸ ਘੱਟ ਕਰਵਾ ਲਿਆ ਹੋਵੇ ਕਿ ਵੀ ਇਹਦੇ ਨਾਲ ਉਹਦੇ ਨਾਲ ਹੋ ਜਾਂਦਾ ਹੁੰਦਾ ਹੈ अच्छा अच्छा वी आर कंडक्टिंग इट बट इवन दो आई डन्ट नो मेनू विनी ਪਤਾ ਸੀਗਾ ਵੀ ਇੰਨਾ ਕੁਝ ਕਰਨਾ ਹੁੰਦਾ ਕਿਉਂਕਿ ਸਾਡੀ ਇੰਡੀਅਨ ਮੈਂਟੈਲਿਟੀ ਹੈ ਨਾ ਇਹ ਤਾਂ ਤੁਸੀਂ ਦੱਸ ਰਹੇ ਹੋ ਸਾਨੂੰ ਇਹ ਤਾਂ ਬਹੁਤ ਇੱਕ ਉਹ ਪੁਆਇੰਟ ਹੈ ਉਹ ਅੱਗੇ ਵੀ ਅਸੀਂ ਰੇਜ਼ ਕਰਾਂਗੇ ਵੀ ਬੰਦਾ ਇੱਥੇ ਵੀ ਜੇ ਕੋਈ ਅਰੈਸਟ ਹੁੰਦਾ ਇਹ ਬੜੀ ਵਧੀਆ ਗੱਲ ਕੀਤੀ ਇਹਨਾਂ ਨੇ ਵੀ ਉਹਨਾਂ ਨੂੰ ਅਰੈਸਟ ਦੇ ਟਾਈਮ ਤੇ ਨੋਟੀਫਿਕੇਸ਼ਨ ਚਾਹੀਦੀ ਹੈ ਨੇ ਵੀ ਤੁਹਾਨੂੰ ਐਸ ਇਸ ਤੇਰੇ ਰਾਈਟਸ ਨੇ ਜੇਲ੍ਹ ਦੇ ਅੰਦਰ ਵੀ ਹਿਮਨ ਟ੍ਰੀਟਮੈਂਟ ਹੁਣ ਬੰਦੇ ਨੂੰ ਪਤਾ ਹੀ ਨਹੀਂ ਹੋਏਗਾ ਤਾਂ ਬੰਦਾ ਫਾਈਟ ਕਿਵੇਂ ਕਰੇਗਾ ਇੱਥੇ ਸ਼ਾਇਦ ਅਗੇਸਟ ਲਾ ਦਾ ਡਿਫਰੈਂਸ ਪਾਇਆ ਜਾਂਦਾ ਬੀਇੰਗ ਲਾ ਬਣਿਆ ਬਟ ਲਾ ਬਣੇ ਬਾਰੇ ਪਤਾ ਵੀ ਹੁਣ ਇਹਦਾ ਡਿਫਰੈਂਸ ਹੈ ਨਾ ਹੁਣ ਕਈਆਂ ਨੂੰ ਪਤਾ ਹੁੰਦਾ ਮੈਂ ਰੈਸ਼ੀਅਲੀ ਨਹੀਂ ਕਿਸੇ ਨੂੰ ਡਿਸਕ੍ਰਾਈਬ ਕਰਨਾ ਚਾਹੁੰਦਾ ਬਟ ਜਿਹੜੇ ਇੱਥੋਂ ਦੇ ਨੇ ਉਹਨਾਂ ਨੂੰ ਪਤਾ ਤਾਂ ਹੀ ਉਹ ਕਿੰਨੀ ਧਾਵਾਂ ਤੇ ਸਟੈਂਡ ਲੈ ਜਾਂਦੇ ਨੇ ਹੁਣ ਆਪਣੇ ਵਾਲੇ ਨੇ ਆਪਾਂ ਉਹੀ ਸਾਊਦੀ ਅਰਬੀਨ ਮੈਂਟੈਨੈਲਿਟੀ ਨਾਲ ਆਉਂਦੇ ਆਂ ਵੀ ਬੌਸ ਇਜ਼ ਦਾ ਵਨ ਬੌਸ ਨੂੰ ਸਰ ਕਹਿਣਾ ਤੇ ਲਾਅ ਬਾਰੇ ਸਾਨੂੰ ਪਤਾ ਨਹੀਂ ਜਦੋਂ ਫੜ ਲਿਆ ਜਾਂਦਾ ਉਦੋਂ ਅਸੀਂ ਤਰ ਲਿਆਂ ਤੇ ਆ ਜੰਨੇ ਆ ਬਟ ਉਹ ਲਾਅ ਹੈ ਜੋ ਤੁਸੀਂ ਸਹੀ ਹੋ ਯੂ ਸ਼ੁਡ ਜਸਟ ਸਟੇ ਆਊਟ ਸਟੈਂਡ ਆਊਟ ਫॉर ਯੋਰਸੈਲਫ ਯੂ ਨਾ ਦੇਖੋ ਪੁਲਿਸ ਵੀ ਹੈ ਜਿਹੜੀ ਸਾਰਾ ਸਿਸਟਮ ਹੈ ਦੇਖੋ ਦੇਖਿਆ ਜਾਏ ਤਾਂ ਲਾਅ ਕਿਉਂ ਬਣਾਇਆ ਗਿਆ ਹੋਸਾ ਕੋਈ ਟਾਈਮ ਹੁੰਦਾ ਹੋਣਾ ਕੋਈ ਟਾਈਮ ਸੀ ਜਦੋਂ ਕੋਈ ਲਾਅ ਨਹੀਂ ਸੀਗਾ ਤੁਸੀਂ ਜੋ ਮਰਜ਼ੀ ਕਰੋ ਉਹਨੂੰ ਸਪੋਸ ਕਰੋ ਤੁਸੀਂ ਅੱਜ ਤੋਂ ਆ 2 ਸਾਲ ਪਹਿਲਾਂ 3 ਸਾਲ ਪਹਿਲਾਂ ਇੱਕ ਕਿਸੇ ਕਿਤੇ ਬੰਦੇ ਤੋਂ ਮੈਰੂਆਨਾ ਖਰੀਦ ਕੇ ਜੁਆਇੰਟ ਲਾ ਰਹੇ ਹੋ ਕੋਈ ਕਿਹ ਚੀਜ਼ ਇਲੀਗਲ ਸੀਗੀ ਠੀਕ ਹੈ ਜੀ ਉਸ ਉਹਨਾਂ ਬੰਦਿਆਂ ਤੇ ਕੇਸਿਸ ਹੋਏ ਨੇ ਚਾਰਜਸ ਲੱਗੇ ਨੇ ਬੰਦੇ ਨੇ ਸਜ਼ਾਵਾਂ ਵੀ ਭੁਗਤੀਆਂ ਹੋਣਗੇ ਜਿਹੜੇ ਬੰਦੇ ਨੇ ਚੇਜ਼ ਯੂ ਐਸ اے ਯੂ ਐਸ اے ਉਹ ਬੰਦਾ ਬਾਹਰ ਹੀ ਉਦੋਂ ਆਇਆ ਜਿਸ ਵਾਰ ਲੀਗਲ ਹੋ ਗਈ ਸੀ ਕੈਨੇਡਾ ਹੁਣ ਉਹ ਬੰਦਾ ਬਾਹਰ ਮੰਨ ਲਓ ਬੰਦਾ ਬਾਹਰ ਆ ਗਿਆ ਇੱਕਦਮ ਸਰਕਾਰ ਨੇ ਲੀਗਲ ਕਰਤਾ ਹੁਣ ਇੱਕ ਦਿਨ ਸਰਕਾਰ ਕਹ ਰਹੀ ਹੈ ਵੀ ਹੁਣ ਇਹ ਚੀਜ਼ਾਂ ਲੀਗਲ ਨੇ ਜੀ ਤੁਸੀਂ ਕਰੋ ਖੁੱਲੇ ਆ ਠੀਕ ਹੈ ਜੀ ਸੋ ਹੁਣ ਪਰ ਕਹਿਣ ਦਾ ਮਤਲਬ ਹੈ ਕਿ ਲਾਅ ਕਿਉਂ ਬਣਿਆ ਕਿ ਸਾਰੇ ਬੰਦੇ ਜਿਹੜੇ ਨੇ ਹੁਣ ਆਪਾਂ ਰਹਿ ਰਹੇ ਹਾਂ ਥੋੜੀ ਕੱਢ ਵਿਚਾਰਤਾ ਰ ਹੋ ਸਕਦੀ ਇਹਨਾਂ ਦੀ ਅੱਡ ਮੇਰੀ ਅੱਡ ਹੋ ਸਕਦੀ ਹੈ ਮੈਨੂੰ ਅੱਡ ਸ਼ੌਂਕ ਹੋ ਸਕਦੇ ਨੇ ਕਿਸੇ ਨੂੰ ਅੱਡ ਤਾਂ ਉਹਨਾਂ ਨੇ ਇੱਕ ਸਿਸਟਮ ਬਣਾਤਾ ਵੀ ਆਹ ਚੀਜ਼ਾਂ ਪ੍ਰੋਹਿਬਿਟਿਡ ਨੇ ਆਹ ਨਾ ਕਰੋ ਬਾਕੀ ਜੋ ਮਰਜ਼ੀ ਕਰੋ ਤਾਂ ਕਿ ਸਾਰੇ ਬੰਦੇ ਆਪਣੇ ਰਾਈਟਸ ਨੂੰ ਆਪਣੇ ਦਾਇਰੇ ਦੇ ਰਹਿ ਕੇ ਦੇ ਦਾਇਰੇ ਵਿੱਚ ਰਹਿ ਕੇ ਇੰਜੋਏ ਕਰ ਸਕਣ ਜੇ ਬੰਦੇ ਨੂੰ ਖੁੱਲੀ ਛੂਟ ਦਿੱਤੀ ਜਾਵੇਗੀ ਤੁਸੀਂ ਜੋ ਮਰਜ਼ੀ ਕਰੋ ਫਿਰ ਤਾਂ ਕਯੋਸ ਹੋ ਜਾਏਗਾ ਫਿਰ ਤਾਂ ਇਹ ਹੋ ਜਾਏਗਾ ਵੀ ਜਿਹਨੇ ਜਿਹਨੂੰ ਮਾਰਤਾ ਉਹ ਵੱਡਾ ਜਿਹਦੇ ਕੋਲ ਜ਼ਿਆਦਾ ਜੋਰ ਆ ਜ਼ਿਆਦਾ ਪਾਵਰ ਆ ਜ਼ਿਆਦਾ ਅਮਿਊਨੀਸ਼ਨ ਆ ਮੰਨ ਲਓ ਫਿਰ ਤਾਂ ਉਹ ਚੀਜ਼ਾਂ ਹੋ ਜਾਣਗੀਆਂ ਜਿਹੜੀਆਂ ਕੁਝ ਕੰਟਰੀਜ਼ 'ਚ ਹੈਗੀਆਂ ਵੀ ਨੇ ਜਿਨ੍ਹਾਂ 'ਚ ਬਸ ਜੋਰ ਹੀ ਚੱਲਦਾ ਕੋਈ ਲਾ ਨਹੀਂ ਹੈਗਾ ਸੋ ਕਹਿਣ ਦਾ ਮਤਲਬ ਹੈ ਕਿ ਲੋ ਬਣਾਇਆ ਆਪਣੀ ਸੇਫਟੀ ਲਈ ਆਪਣੀ ਭਲਾਈ ਲਈ ਹੈ ਜੇ ਆਪਾਂ ਸਹੀ ਆ ਆਪਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਨਾ ਪੁਲਿਸ ਤੋਂ ਆਪਾਂ ਇੰਡੀਆ ਤੋਂ ਜਿਵੇਂ ਆਉਂਨੇ ਆ ਉਰੇ ਵੀ ਆਪਾਂ ਪੁਲਿਸ ਤੋਂ ਵੀ ਡਰੀ ਜਾਂਦੇ ਆ ਪੁਲਿਸ ਦੀ ਗੱਡੀ ਦੇਖ ਲਈ ਹੁਣ ਡਰ ਜਾਂਦੇ ਆ ਪੁਲਿਸ ਆ ਗਈ ਹੁਣ ਡਰ ਜਾਂਦੇ ਆ ਦਿਆਂ ਦੇ ਉਹੀ ਲੱਤ ਕੰਪਰਡਾਈ ਜਾਂਦੀਆਂ ਸੋ ਉਹ ਬੰਦੇ ਵੀ ਇੱਕ ਜੌਬ ਕਰ ਰਹੇ ਨੇ ਉਹਨਾਂ ਨੂੰ ਤਨਖਾਹ ਮਿਲ ਰਹੀ ਉਹਨਾਂ ਦੀ ਤੁਹਾਡੇ ਨਾਲ ਕੋਈ ਪਰਸਨਲ ਦੁਸ਼ਮਣ ਨਹੀਂ ਹੈਗੀ ਵੀ ਉਹ ਤੁਹਾਨੂੰ ਬਸ ਜਦੋਂ ਆ ਤੁਹਾਨੂੰ ਦੇਖ ਲਿਆ ਤਾਂ ਤੁਹਾਨੂੰ ਫਾੜ ਹੀ ਲੈਣਗੇ ਸੋ ਹਾਂ ਲੋ ਪਤਾ ਹੋਣਾ ਪਰ ਉਹਦੇ ਲਈ ਬਹੁਤ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਤੁਸੀਂ ਜਿਹੜਾ ਇਹ ਉਪਰਾਲਾ ਕਰ ਰਹੇ ਹੋ ਮ ਬਹੁਤ ਵਧੀਆ ਚੀਜ਼ ਹੈ ਕਿ ਲੋਕਾਂ ਤੱਕ ਪਤਾ ਲੱਗੇ ਵੀ ਲਾਅ ਕੀ ਹੈ ਜੇ ਪਤਾ ਹੋਗਾ ਤਾਂ ਹੀ ਉਹ ਲਾਅ ਦੇ ਵਿੱਚ ਫਸਣ ਤੋਂ ਬਚਣਗੇ ਹੁਣ ਆਪਾਂ ਇਹਦੇ ਤੇ ਆ ਜੰਨੇ ਆ ਵੀ ਫਰਜ਼ ਕਰੋ ਕੋਈ ਵੀ ਕੇਸ ਹੈ ਬੰਦਾ ਇੱਥੇ ਫੜਿਆ ਜਾਂਦਾ ਤੇ ਉਹਦੇ ਬੇਸਿਕ ਰਾਈਟਸ ਕੀ ਨੇ ਅੰਟਿਲ ਉਹਦੀ ਸੈਂਟੈਂਸ ਤੱਕ ਜਾਂ ਬੇਸਿਕ ਜਿਹੜੀਆਂ ਵਿਚਲੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਮ ਬੰਦਿਆਂ ਨੂੰ ਨਹੀਂ ਪਤਾ ਕੁਝ ਹੈ ਵੀ ਨਹੀਂ ਬੇਸਿਕ ਆਪਾਂ ਕਹਿ ਦਿੰਨੇ ਆ ਜੀ ਕਿ ਜਦੋਂ ਬੰਦਾ ਇੱਕ ਤਰ ਅਰੈਸਟ ਹੁੰਦਾ ਬੰਦੇ ਨੂੰ ਪੁਲਿਸ ਨੇ ਦੱਸਣਾ ਹੁੰਦਾ ਵੀ ਤੈਨੂੰ ਅਸੀਂ ਕਿਉਂ ਅਰੈਸਟ ਕਰ ਰਹੇ ਹਾਂ ਤੇ ਕੀ ਰੀਜ਼ਨ ਹੈ ਦੂਸਰੀ ਚੀਜ਼ ਹੈ ਬੰਦੇ ਨੂੰ ਪੁਲਿਸ ਨੇ ਇਮੀਡੀਏਟਲੀ ਫਿਰ ਇੱਕ ਲਾਇਰ ਨਾਲ ਗੱਲ ਕਰਵਾਉਣੀ ਹੁੰਦੀ ਹੈ ਸੋ ਪੁਲਿਸ ਅਕਸਰ ਪੁੱਛਦੀ ਹੈ ਇੱਥੇ ਵੀ ਆਪਾਂ ਮੈਂ ਦੱਸਣਾ ਚਾਹੁੰਗਾ ਕਿ ਮੇਰੇ ਕੋਲ ਕੇਸ ਬਹੁਤ ਇਸ ਤਰ੍ਹਾਂ ਦੇ ਆਉਂਦੇ ਨੇ ਹੁਣ ਜਿਹੜੇ ਆਪਣੇ ਬੰਦੇ ਪੰਜਾਬੀ ਆ ਕੋਈ ਹੋਰ ਲੈਂਗੁਏਜ ਬੋਲਦੇ ਨੇ ਇੰਗਲਿਸ਼ ਨਹੀਂ ਬੋਲਦੇ ਆਦਰਵਾਈਜ਼ ਤਾਂ ਵੈਸੇ ਹੁਣ ਪੁਲਿਸ ਵਾਲਿਆਂ ਪੁਲਿਸ ਵਾਲਿਆਂ ਨੇ ਵੀ ਈਮਪਲਾਈ ਕਰ ਲਏ ਨੇ ਬੰਦੇ ਜਿਹੜੇ ਹਿੰਦੀ ਇੰਗਲਿਸ਼ ਸਾਰੀ ਲੈਂਗੁਏਜਸ ਬੋਲਦੇ ਨੇ ਪਰ ਕਈ ਵਾਰ ਨਾ ਉੱਥੇ ਪੁਲਿਸ ਨੇ ਤੁਹਾਨੂੰ ਲਾਇਰ ਨਾਲ ਗੱਲ ਕਰਾਉਣ ਦਾ ਮੌਕਾ ਕਰਨ ਦਾ ਮੌਕਾ ਦੇਣਾ ਹੁੰਦਾ ਚਾਹੇ ਤੁਸੀਂ ਆਪ ਦੇ ਲਾਇਰ ਨੂੰ ਕਿਸੇ ਨੂੰ ਫੋਨ ਕਰ ਲਓ ਕਹਿਣ ਕਿ ਜੇ ਤੁਹਾਡਾ ਕੋਈ ਲਾਅਰਾ ਦੱਸੋ ਕਿਹਨੂੰ ਫੋਨ ਕਰੀਏ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਕਿ ਸਰਕਾਰੀ ਫ੍ਰੀ ਲਾਇਰ ਤੁਹਾਨੂੰ ਪ੍ਰੋਵਾਈਡ ਕਰਨਗੇ ਕਿ ਉਹਨਾਂ ਤੁਹਾਨੂੰ ਦੱਸਣਾ ਹੁੰਦਾ ਹੈ ਵੀ ਤੁਹਾਡੇ ਕੋਲ ਦੋ ਚੋਇਸਿਸ ਨੇ ਚਾਹੇ ਵਰਕਾਰੀ ਫ੍ਰੀ ਲਾਇਰ ਲੈ ਲਓ ਚਾਹੇ ਆਪਣਾ ਕੋਈ ਕਾਲ ਕਰ ਲਓ ਫਿਰ ਬੰਦੇ ਨੇ ਉਹਨੂੰ ਕਾਲ ਕਰਨੀ ਹੁੰਦੀ ਹੈ ਉਹ ਬੰਦਾ ਇਨਿਸ਼ਲ ਸਲਾਹ ਦੇ ਦਿੰਦਾ ਵੀ ਹੁਣ ਤੁਸੀਂ ਆਹ ਚੀਜ਼ਾਂ ਕਰਨੀਆਂ ਨੇ ਆਹ ਬੋਲਣੀਆਂ ਨਹੀਂ ਬੋਲਣੀਆਂ ਉਦੋਂ ਬਾਅਦ ਤੁਸੀਂ ਫਿਰ ਬਾਕੀ ਦਾ ਪ੍ਰੋਸੀਜਰ ਪੁਲਿਸ ਤਾਂ ਹੀ ਕਰ ਸਕਦੀ ਹੈ ਜ ਠੀਕ ਹੈ ਜੀ ਉਦੋਂ ਬਾਅਦ ਤੁਹਾਡੇ ਕੋਲੇ ਸਭ ਤੋਂ ਮੇਨ ਜਿਹੜਾ ਰਾਈਟ ਹੈ ਉਹ ਹੈਗਾ ਚੁੱਪ ਰਹਿਣ ਦਾ ਰਾਈਟ ਜਦੋਂ ਪੁਲਿਸ ਅਰੈਸਟ ਕਰ ਲੇ ਤੁਹਾਨੂੰ ਜਦੋਂ ਵੀ ਇਹ ਜਿੰਨੇ ਬੰਦੇ ਆਪਣੇ ਸੁਣ ਰਹੇ ਨੇ ਯਾਦ ਰੱਖਣ ਵੀ ਜੇ ਤੁਹਾਡੇ ਕੋਲੇ ਚਲੋ ਨਹੀਂ ਲਾਇਰ ਹੈਗਾ ਨਹੀਂ ਤੁਹਾਡੀ ਗੱਲ ਹੋਈ ਹੈ ਜੋ ਵੀ ਹੈ ਤੁਸੀਂ ਚੁੱਪ ਰਹਿਣਾ ਤੁਹਾਨੂੰ ਪੁਲਿਸ ਕੁਝ ਵੀ ਪੁੱਛਦੀ ਹੈ ਹੁਣ ਪੁਲਿਸ ਕੁਐਸਚਨਿੰਗ ਕਰ ਸਕਦੀ ਹੈ ਵੀਡੀਓ ਤੇ ਕੁਐਸਚਨਿੰਗ ਕਰਦੇ ਨੇ ਤੁਹਾਡੀ ਉਹ ਤਾਂ ਤੁਹਾਡਾ ਹੱਕ ਹੈ ਚੁੱਪ ਰਹਿਣਾ ਉਹਨਾਂ ਦੀ ਗੱਲ ਦਾ ਜਵਾਬ ਨਾ ਦੇਣਾ ਪੁਲਿਸ ਤੁਹਾਨੂੰ ਝੂਠ ਵੀ ਬੋਲ ਸਕਦੀ ਹੈ ਵੀ ਸਾਡੇ ਕੋਲ ਤੇਰੇ ਖਿਲਾਫ ਆ ਸਬੂਤ ਨੇ ਸਾਡੇ ਕੋਲੇ ਆ ਹੈਗਾ ਤੂੰ ਆ ਕਰ ਤੈਨੂੰ ਅਸੀਂ ਆ ਕਰ ਦਾਂਗੇ ਪਰ ਤੁਸੀਂ ਉਹਨਾਂ ਦੇ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਕੋਈ ਐਕਸਪਲੇਨੇਸ਼ਨ ਨਹੀਂ ਦੇਣੀ ਤੁਸੀਂ ਚੁੱਪ ਰਹਿ ਸਕਦੇ ਹੋ ਆਰ ਆਰ ਅਲਾਉਡ ਟੂ ਡੂ ਸੋ ਵੀ ਝੂਠ ਓਕੇ ਜੀ ਹਾਂ ਜੀ ਹਾਂ ਜੀ ਤੁਸੀਂ ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਦੇਣਾ ਦੇ ਸਕਦੇ ਹੋ ਐਕਸਪਲੇਨੇਸ਼ਨ ਪਰ ਬੈਟਰ ਹੈ ਚੁੱਪ ਰੋ ਤੇ ਜੇ ਚੁੱਪ ਰਹਿਣਾ ਤੁਹਾਡੇ ਅਗੇਂਸਟ ਨਹੀਂ ਰੱਖਿਆ ਜਾਏਗਾ ਵੀ ਇਹ ਬੰਦੇ ਨੇ ਸਾਡੀ ਗੱਲਾਂ ਦਾ ਜਵਾਬ ਨਹੀਂ ਦਿੰਦਾ ਸੋ ਲੋਕਾਂ ਨੂੰ ਲੱਗਦਾ ਸੀ ਚੁੱਪ ਰਵਾਂਗੇ ਸੀ ਜਵਾਬ ਨਹੀਂ ਦੇਵਾਂਗੇ ਪੁਲਿਸ ਨੂੰ ਲੱਗੇਗਾ ਕਿ ਹਾਂ ਜੀ ਇਹ ਤਾਂ ਬੰਦਾ ਗਿਲਟੀ ਹੈ ਪਰੇ ਨਹੀਂ ਹੈਗਾ ਜੇ ਪੁਲਿਸ ਨੂੰ ਚਾਰਜ ਕਰਨਾ ਹੈ ਜੇ ਉਹਨਾਂ ਲੱਗਦਾ ਤੁਸੀਂ ਅਫੈਂਸ ਕਮਿਟ ਕਰਨਾ ਉਹਨਾਂ ਨੇ ਚਾਰਜ ਕਰ ਹੀ ਲੈਣਾ ਫਿਰ ਤੁਸੀਂ ਕੋਰਟ ਚੋਂ ਪੜਿਆ ਉਹਨੂੰ ਬਰੀ ਕਰਾਉਣਾ ਹੁੰਦਾ ਸੋ ਪੁਲਿਸ ਇਸ ਕਰਕੇ ਜੇ ਤੁਸੀਂ ਪੁਲਿਸ ਅਰੈਸਟ ਕਰ ਲੇ ਤੁਸੀਂ ਚੁੱਪ ਰਹੋ 500 ਵਾਰ ਜੇ ਤੁਹਾਨੂੰ ਕੋਈ ਕੁਐਸਚਨ ਪੁੱਛਣ ਤੁਸੀਂ 500 ਵਾਰ ਡਿਕਲਾਈਨ ਕਰ ਸਕਦੇ ਹੋ ਆਨਸਰ ਦੇਣ ਤੋਂ ਯੂ ਹੈਵ ਰਾਈਟ ਟੂ ਰਮੇਨ ਸਾਇਲੈਂਟ ਕਿਉਂਕਿ ਜੇ ਤੁਸੀਂ ਕੁਝ ਬੋਲ ਰਹੇ ਹੋ ਤੁਸੀਂ ਉਹ ਆਪਣੇ ਆਪ ਦੇ ਖਿਲਾਫ ਸਬੂਤ ਦੇ ਰਹੇ ਹੋ ਤੁਸੀਂ ਤਾਂ ਬੇਸਿਕ ਪੁਲਿਸ ਦਾ ਕੰਮ ਹੀ ਸੌਖਾ ਕਰਤਾ ਜੇ ਮੰਨ ਲੀ ਗਏ ਤੁਸੀਂ ਹਾਂ ਮੈਂ ਕੀਤਾ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਕੁਝ ਵੀ ਨਹੀਂ ਰਹੇਗੀ ਕਿ ਇੱਕ ਰੂਮ ਚ ਬਿਠਾਉਂਦੇ ਆਂਡ ਉੱਥੇ ਪੂਰਾ ਥੋੜੀ ਵੀਡੀਓ ਰਿਕਾਰਡਿੰਗ ਸਾਰਾ ਕੁਝ ਹੋ ਰਿਹਾ ਹੁੰਦਾ ਸੋ ਤੁਸੀਂ ਜੋ ਵੀ ਬੋਲੋਗੇ ਉਹ ਵਰਡਸ ਰਿਕਾਰਡਡ ਨੇ ਔਰ ਅਨ ਇਨਸਟੈਂਸ ਲੈ ਕੇ ਚੱਲਦੇ ਆਪਾਂ ਵੀ ਜਿੱਦਾਂ ਕਿਸੇ ਨੂੰ ਪੋਲੋਵਰ ਵੀ ਕਰਦੇ ਨੇ ਈਵਨ ਦੈਨ ਵੀ ਛੋਟੇ ਤੋਂ ਲੈ ਕੇ ਵੱਡੇ ਕ੍ਰਾਈਮ ਤੱਕ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਬੋਲਣ ਦੀ ਸਾਰੇ ਕ੍ਰਾਈਮ ਜੀ ਸੇਮ ਲਾਅ ਹੈ ਸੇਮ ਸਭ ਚੀਜ਼ਾਂ ਤੇ ਅਪਲਾਈ ਹੁੰਦਾ ਹੈ ਇੰਡੀਆ ਤਾਂ ਜਦੋਂ ਸਿੱਧਾ ਹੀ ਰੋਕ ਕੇ ਮੂੰਹ ਚ ਪਾ ਦਿੰਦੇ ਸੀ ਨਾ ਬਈ ਫੂਕ ਮਾਰੇ ਦੇ ਚ ਇੱਥੇ ਮਤਲਬ ਜੇ ਤੁਹਾਨੂੰ ਰੋਕਿਆ ਤੁਹਾਡੇ ਕੋਲ 스멜 ਅੱਖਾਂ ਦਾ ਮਤਲਬ ਕਾਫੀ ਸਬਸਟੈਂਸ਼ੀਅਲ ਗਰਾਉਂਡ ਚਾਹੀਦੇ ਨੇ ਪੁਲਿਸ ਨੇ ਪਹਿਲਾਂ ਇਹ ਆਪਣੇ ਆਪ ਨੂੰ ਕਨਵਿੰਸ ਕਰਨਾ ਕਿ ਹਾਂ ਇਸ ਸਾਨੂੰ ਸ਼ੱਕ ਹੋਇਆ ਮਤਲਬ ਉਹਨਾਂ ਨੂੰ ਐਕਸਪਲੇਨ ਕਰਨਾ ਪੈਂਦਾ ਕਿ ਅਸੀਂ ਟੈਸਟ ਕਿਉਂ ਲਿਆ हां मतलब कलू में क्वेश्चन उठ सकता है कोर्ट दे विच मतलब पुलिस एक नोट्स बनाउंदी है जिनु केस हुंदा ना ता एक पुलिस डिस्क्लोजर तैयार ਕਰਦੀ ਹੈ ਜਿਹਨੂੰ ਆਪਾਂ ਇੰਡੀਆ ਚ ਚਲਾਨ ਕਹਿੰਦੇ ਆ ਵੀ ਚਲਾਨ ਪੇਸ਼ ਹੋ ਗਿਆ ਤੁਸੀਂ ਸੁਣਿਆ ਹੋਣਾ ਤਾਂ ਉਹਨੂੰ ਆਪਾਂ ਇੱਥੇ ਕਹਿੰਦੇ ਨੇ ਵੀ ਡਿਸਕਲੋਜ਼ਰ ਡਿਸਕਲੋਜ਼ਰ ਦੇ ਵਿੱਚ ਜਿੰਨਾ ਵੀ ਤੁਹਾਡੇ ਖਿਲਾਫ ਤੁਹਾਡੇ ਕੋਲ ਖਿਲਾਫ ਸਬੂਤ ਨੇ ਪੁਲਿਸ ਕੋਲੇ ਉਹ ਤੁਹਾਨੂੰ ਦਿੰਦੇ ਨੇ ਪੁਲਿਸ ਵਾਲੇ ਤਾਂ ਕਿ ਤੁਸੀਂ ਆਪਣੇ ਨੂੰ ਉਸ ਸਾਹਮਣੇ ਡਿਫੈਂਡ ਕਰ ਸਕੋ। ਸੋ ਡਿਸਕਲੋਜ਼ਰ ਦੇ ਵਿੱਚ ਪੁਲਿਸ ਅਫਸਰਾਂ ਕੋਲ ਇੱਕ ਛੋਟੀ ਜਿਹੀ ਡਾਇਰੀ ਹੁੰਦੀ ਹੈ ਜਿਹਦੇ ਵਿੱਚ ਉਹ ਨੋਟਸ ਬਣਾਉਂਦੇ ਨੇ। ਉਹ ਨੋਟਸ ਵੀ ਸਾਡੇ ਕੋਲੇ ਆਉਂਦੇ ਨੇ ਕਿ ਪੁਲਿਸ ਨੇ ਕੀ ਨੋਟਸ ਮੌਕੇ ਤੇ ਬਣਾਏ। ਫਿਰ ਪੁਲਿਸ ਨੂੰ ਕਿਵੇਂ ਸ਼ੱਕ ਹੋਇਆ ਜੇ ਸਪੋਜ਼ ਕਰੋ ਬੰਦਾ ਜੇ ਮੰਨ ਲਓ ਹੁਣ ਸਪੋਜ਼ ਕਰੋ ਤੁਸੀਂ ਡਰੱਗਸ ਕੀਤੀਆਂ ਹੋਈਆਂ, ਤੁਸੀਂ ਸ਼ਰਾਬ ਨਹੀਂ ਕੀਤੀ ਪੀਤੀ ਹੋਈ। ਤੁਸੀਂ ਮੰਨ ਲਓ ਵੀਡ ਲਈ ਹੋਈ ਹੈ ਜਾਂ ਤੁਸੀਂ ਹੀਰੋਇਨ ਕੀਤੀ ਹੋਈ ਹੈ, ਤੁਸੀਂ ਮੈਥ ਕਿਨ ਲਈ ਹੋਈ ਹੈ, ਤੁਸੀਂ ਕੋਕੀਨ ਲਈ ਕੁਝ ਵੀ ਕੀਤਾ ਹੋਇਆ। ਹੋ ਸਕਦਾ ਉਹਦੇ ਉਹ ਸਿੰਪਟਮਸ ਨਾਲ ਉਹ ਸਮੈਲ ਵੀ ਨਹੀਂ ਆਏਗੀ, ਸੋ ਫਿਰ ਪੁਲਿਸ ਕੀ ਕਰੇਗੀ ਇੱਕ ਡਰਗ ਵੈਲਿਊਏਸ਼ਨ ਟੈਸਟ ਹੁੰਦਾ ਪੁਲਿਸ ਨੂੰ ਬਾਹਰ ਗੱਡੇਗੀ ਗੱਡੀ ਚ ਵੀ ਤੁਸੀਂ ਸਾਨੂੰ ਸ਼ੱਕ ਹੋ ਰਿਹਾ ਫਿਰ ਉਹ ਤੁਹਾਨੂੰ ਚਲਾ ਕੇ ਦਿਖਾਏ ਕਿ ਵੀ 20 ਸਟੈਪ ਚੱਲ ਵਾਪਸ ਆ ਇੱਕ ਲੱਤ ਤੇ ਖੜਾ ਹੋ ਨੱਕ ਨੂੰ ਹੱਥ ਲਾ ਕੇ ਕਰਵਾ ਕਰ ਫਿਰ ਜੇ ਪੁਲਿਸ ਨੂੰ ਲੱਗਦਾ ਵੀ ਉਹ ਫਿਰ ਰਿਪੋਰਟ ਬਣਾਉਂਦੀ ਆ ਪੁਲਿਸ ਵੀ ਤੁਸੀਂ ਕਿੰਨੇ ਕਿ ਚੀਜ਼ਾਂ ਠੀਕ ਕੀਤੀਆਂ ਕਿੰਨੀਆਂ ਗਲਤ ਕੀਤੀਆਂ ਉਸ ਰਿਪੋਰਟ ਦੇ ਹਿਸਾਬ ਨਾਲ ਪੁਲਿਸ ਨੂੰ ਲੱਗਦਾ ਵੀ ਹਾਂ ਇਹਨੇ ਗਲਤ ਕੀਤੀਆਂ ਜਿਆਦਾ ਇਹਨਾਂ ਲੱਗ ਰਿਹਾ ਵੀ ਸ਼ੱਕ ਪੈ ਰਿਹਾ ਹੈ ਵੀ ਇਹਨੇ ਕੁਝ ਖਾਧਾ ਪੀਤਾ ਹੋਇਆ ਫਿਰ ਪੁਲਿਸ ਨੂੰ ਅਰੈਸਟ ਕਰਕੇ ਸਟੇਸ਼ਨ ਲੈ ਕੇ ਜਾਏਗੀ ਸਟੇਸ਼ਨ ਜਾ ਕੇ ਫਿਰ ਤੁਹਾਡਾ ਜਿਵੇਂ ਯੂਰੀਨ ਟੈਸਟ ਹੋਏਗਾ ਜਾਂ ਦੁਬਾਰਾ ਬ੍ਰ ਇਸ ਇੰਟਰਸਟਿੰਗ ਮਤਲਬ ਉਹਦੇ ਲਈ ਵੀ ਤੁਹਾਨੂੰ ਈਵਨ ਦਾ ਕੋਕੈਨ ਤੱਕ ਤੇ ਜਾਣ ਦੇ ਲਈ ਵੀ ਉਦੋਂ ਵੀ ਗੱਡੀ ਚੋਂ ਕੱਢਣ ਦੇ ਲਈ ਵੀ ਕੋਈ ਨਾ ਕੋਈ ਉਹਨਾਂ ਨੂੰ ਚਾਹੀਦਾ ਵੀ ਐਵੀਡੈਂਸ ਇਹ ਰੀਜ਼ਨੇਬਲ ਗਰਾਉਂਡਸ ਚਾਹੀਦੇ ਜਿਹਦੇ ਤੇ ਯਸ ਆਨ ਦੇ ਅੰਦਰ ਮੈਂਸ਼ਨ ਕਰਨ ਦੇ ਲਈ ਕੱਲ ਨੂੰ ਹਾਂ ਜੇ ਡਿਫੈਂਸ ਵਕੀਲ ਥੋੜਾ ਤਕੜਾ ਹੈ ਉਹਨੇ ਪਿਕ ਅਪ ਕਰ ਲਿਆ ਚੀਜ਼ ਤਾਂ ਉਹ ਕੱਲ ਨੂੰ ਰੇਜ਼ ਕਰ ਸਕਦਾ ਕੋਰਟ ਦੇ ਵਿੱਚ ਕਿ ਇਹ ਜੀ ਆ ਰਾਈਟ ਵਾਇਲਟ ਹੋਇਆ ਫਿਰ ਉਹ ਰਾਈਟ ਉਹਦੇ ਬੇਸਿਸ ਤੇ ਆਪਾਂ ਜਿਵੇਂ ਗੱਲ ਕਰ ਰਹੇ ਸਜ਼ਾ ਘੱਟ ਕਰਵਾ ਸਕਦੇ ਆ ਬੰਦੇ ਨੂੰ ਬਰੀ ਵੀ ਕਰਵਾ ਸਕਦੇ ਆ ਜੇ ਜਿਆਦਾ ਵੱਡੀ ਵਾਇਲੇਸ਼ਨ ਨੇ ਤੁਹਾਡੀ ਐਕਸਪੀਰੀਅੰਸ ਕਦੇ ਕੁਝ ਐਵੇਂ ਦਾ ਹੋਇਆ ਜੀ ਹੋਇਆ ਹੋਇਆ ਕੋਈ ਐਕਸਪਲੇਨ ਕਰੋ ਜਿਵੇਂ ਜੀ ਆਹੀ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਜੇ ਕਈ ਵਾਰੀ ਚੰਗੀ ਤਰ੍ਹਾਂ ਵਕੀਲ ਨਾਲ ਹੀ ਗੱਲ ਕਰਾਈ ਹੁੰਦੀ ਜਾਂ ਇੱਕ ਅਕਸਰ ਇੱਥੇ ਪੁਆਇੰਟ ਇਹ ਆ ਜਾਂਦਾ ਹੁਣ ਪੁਲਿਸ ਨੂੰ ਵੀ ਪਤਾ ਹੀ ਹੈ ਵੀ ਲੋਕਾਂ ਦੇ ਕੀ ਰਾਈਟਸ ਨੇ ਵੀ ਕੱਲ ਨੂੰ ਕੋਰਟ 'ਚ ਆਹ ਚੀਜ਼ਾਂ ਉੱਠ ਸਕਦੀਆਂ ਨੇ ਸੋ ਪੁਲਿਸ ਵੀ ਪੂਰੀ ਦੱਸਦੀ ਹੈ ਵੀ ਤੁਹਾਡੀ ਵਕੀਲ ਨਾਲ ਗੱਲ ਹੋਏਗੀ ਤੁਸੀਂ ਤੁਹਾਡੇ ਕੋਲ ਆ ਪਰ ਜਿਵੇਂ ਕਈ ਵਾਰੀ ਨਾ ਪੁਲਿਸ ਆਪਣਾ ਕਲੀਅਰ ਨਹੀਂ ਹੁੰਦੀ ਬੰਦੇ ਨੂੰ ਦੱਸਣ ਚ ਵੀ ਤੁਹਾਡੇ ਕੋਲੇ ਆਪਸ਼ਨ ਹੈ ਪੁਲਿਸ ਬੰਦੇ ਨੂੰ ਪੁੱਛਦੀ ਹੈ ਕਿ ਤੂੰ ਵਕੀਲ ਨਾਲ ਗੱਲ ਕਰਨੀ ਹੈ ਬੰਦਾ ਕਹਿੰਦਾ ਜੀ ਮੇਰਾ ਤਾਂ ਕੋਈ ਵਕੀਲ ਹੈ ਹੀ ਨਹੀਂ ਮੈਂ ਤਾਂ ਦੀ ਇਨੋਸੈਂਟ ਬੰਦਾ شریف ਬੰਦਾ ਮੈਂ ਤਾਂ ਅੱਜ ਅਰੈਸਟ ਹੋ ਗਿਆ ਮੇਰਾ ਤਾਂ ਕੋਈ ਵਕੀਲ ਨਹੀਂ ਹੈਗਾ ਜੀ ਪੁਲਿਸ ਕੰਨੀ ਚੱਲ ਠੀਕ ਹੈ ਪੁਲਿਸ ਫਿਰ ਆਪਣੇ ਨੋਟਸ ਬਣਾ ਲੈਂਦੀ ਅਸੀਂ ਆਪਸ਼ਨ ਦਿੱਤਾ ਸੀ ਬੰਦੇ ਨੇ ਡਿਕਲਾਈਨ ਕਰਤਾ ਪਰ ਬੰਦੇ ਨੂੰ ਉਹਨਾਂ ਨੇ ਇਹ ਨਹੀਂ ਐਕਸਪਲੇਨ ਕੀਤਾ ਵੀ ਤੇਰਾ ਰਾਈਟ ਹੈ ਗੱਲ ਕਰਨਾ ਵਕੀਲ ਨਾਲ ਇਹ ਨਹੀਂ ਕਿ ਤੇਰੇ ਕੋਲ ਹੈ ਨਹੀਂ ਤੇਰਾ ਰਾਈਟ ਹੈ ਜੇ ਤੇਰੇ ਕੋਲ ਨਹੀਂ ਵੀ ਹੈਗਾ ਅਸੀਂ ਤੈਨੂੰ ਵਕੀਲ ਦਵਾਵਾਂਗੇ ਸੋ ਇੱਕ ਇਹ ਇੱਕ ਵਾਇਲੇਸ਼ਨ ਹੈ ਆਮ ਮਿਲਦੀ ਹੈ ਕੇਸਾਂ ਦੇ ਵਿੱਚ ਸਪੈਸ਼ਲੀ ਇਮੀਗ੍ਰੈਂਟਸ ਨਾਲ ਕਿਉਂਕਿ ਇਮੀਗ੍ਰੈਂਟ ਨੂੰ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਆਬਵੀਅਸਲੀ ਜਿਹੜਾ ਨਵਾਂ ਉਤਰਿਆ ਸਾਲ ਦੋ ਸਾਲ ਨੇ ਉਹਨੂੰ ਪਤਾ ਹੀ ਨਹੀਂ ਹੋਊਗਾ ਵਕੀਲ ਨਾਲ ਤਾਂ ਵਾਹ ਹੀ ਨਹੀਂ ਪੈਂਦਾ ਵੱਧ ਤੋਂ ਵੱਧ ਜੇ ਵਕੀਲ ਕੋਲੇ ਜਾਣਗੇ ਤਾਂ ਇਮੀਗ੍ਰੇਸ਼ਨ ਲਾਇਰ ਹੋਊਗਾ ਸੋ ਇਨ ਕੇਸ ਵੀ ਜਦੋਂ ਕੋਈ ਜ ਕਿਸੇ ਨੂੰ ਪੋਲ ਓਵਰ ਕਰਦਾ ਹੈ ਕਿਤੇ ਵੀ ਅਰੈਸਟ ਹੁੰਦਾ ਤੇ ਬੰਦੇ ਕੋਲੇ ਇੱਕ ਰਾਈਟ ਹੈ ਈਵਨ ਦੋ ਜੇ ਉਹਨਾਂ ਕੋਲੇ ਆਪ ਦਾ ਵਕੀਲ ਨਹੀਂ ਹੈ ਤਾਨੂੰ ਪੁਲਿਸ ਵਾਲੇ ਜਾਂ ਜਿਸ ਵੀ ਫੋਰਸ ਨੇ ਤੁਹਾਨੂੰ ਅਰੈਸਟ ਕੀਤਾ ਉਹ ਤੁਹਾਨੂੰ ਇੱਕ ਵਕੀਲ ਕਰਾ ਕੇ ਦੇ ਦੇਣਗੇ ਹਾਂ ਮਤਲਬ ਉਹ ਇਨੀਸ਼ੀਅਲ ਸਲਾਹ ਲਈ ਹੁੰਦਾ ਹੈ ਯਾਨੀ ਕਿਉਂ ਕੇਸ ਲੜੇਗਾ ਤੁਹਾਡਾ ਉਹ ਇੱਕ ਇਨੀਸ਼ੀਅਲ ਸਲਾਹ ਦੇਗਾ ਤੁਹਾਨੂੰ ਉਸ ਤੋਂ ਬਾਅਦ ਪੁਲਿਸ ਆਪਣੀ ਇੰਟਰਵਿਊ ਲਏਗੀ ਸਾਰਾ ਕੁਝ ਕਰੇਗੀ ਉਸ ਤੋਂ ਬਾਅਦ ਤੁਹਾਡੇ ਕੋਲੇ ਫਿਰ ਤੁਹਾਨੂੰ ਛੱਡ ਦਿੰਦੇ ਨੇ ਬੇਲ ਦੇ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਵਕੀਲ ਹੋਰ ਹਾਇਰ ਕਰ ਸਕਦੇ ਕੁਸ਼ਕ ਤਾਂ ਕੇਸ ਨਾ ਇੱਕ ਸੈਂਸਿਟਿਵ ਹੈ ਥੋੜਾ ਕੌਰਨਵਾਲ ਦੇ ਅੰਦਰ ਮੈਂ ਸਿਟੀ ਦਾ ਸਿਰਫ ਨਾਮ ਲਵਾਂਗਾ ਉਸ ਤੋਂ ਬਾਅਦ ਨਹੀਂ ਮੁੰਡਾ ਕੁੜੀ ਗਰਲਫ੍ਰੈਂਡ ਬॉयਫ੍ਰੈਂਡ ਹੁੰਦੇ ਨੇ ਉਹਨਾਂ ਦਾ ਕੋਈ ਆਪਸ ਦੇ اندر ਨਾ ਅਨਬਨ ਹੋ ਜਾਂਦੀ ਆ ਪਤਾ ਨਹੀਂ ਕੀ ਹੁੰਦੀ ਹੈ ਕੀ ਨਹੀਂ ਬੜੋ ਬੰਦਾ ਨੋਨ ਹੈ ਸਾਡੀ ਸਾਰਿਆਂ ਦੀ ਕਿਤੋਂ ਦੀ ਸਟੋਰੀ ਸਾਹਮਣੇ ਆਈ ਤੇ ਕੁੜੀ ਨੇ ਉਹਨੂੰ ਅਰੈਸਟ ਕਰਾਤਾ ਵੀ ਹੀ ਵਾਸ ਟਰਾਇੰਗ ਟੂ ਫਿਜ਼ੀਕਲ ਅਸਾਲਟ ਮੀ ਰੇਪ ਦੇ ਚਾਰਜਸ ਲੱਗੇ ਉਹਦੇ ਉੱਤੇ ਜਦੋਂ ਉਹਦਾ ਮੈਡੀਕਲ ਹੋਇਆ ਉਹਨਾਂ ਦਾ ਨਿਕਲਿਆ ਵੀ ਤੇ ਹੁਣ ਉਹ ਬੰਦਾ ਇਸ ਟਾਈਮ ਜੇਲ ਚ ਹੈ ਤੇ ਉਹਨੂੰ ਤਕਰੀਬਨ 4 ਸਾਲ ਹੋ ਗਏ ਤੇ ਅੰਦਰੋਂ ਤਾਂ ਆਬਵੀਸਲੀ ਜੋ ਫਸਿਆ ਉਹ ਤਾਂ ਇਹੀ ਕਹਿ ਰਿਹਾ ਵੀ ਮੈਨੂੰ ਤਾਂ ਅੰਦਰੋਂ ਅੰਦਰ ਟਰੀਟ ਵੀ ਨਹੀਂ ਵਧੀਆ ਕਰ ਰਹੇ ਤੇ ਮੇਰੀ ਸੁਣਵਾਈ ਵੀ ਨਹੀਂ ਹੋ ਰਹੀ ਪਰ ਇੱਕ ਜੜ ਤੋਂ ਬੰਦੇ ਨੂੰ ਤੁਹਾਡੇ ਸਾਹਮਣੇ ਐਵੇਂ ਦੇ ਕੇਸ ਆਏ ਨੇ ਪਹਿਲੀ ਗੱਲ ਇਹ ਨਹੀਂ ਹਾਂਜੀ ਸੈਕਸੁਅਲ ਸੌਲਡ ਦੀ ਗੱਲ ਕਰ ਰਹੇ ਹਾਂ ਜਾਂ ਸੈਕਸ਼ੂਅਲ ਅਸੌਲਡ ਵੀ ਮਤਲਬ ਰਿਲੇਸ਼ਨਸ਼ਿਪ ਨਹੀਂ ਬਣੇ ਕਈ ਵਾਰੀ ਵਧੀਆ ਤੇ ਉਹਨਾਂ ਨੇ ਚੱਕ ਕੇ ਉਹਨਾਂ ਦੇ ਉੱਤੇ ਕੇਸ ਲਾਤਾ ਉਥੇ ਉਸ ਕੇਸ ਦੇ ਅੰਦਰ ਕਿਵੇਂ ਬਚਣਾ ਚਾਹੀਦਾ ਬੰਦੇ ਨੂੰ ਹਾਂਜੀ ਸੈਕਸ ਸੌਲਡ ਦੀ ਗੱਲ ਕਰ ਰਹੇ ਹੋ ਤੁਸੀਂ ਜੇ ਮਤਲਬ ਬੰਦਾ ਗਿਲਟੀ ਨਾ ਹੋਵੇ ਇਦਾਂ ਦਾ ਨਹੀਂ ਕੀਤਾ ਬਟ ਅਗਲਾ ਬੰਦਾ ਚਾਰਜ ਪਵਾ ਰਿਹਾ ਇਸ ਚੀਜ਼ ਦੇ ਉੱਤੇ ਬਟ ਈਵਨ ਸਾਰਾ ਕੁਝ ਪਹਿਲਾਂ ਸਭ ਕੁਝ ਸਹੀ ਰਿਹਾ ਫਿਰ ਇੱਕਦਮ ਕਿਉਂਕਿ ਜਿੰਨਾ ਮੈਨੂੰ ਪਤਾ ਜੇ ਕੋਈ ਬੰਦਾ ਤੁਹਾਡੇ ਤੇ ਕੇਸ ਕਰਦਾ ਕੋਈ ਵਿਅਕਤੀ ਦਾ ਕੋਈ ਹੋਵੇ ਜਿੱਤੇ ਹੋਈ ਆ ਚੀਜ਼ ਤੇ ਉਹ ਕੇਸ ਕਰ ਦਿੰਦਾ ਤਾਂ ਜੋ ਕੇਸ ਹੁੰਦਾ ਮੋਸਟਲੀ ਸਿਟੀ ਵਰਸਸ ਜਿਹੜਾ ਜਿਹਨੇ ਕੀਤਾ ਹੁੰਦਾ ਉਹਦੇ ਲਈ ਹੋ ਜਾਂਦਾ ਆ ਸੋ ਐਜ਼ ਏ ਜਿਹੜੇ ਬੰਦੇ ਦਾ ਕੇਸ ਜਿੱਦਾਂ ਕੋ ਗਲਤ ਚੀਜ਼ ਹੋਈ ਹੈ ਜੋ ਵੀ ਕਰਦਾ ਆ ਤੋਂ ਉਹਨੂੰ ਦੱਸਣਾ ਪੈਂਦਾ ਹੈ ਕਿ ਮੈਂ ਇਹ ਸਭ ਹੋਇਆ ਉਹ ਸਿਰਫ ਐਜ਼ੇ ਗਵਾਹੀ ਰਹਿ ਜਾਂਦਾ ਇੱਕ ਸੋ ਮੋਸਟਲੀ ਇਦਾਂ ਬਈ ਇਹ ਕਹਿਣ ਦਾ ਇਦਾਂ ਆ ਵੀ ਜਿੱਦਾਂ ਕਈ ਵਾਰੀ ਕੇਸ ਹੋਇਆ ਜਿੱਦਾਂ ਫੋਰ ਇਨਸਟੈਂਸ ਸੈਕਸ਼ੂਅਲ ਅਸਾਲਟ ਆ ਕੁਝ ਵੀ ਹੋਇਆ ਤੇ ਕਈ ਵਾਰੀ ਇੱਕ ਬੰਦੇ ਕੋਲੇ ਜਿੱਦਾਂ ਜਿਹਦੇ ਨਾਲ ਹੋਇਆ ਹੁਣ ਜਿੱਦੇ ਕਿਸੇ ਦੀ ਫਾਈਟ ਹੋ ਗਈ ਕਿਸੇ ਨੇ ਕਿਸੇ ਨੂੰ ਮਾਰਿਆ ਉਹਨੇ ਇੱਕ ਵਾਰੀ ਰਿਪੋਰਟ ਤਾਂ ਕਰਾਤੀ ਰਿਪੋਰਟ ਕਰਾਉਣ ਤੋਂ ਬਾਅਦ ਉਹਦਾ ਇਹ ਹੋ ਰਿਹਾ ਵੀ ਮੈਂ ਹੁਣੇ ਕੇਸ ਲੜਨਾ ਨਹੀਂ ਇਹਦਾ ਦੂਜਾ ਸਿਨੈਰੀਓ ਆ ਗਿਆ ਨਾ ਵੀ ਮੈਂ ਕਿ ਕਿਸ ਲੜਿਆ ਲੜਨਾ ਨਹੀਂ ਫਿਰ ਸਿਟੀ ਨੇ ਵੀ ਮੈਂ ਦੇਖੇ ਮੈਂ ਇੱਕ ਦੋ ਕੇਸ ਮੇਰੇ ਸਾਹਮਣੇ ਨੇ ਸਿਟੀ ਨੇ ਮਤਲਬ ਜਿਹੜੀ ਗਵਰਨਮੈਂਟ ਹੈ ਗਵਰਨਮੈਂਟ ਵਾਲਿਆਂ ਨੇ ਕਹਿਤਾ ਵੀ ਆਹ ਕੇਸ ਹੁਣ ਤੇਰਾ ਨਹੀਂ ਰਿਹਾ ਇਹ ਹੁਣ ਸਾਡਾ ਹੋ ਗਿਆ ਦਨ ਦੇ ਫਾਈਟ ਫਾਰ ਯੂ ਯਾ ਇਹ ਕਿੱਦਾਂ ਹੁੰਦਾ ਹਾਂਜੀ ਕੀ ਹੁੰਦਾ ਜੀ ਇੱਕ ਦੁਨੀਆ ਦਾ ਕ੍ਰਾਈਮਨਲ ਲਾਅ ਦਾ ਪ੍ਰਿੰਸੀਪਲ ਇਹ ਹੈ ਕਿ ਜਦੋਂ ਆਪਾਂ ਕੋਈ ਕ੍ਰਾਈਮ ਕਮਿਟ ਕਰਦੇ ਆ ਨਾ ਚਾਹੇ ਉਹ ਇੰਡੀਆ ਇੰਗਲੈਂਡ ਹੈ ਕੈਨੇਡਾ ਯੂ ਐਸਏ ਆਸਟ੍ਰੇਲੀਆ ਜਿਹੜਾ ਮਰਜੀ ਕੰਟਰੀ ਹੈ ਦੁਨੀਆ ਦਾ ਇੱਕ ਕ੍ਰਾਈਮਨਲ ਲਾਅ ਦਾ ਸੇਮ ਪ੍ਰਿੰਸੀਪਲ ਉਹ ਆਪਾਂ ਸਿਰਫ ਉਸ ਬੰਦੇ ਦੇ ਅਗੇਂਸਟ ਨਹੀਂ ਕਮਿਟ ਕਰਦੇ ਆਪਾਂ ਸੋਸਾਇਟੀ ਦੇ ਅਗੇਂਸਟ ਕਮਿਟ ਕਰਦੇ ਆ ਹੁਣ ਸਪੋਜ਼ ਕਰੋ ਤੁਸੀਂ ਕੋਈ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੋ ਤੁਹਾਨੂੰ ਪੁਲਿਸ ਨੇ ਫੜ ਲਿਆ ਅਰੈਸਟ ਕਰ ਲਿਆ ਤੁਸੀਂ ਐਕਸੀਡੈਂਟ ਕੋਈ ਕਰਤਾ ਤੁਸੀਂ ਸਿਰਫ ਜਿਹੜੇ ਬੰਦੇ ਨੇ ਐਕਸੀਡੈਂਟ ਕੀਤਾ ਜਾਂ ਜਿਹੜਾ ਬੰਦਾ ਮਾਰਤਾ ਤੁਸੀਂ ਉਹਦੇ ਅਗੇਂਸਟ ਨਹੀਂ ਤੁਸੀਂ ਕ੍ਰਾਈਮ ਕਮਿਟ ਕੀਤਾ ਤੁਸੀਂ ਸੋਸਾਇਟੀ ਦੇ ਅਗੇਂਸਟ ਕ੍ਰਾਈਮ ਕਮਿਟ ਕੀਤਾ ਕਿਉਂਕਿ ਹੋ ਸਕਦਾ ਤੁਸੀਂ ਕੱਲ ਨੂੰ ਕਿਸੇ ਹੋਰ ਨੂੰ ਵੀ ਮਾਰ ਸਕਦੇ ਸੀ ਤੁਹਾਡੇ ਕ੍ਰਾਈਮ ਕਮਿਟ ਕਰਨ ਨਾਲ ਸੋਸਾਇਟੀ 'ਚ ਇੱਕ ਡਰ ਪੈਦਾ ਹੋ ਗਿਆ ਚਾਰ ਬੰਦੇ ਇਫੈਕਟ ਹੋਏ ਜਿਵੇਂ ਤੁਸੀਂ ਕਹਿ ਰਹੇ ਹੋ ਮਰਡਰ ਦਾ ਕੋਈ ਕੇਸ ਆ ਜਾਂਦਾ ਹੈ ਉਹਦਾ ਨਾ ਹੋਰ ਸੋਸਾਇਟੀ ਚ ਕਮਿਊਨਿਟੀ ਡਰ ਪੈਦਾ ਹੋ ਜਾਂਦਾ ਹੈ ਕਿ ਮਰਡਰਰ ਸਾਡੇ ਵਿੱਚ ਘੁੰਮ ਰਿਹਾ ਸੀ ਉਹਨੇ ਮਰਡਰ ਕਰਤਾ ਸੋ ਜਿਹੜਾ ਕ੍ਰਾਈਮ ਹੈ ਉਹਨੂੰ ਆਪਾਂ ਮੰਨਦੇ ਆ ਕਿ ਉਹ ਸੋਸਾਇਟੀ ਜਾਂ ਜਿਹਨੂੰ ਆਪਾਂ ਕਹਿੰਦੇ ਨੇ ਸਰਕਾਰ ਦੇ ਅਗੇਂਸਟ ਕਮਿਟ ਹੋਇਆ ਹੁੰਦਾ ਕਿਉਂਕਿ ਸਰਕਾਰ ਸੋਸਾਇਟੀ ਦੀ ਇੱਕ ਰੈਪ੍ਰੈਜ਼ੈਂਟੇਟਿਵ ਹੈ ਠੀਕ ਹੈ ਜੀ ਸੋ ਇੰਡੀਆ ਦੇ ਵਿੱਚ ਵੀ ਜਦੋਂ ਕੋਈ ਕ੍ਰਾਈਮ ਹੁੰਦਾ ਸਪੋਜ਼ ਕਰੋ ਮੈਂ ਤੁਹਾਡੇ ਅਗੇ ਮੈਂ ਤੁਹਾਨੂੰ ਮੰਨ ਲਓ ਮੁੱਕਾ ਮਾਰਤਾ ਠੀਕ ਹੈ ਜੀ ਮੇਰੇ ਤੇ ਸੌੜ ਦਾ ਚਾਰ ਲੱਗ ਗਿਆ ਤਾਂ ਉਹ ਕੇਸ ਹਰਪ੍ਰੀਤ ਵਰਸਸ ਜਸਮਿੰਦਰ ਨਹੀਂ ਹੋਏ ਉਹ ਕੇਸ ਹੋਏਗਾ ਜੀ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਨੀ ਆ ਯੂਨੀਅਨ ਯੂਨੀਅਨ ਆਫ ਇੰਡੀਆ ਜਾਂ ਸਟੇਟ ਵਰਸਸ ਜਸਮਿੰਦਰ ਕਿਉਂਕਿ ਮੈਂ ਅਕਿਊਜ਼ਡ ਆ ਜਾਂ ਉਰੇ ਆਪਾਂ ਕਹਿੰਦੇ ਨੇ ਕਿਉਂਕਿ ਆਪਾਂ ਕਰਾਉਨ ਦੇ ਅੰਡਰ ਆਉਂਦੇ ਆ ਤਾਂ ਉਰੇ ਆਰ ਵਰਸਸ ਜਸਮਿੰਦਰ ਸਿੰਘ ਹੁੰਦਾ ਹਰ ਕੇਸ ਦਾ ਨਾਮ ਹੁੰਦਾ ਆਰ ਵਰਸਸ ਆਰ ਦਾ ਮਤਲਬ ਹੁੰਦਾ ਆ ਰੈਕਸ ਯਾ ਰਜਾਇਨਾ ਇਟਾਲੀ ਇਹ ਨਹੀਂ ਆਪਣੇ ਲਾਟਿਨ ਦੇ ਵਰਡਸ ਨੇ ਤਾਂ ਰੈਕਸ ਦਾ ਮਤਲਬ ਹੁੰਦਾ ਕਿੰਗ ਰਜਾਇਨਾ ਮਤਲਬ ਕੁਇਨ ਤਾਂ ਜਦੋਂ ਤੱਕ ਕੁਇਨ ਸੀਗੀ ਇੰਗਲੈਂਡ 'ਚ ਤਾ ਹਰ ਕੇਸ ਦਾ ਨਾਮ ਹੁੰਦਾ ਸੀ ਰਜਾਇਨਾ ਵਰਸਸ ਫਲਾਣਾ ਹੁਣ ਰੈਕਸ ਵਰਸਸ ਫਲਾਣਾ ਸੋ ਤਾਂ ਕਰਕੇ ਪਹਿਲੀ ਗੱਲ ਤਾਂ ਇਹ ਦੂਸਰੀ ਗੱਲ ਹਾਂ ਜੇ ਨਾ ਤੁਸੀਂ ਪੁਲਿਸ ਨੂੰ ਕਾਲ ਕਰਤੀ ਦੱਸਤਾ ਵੀ ਮੇਰੇ ਨਾਲ ਆ ਹੋਇਆ ਪੁਲਿਸ ਆ ਗਈ ਪੁਲਸ ਨੇ ਦੇਖਿਆ ਵੀ ਹਾਂ ਇਹ ਗੱਲਾਂ ਹੋਈਆਂ ਨੇ ਪੁਲਸ ਨੂੰ ਲੱਗਿਆ ਵੀ ਹਾਂ ਇਹ ਚੀਜ਼ ਕਮਿਟ ਹੋਈ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਜੇ ਉਸ ਚੀਜ਼ ਤੋਂ ਕੋਈ ਆਫੈਂਸ ਲੱਗਦਾ ਵੀ ਹਾਂ ਇਹ ਇਹ ਜਿਹੜੀ ਗੱਲ ਦੱਸ ਰਹੇ ਇਹ ਸਾਨੂੰ ਆ ਆਫੈਂਸ ਲੱਗ ਰਿਹਾ ਵੀ ਆ ਬਣਦਾ ਪੁਲਸ ਨੇ ਚਾਰਜਸ ਲਾ ਦੇ ਨੇ ਉਸ ਬੰਦੇ ਤੇ ਜੋਰੇ ਕਰ ਚਾਰजेस ਲੱਗੇ ਉਹ ਕੇਸ ਉਹਦੇ ਰਜਿਸਟਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਕੰਪਲੇਨੈਂਟ ਹੈ ਜਿਨੇ ਦੋਸ਼ ਲਾਏ ਨੇ ਉਹ ਚਾਰਜ ਵਾਪਸ ਨਹੀਂ ਲੈ ਸਕਦਾ ਹੁੰਦਾ ਮੇਰੇ ਕੋਲੇ ਜਿੰਨੇ ਵੀ ਡੋਮੈਸਟਿਕ ਕੇਸਸ ਨੇ ਡੋਮੈਸਟਿਕ ਅਸੌਲਟ ਕਹਿ ਲੋ ਸੈਕਸ ਅਸੌਲਟ ਕਹਿ ਲੋ ਅ ਅਸੌਲਟ ਕਹਿ ਲੋ ਜਿਹੜੇ ਹਸਬੈਂਡ ਵਾਈਫ ਜਾਂ ਗਰਲਫ੍ਰੈਂਡ ਬॉयਫ੍ਰੈਂਡ ਦੇ ਕੇਸਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਯੂਜੁਅਲੀ ਫੀਮੇਲ ਹੁੰਦੀ ਹੈ ਕੰਪਲੇਨੈਂਟ ਵਾਈਫ ਜਾਂ ਗਰਲਫ੍ਰੈਂਡ ਨੇ ਆਪਣੇ ਹਸਬੈਂਡ ਜਾਂ ਬॉयਫ੍ਰੈਂਡ ਤੇ ਚਾਰਜ ਲਵਾਤੇ ਉਹ 90% ਕੇਸਿਸ ਦੇ ਵਿੱਚ ਜਦੋਂ ਪੁਲਿਸ ਜਾ ਕੇ ਅਰੈਸਟ ਕਰਨ ਲੱਗਦੀ ਹੈ ਉਸ ਬੰਦੇ ਨੂੰ ਨਾਲ ਦੀ ਨਾਲ ਹੀ ਵਾਈਫ ਰੌਲਾ ਪਾਣ ਲੈਂਦੀ ਮੈਂ ਤਾਂ ਹੀ ਡਰਾਉਣਾ ਹੀ ਸੀਗਾ ਤੁਸੀਂ ਅਰੈਸਟ ਨਾ ਕਰੋ ਇਸ ਬੰਦੇ ਨੂੰ ਵੀ ਮੈਂ ਚਾਰਜ ਵਾਪਸ ਲੈਣੀਆਂ ਮੈਂ ਉਹ ਫਿਰ ਪੁਲਿਸ ਸਮਝਾਉਂਦੀ ਜੀ ਤੁਸੀਂ ਹੁਣ ਐ ਨਹੀਂ ਕਰ ਸਕਦੇ ਹੁਣ ਤੁਹਾਡਾ ਹਸਬੰਦ ਅਸੀਂ ਅਰੈਸਟ ਕਰ ਲਿਆ ਹੁਣ ਅਸੀਂ ਚਾਰਜ ਲਿਆਤੇ ਹੁਣ ਉਹਨੂੰ ਸਿਰਫ ਕੋਰਟ ਚੋਂ ਹੀ ਬਰੀ ਹੋ ਸਕਦਾ ਜੇ ਹੋ ਸਕਦਾ ਹੁਣ ਤੁਸੀਂ ਨਹੀਂ ਕੁਝ ਕਰ ਸਕਦੇ ਕਿਉਂਕਿ ਤੁਸੀਂ ਕੰਪਲੇਂਟ ਦੇਤੀ ਐ ਸਾਨੂੰ ਇੱਕ ਵਾਰੀ ਹੁਣ ਇੰਡੀਆ ਲੋਕ ਆਏ ਹੁੰਦੇ ਨਹੀਂ ਇੰਡੀਆ ਵਾਲਾ ਮਾਈਂਡਸੈਟ ਲੈ ਕੇ ਵੀ ਪੁਲਿਸ ਨੂੰ ਜੀ 20 ਵਾਰ ਫੋਨ ਕਰਨਾ ਪਏਗਾ ਪਹਿਲਾਂ ਤਾਂ ਪੁਲਿਸ ਤਾਂ ਐਫ ਆਈ ਆਰ ਰਿਸਟਰ ਕਰੇਗੀ ਇੰਡੀਆ ਚ ਪੁਲਿਸ ਐਫ ਆਈ ਆਰ ਰਿਸਟਰ ਕਰਨ ਤੇ ਨਹੀਂ ਆਉਂਦੀ ਇੱਥੇ ਪੁਲਿਸ ਬਹੁਤ ਐਕਟਿਵ ਐ ਪੁਲਿਸ ਨਾਲ ਦੀ ਨਾਲ ਕਰ ਦਿੰਦੀ ਚਾਰਜਸ ਲਈ ਹੁਣ ਗੱਲ ਕੀ ਐ ਕਿ ਇੱਕ ਵਾਰ ਚਾਰਜਸ ਲਏ ਹੋਗੇ ਤੁਸੀਂ ਦੇਖੋ ਵੀ ਕਿੱਡਾ ਵੱਡਾ ਮੇਰੇ ਕੋਲ ਕਈ ਕੇਸਿਸ ਐਵੇਂ ਵੀ ਨੇ ਜਿਦੇ ਵਿੱਚ ਵਾਈਫ ਨੇ ਪਹਿਲਾਂ ਪੁਲਿਸ ਨੂੰ ਫੋਨ ਕੀਤਾ ਵੀ ਮੇਰੇ ਨਾਲ ਆ ਹੋਇਆ ਸੈਕਸ ਵਾਲ ਦੇ ਵੀ ਚਾਰजेस ਲਵਾਏ ਵਾਈਫ ਨੇ ਵਾਈਫ ਨੇ ਪੁਲਸ ਨੇ ਹਸਬੰਡ ਨੂੰ ਫੋਨ ਕੀਤਾ ਵੀ ਤੇਰੇ ਖਿਲਾਫ ਆ ਅਲੀਗੇਸ਼ਨ ਹੈ ਤੂੰ ਇੰਨੇ ਟਾਈਮ ਤੇ ਸਾਡੇ ਕੋਲੇ ਸਟੇਸ਼ਨ ਆ ਜਾ ਅਸੀਂ ਤੇਰੇ ਨਾਲ ਗੱਲਬਾਤ ਕਰਨੀ ਹੈ ਵਾਈਫ ਹੀ ਇੰਨੇ ਚ ਵਾਈਫ ਤੇ ਹਸਬੰਡ ਦਾ ਲੜਾਈ ਠੰਡੀ ਹੋ ਗਈ ਉਹ ਨਾਰਮਲ ਹੋ ਗਏ ਵਾਈਫ ਹੀ ਹਸਬੰਡ ਨੂੰ ਲੈ ਕੇ ਸਟੇਸ਼ਨ ਗਈ ਨਾਲ ਤੇ ਉੱਥੇ ਜਾ ਕੇ ਕਹਿੰਦੀ ਵੀ ਇਹ ਮੈਂ ਤਾਂ ਵਾਪਸ ਲੈਣਾ ਜੀ ਇਹਨੂੰ ਛੱਡੋ ਪਰੇ ਤੁਸੀਂ ਮੈਂ ਇਹਨੂੰ ਘਰੇ ਲੈ ਕੇ ਜਾਣਾ ਉਹ ਬੰਦੇ ਕਹਿੰਦੇ ਪੁਲਿਸ ਵਾਲੇ ਕਹਿੰਦੇ ਨਹੀਂ ਅਸੀਂ ਤਾਂ ਚਾਰਜ ਲਾਵਾਂਗੇ ਕਿਉਂਕਿ ਤੁਸੀਂ ਕਲਮੂਲੇਟ ਦਿੱਤੀ ਹੈ ਤੇ ਸਾਨੂੰ ਲੱਗ ਰਿਹਾ ਹੈ ਅਫੈਂਸ ਮੇਕ ਆਊਟ ਹੋਇਆ ਹੈ ਤੇ ਵਾਈਫ ਨੇ ਰੋਲਾ ਪਾਦਾ ਪੁਲਿਸ ਸਟੇਸ਼ਨ ਦੇ ਵਿੱਚ ਕਿ ਮੈਂ ਤਾਂ ਛੱਡੂ ਇਹਨੂੰ ਮੈ ਲੈ ਕੇ ਜਾਣਾ ਪੁਲਿਸ ਨੇ ਫਿਰ ਵੀ ਚਾਰਜ ਲਾਏ ਕਿ ਇੱਥੇ ਵਿਕਟਮ ਵੀ ਇਹ ਪਿੱਛੇ ਨਹੀਂ ਹਟ ਸਕਦਾ ਜੇ ਇੱਕ ਵਾਰੀ ਤੁਹਾਡੇ ਕੇਸ ਚਾਰਜ ਹੋ ਜਾਂਦੇ ਗਏ ਇੰਡੀਆ 'ਚ ਵੀ ਨਹੀਂ ਹਟ ਸਕਦਾ ਪਰ ਇੰਡੀਆ 'ਚ ਰਾਜੀਨਾਮਾ ਕਰਨਾ ਪੁਲਿਸ ਨੂੰ ਟਕਾਣਾ ਜਾਂ ਤੁਸੀਂ ਕਹੋ ਕੋਰਟਸ 'ਚ ਰਾਜੀਨਾਮੇ ਕਰਨੇ ਸੌਕੇ ਨੇ ਇੱਥੇ ਔਖੇ ਨੇ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਇੱਕ ਵਾਰੀ ਚਾਰਜ ਲੱਗ ਜਾਣਾ ਇਹ ਮੇਰੇ ਕੋਲ ਇੰਨਾ ਕੁਐਸਚਨ ਆਉਂਦਾ ਜਿੰਨੇ ਡੋਮੈਸਟਿਕ ਹਸਬੰਡ ਵਾਈਫ ਦੇ ਕੇਸਿਸ ਜਾਂ ਬੌਫਰੈਂਡ ਗਰਲਫ੍ਰੈਂਡ ਜਾਂ ਤੁਸੀਂ ਜਿਵੇਂ ਦੱਸਿਆ ਇਹਦੇ ਵਿੱਚ ਇੱਕ ਵਾਰੀ ਚਾਰਜ ਲੱਗ ਜਾਂਦੇ ਨੇ ਫਿਰ ਉਹਦੇ ਬਾਅਦ ਉਹ ਵਾਪਸ ਨਹੀਂ ਹੋ ਸਕਦੇ ਸੋ ਹੁਣ ਤੁਸੀਂ ਦੇਖੋ ਵੀ ਕਿੱਡਾ ਵੱਡਾ ਇਫੈਕਟ ਪੈ ਗਿਆ ਇਸ ਚੀਜ਼ ਨਾਲ ਕਿਤੇ ਤਾਂ ਜੇ ਉਹ ਬੰਦੇ ਆਪਣੀ ਹਸਬੰਡ ਵਾਈਫ ਉਸ ਗੱਲ ਨੂੰ ਠੰਡਾ ਆ 25 ਸਲਝਾ ਲੈਂਦੇ ਤੇ ਬਹੁਤ ਬਹੁਤ ਕੇਸਾਂ ਦੇ ਵਿੱਚ ਤਾਂ ਐਕਚੁਅਲ 'ਚ ਕੁਝ ਹੋਇਆ ਵੀ ਨਹੀਂ ਹੁੰਦਾ ਵਾਈਫ ਨੇ ਸਿਰਫ ਉਹੀ ਸਬਕ ਸਿਖਾਉਣ ਨੂੰ ਵੀ ਚੱਲ ਮੇਰਾ ਹਸਬੰਡਾ ਸਿੱਧਾ ਰਹੇਗਾ ਥੋੜਾ ਜਿਹਾ ਵੀ ਉਹਨੂੰ ਡਰਾ ਦਈਏ ਮੜਾ ਜਾ ਉਹੀ ਫੋਨ ਕਰ ਦਿੰਦੀ ਹੈ ਤੇ ਫਿਰ ਵਾਈਫ ਜਦੋਂ ਫੋਨ ਕਰਦੀ ਵੀ ਹੈ ਨਾ ਇਹ ਨਹੀਂ ਕਿ ਵਾਈਫਸ ਕੋਈ ਜਾਂ ਫੀਮੇਲ ਝੂਠ ਬੋਲਦੀਆਂ ਨੇ ਪਰ ਕਈ ਕੇਸਿਸ ਅਸੀਂ ਦੇਖਦੇ ਨੇ ਜਿਹਦੇ ਵਿੱਚ ਐਕਚੁਅਲ ਜੋ ਇੰਨਾ ਨਹੀਂ ਹੋਇਆ ਹੁੰਦਾ ਐਗਜ਼ੈਜਰੇਟ ਕਰਕੇ ਦੱਸਦੀਆਂ ਨੇ ਉਹਨਾਂ ਦੀ ਫਰੈਂਡ ਚੱਕ ਦਿੰਦੀਆਂ ਨੇ ਇਹਨਾਂ ਨੂੰ ਵੀ ਤੂੰ ਆਹ ਚਾਰਜ ਜੀ ਲਵਾ ਫਲਾਣੇ ਨੇ ਉਹ ਵੀ ਲਵਾਏ ਸੀ ਉਹਦਾ ਹਸਬੰਡ ਬੜੀ ਧੀਰ ਅੰਦਰ ਰਿਹਾ ਹੈ ਕੋਈ ਸਲਾਹ ਦਿੰਦੀ ਹੈ ਜੀ ਤੁਸੀਂ ਐ ਕਰੋ ਥਰਸਡੇ ਨੂੰ ਫੋਨ ਕਰੋ ਫਰਾਈਡੇ ਨੂੰ ਕਾਲ ਕਰੋ ਪੁਲਿਸ ਨੂੰ ਤਾਂ ਕਿ ਪੁਲਿਸ ਫਰਾਈਡੇ ਅਰੈਸਟ ਕਰ ਲੇ ਸੈਟ ਦੇ ਸੰਡੇ ਕੋਡ ਬੰਦ ਹੁੰਦੀ ਨੂੰ ਮੰਡੇ ਤੱਕ ਬੇਲ ਨਹੀਂ ਮਿਲੇਗੀ ਮੰਡੇ ਤੱਕ ਅੰਦਰ ਮਤਲਬ ਉਹਦੇ ਨਾਲ ਕੀ ਹੁੰਦਾ ਕਿ ਕਿੱਥੇ ਦਾ ਤੁਸੀਂ ਹਸਬੰਡ ਵਾਈਫ ਦੇਖੋ ਹਰ ਇੱਕ ਬੰਦੇ ਦੇ ਕਿਹਦੇ ਝਗੜੇ ਨਹੀਂ ਹੁੰਦੇ ਕਿਹਦੇ ਚ ਕੀ ਨਹੀਂ ਹੁੰਦਾ ਪਰ ਜੇ ਕੋਈ ਐਵੇਂ ਦੀ ਗੱਲ ਹੈ ਜਿਹੜੀ ਆਪਸ ਸੁਲਝਾਈ ਜਾ ਸਕਦੀ ਹੈ ਉਹਨੂੰ ਆਪਸ ਸੁਲਝਾ ਲੈਣਾ ਚਾਹੀਦਾ ਪੁਲਿਸ ਨੂੰ ਇਨਵੋਲ ਨਹੀਂ ਕਰਨਾ ਚਾਹੀਦਾ ਆਬਵੀਅਸਲੀ ਮੈਂ ਕੋਈ ਡਿਸਕਰੇਜ ਨਹੀਂ ਕਰ ਰਿਹਾ ਜ ਜਿਹਦੇ ਨਾਲ ਕੋਈ ਕ੍ਰਾਈਮ ਕਮਿਟ ਹੋਇਆ ਉਹ ਨਾਲ ਦੀ ਨਾਲ ਉਹਦਾ ਹੱਕ ਹੈ ਪੁਲਿਸ ਨੂੰ ਦੱਸਣਾ ਪਰ ਇੱਕ ਡੋਮੈਸਟਿਕ ਰਿਲੇਸ਼ਨਸ਼ਿਪ ਦੇ ਵਿੱਚ ਮੈਂ ਕਿਉਂਕਿ ਮੈਂ ਦੱਸੂਗਾ ਕਿ ਮੈਂ ਗੱਲਾਂ ਕਿਉਂ ਕਹਿ ਰਿਹਾ ਡੋਮੈਸਟਿਕ ਰਿਲੇਸ਼ਨਸ਼ਿਪ ਦੇ ਵਿੱਚ ਜੋ ਸਮਝ ਸੁਲਝਾ ਲਿਆ ਹੁੰਦਾ ਤਾਂ ਉਹ ਗੱਲ ਉੱਥੇ ਹੀ ਖਤਮ ਹੋ ਜਾਣੀ ਸੀ ਇੱਕ ਵਾਰੀ ਤੁਸੀਂ ਫੋਨ ਕਰਤਾ ਹਸ ਹਸਬੈਂਡ ਨੂੰ ਜਦੋਂ ਜਦੋਂ ਚਾਰਜਿਸ ਲੱਗ ਗਏ ਪੁਲਿਸ ਕੋਰਟ ਦੇ ਦੇ ਕੇ ਛੱਡ ਦਿੰਦੀ ਹੈ ਵੀ ਹੁਣ ਤੇਰੇ ਤੇ ਆ ਕੁਝ ਕੰਡੀਸ਼ਨਸ ਲਾਤੀਆਂ ਅਸੀਂ ਤੇਰੀ ਫਲਾਣੀ ਕੋਰਟ ਡੇਟ ਹੈ ਹੁਣ ਤੇਰਾ ਕੇਸ ਚੱਲੇਗਾ ਤੂੰ ਜਾ ਤੂੰ ਫਰੀਆਂ ਤੈਨੂੰ ਬੇਲ ਦੇਤੀ ਅਸੀਂ ਉਹਦੇ ਚ ਮੇਨ ਕੰਡੀਸ਼ਨ ਇਹ ਹੁੰਦੀ ਹੈ ਕਿ ਤੁਸੀਂ ਕੰਪਲੇਨੈਂਟ ਨਾਲ ਗੱਲ ਕਰ ਸਕਦੇ ਹੋ ਨਾ ਉਹਦੇ ਨੇੜੇ ਜਾ ਸਕਦੇ ਹੋ ਨਾ ਉਹ ਘਰੇ ਜਾ ਸਕਦਾ ਨਾ ਜਿੱਥੇ ਕੰਮ ਕਰਦੀ ਉੱਥੇ ਜਾ ਸਕਦੇ ਹੋ ਹੁਣ ਸਪੋਜ਼ ਕਰੋ ਥੋੜਾ ਆਵਦਾ ਘਰ ਹੈ ਤੁਸੀਂ ਹਸਬੰਡ ਵਾਈਵ ਤੁਹਾਡੇ ਬੱਚੇ ਵੀ ਨੇ ਤੁਸੀਂ ਇੱਕ ਘਰ ਤੇ 10 ਸਾਲ ਤੋਂ ਰਹਿ ਰਹੇ ਹੋ ਤੁਹਾਡੀ ਵਾਈਫ ਨੇ ਤੁਹਾਡੇ ਖਿਲਾਫ ਚਾਰजेस ਲਵਾਤੇ ਤੁਸੀਂ ਅਰੈਸਟ ਹੋ ਗਏ ਤੁਸੀਂ ਆਪਦੇ ਘਰ ਚ ਵਾਪਸ ਵੀ ਨਹੀਂ ਜਾ ਸਕਦੇ ਤੁਹਾਨੂੰ ਇੱਕ ਰੈਂਟ ਤੇ ਰਹਿ ਕੇ ਜਗ੍ਹਾ ਨਵੀਂ ਲੈਣੀ ਪੈਗੀ ਜਾਂ ਕਿਸੇ ਫਰੈਂਡ ਕੋਲ ਰਹਿਣਾ ਪੈਗਾ ਜਿੰਨੀ ਦੇਰ ਕੇਸ ਚੱਲਦਾ ਉਹ ਕੇਸ 6 ਮਹੀਨੇ ਵੀ ਚੱਲ ਸਕਦਾ 2 ਸਾਲ ਵੀ ਚੱਲ ਸਕਦਾ ਜਿੰਨੀ ਵੀ ਦੇਰ ਕੇਸ ਚੱਲਦਾ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਔਖਾ ਮਿਲ ਸਕਦੇ ਹੋ ਜੇ ਵਾਈਫ ਨਾ ਮਲਾਵੇ ਤਾਂ ਬੜਾ ਔਖਾ ਹੋ ਜਾਂਦਾ ਹੈ ਮਿਲ ਨਹੀਂ ਸਕਦੇ ਵਾਈਫ ਨਾਲ ਥੋੜੀ ਆਪਦੀ ਵਾਈਫ ਆ ਉਹਦੇ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ ਤੁਹਾਡੀ ਮਾਰਗੇਜ ਚੱਲ ਰਹੀ ਹੈ ਹਲੇ ਘਰ ਦੀ ਤੁਸੀਂ ਉਹ ਫੇਰ ਵੀ ਪੇ ਕਰਨੀ ਹੈ ਜੇ ਨਹੀਂ ਕਰੋਗੇ ਉਹ ਟੁੱਟੇਗੀ ਤੁਹਾਡੇ ਬਿੱਲ ਚੱਲ ਰਹੇ ਨੇ ਉਹ ਪੇ ਕਰਨੇ ਨੇ ਬੱਚਿਆਂ ਦਾ ਖਰਚਾ ਜੋ ਵੀ ਹੈਗਾ ਉਹ ਸਾਰਾ ਕੁਝ ਕਰਨਾ ਹੀ ਕਰਨਾ ਹੈ ਪਲੱਸ ਤੁਸੀਂ ਜਿਹੜਾ ਆਪਣਾ ਰੈਂਟ ਤੇ ਰਹਿ ਕੇ ਰਹਿ ਰਹੇ ਹੋ ਉਹ ਕਰਨਾ ਹੈ ਲਾਇਰ ਦੀ ਵੀ ਸਾਡ ਖੜੀ ਹੋਗੀ ਮੈਂਟਲ ਸਟ्रेस ਸਾਡ ਖੜਾ ਹੋ ਗਿਆ ਇੰਨੇ ਜੇ ਜਦੋਂ ਤੁਸੀਂ ਅੱਡ ਅੱਡ ਰਹੇ ਨੇ ਤੁਹਾਡੇ ਵਿੱਚ ਕਮਿਊਨੀਕੇਸ਼ਨ ਗੈਪ ਆ ਜਾਂਦਾ ਹਸਬੈਂਡ ਦੇ ਜਿਹੜੇ ਆ ਯਾਰ ਦੋਸਤ ਰਿਸ਼ਤੇਦਾਰ ਨੇ ਉਹਨੂੰ ਚੱਕਣ ਲੱਗ ਜਾਂਦੇ ਨੇ ਵਾਈਫ ਦੇ ਰਿਸ਼ਤੇਦਾਰ ਉਹਨੂੰ ਚੱਕਣ ਲੱਗ ਜਾਂਦੇ ਨੇ ਐਂਡ ਤੇ ਜਾ ਕੇ ਕਿਤੇ ਡਿਵੋਰਸ ਹੀ ਹੋ ਜਾਂਦਾ ਸੋ ਕਿੱਥੇ ਤੁਸੀਂ ਇੱਕ ਲੜਾਈ ਨੂੰ ਆਪਸ ਸੁਲਝਾ ਸਕਦੇ ਸੀਗੇ ਕਿੱਥੇ ਤੁਸੀਂ ਇੱਕ ਫੋਨ ਕਰਤਾ ਤੇ ਐਗਜ਼ੈਜਰੇਟ ਕਈ ਵਾਰ ਗੱਲਾਂ ਕਰਤੀਆਂ ਤੇ ਉਹ ਫਿਰ ਤੁਸੀਂ ਆਪ ਹੀ ਫਿਰ ਪਛਤਾ ਰਹੇ ਹੋ ਆਪ ਹੀ ਤੁਸੀਂ ਪੁਲਿਸ ਕੋਲ ਜਾ ਰਹੇ ਹੋ ਵੀ ਵਾਪਸ ਲਓ ਵਾਪਸ ਲਓ ਪਰ ਉਹ ਤੁਸੀਂ ਕਿੱਡਾ ਵੱਡਾ ਨੁਕਸਾਨ ਕਰਤਾ ਤੇ ਜੇ ਉਹ ਬੰਦਾ ਇਮੀਗ੍ਰੈਂਟ ਹੈ ਤਾਂ ਉਹ ਬੰਦਾ ਡਿਪੋਰਟ ਵੀ ਹੋ ਜਾਂਦਾ ਇਹ ਜਿਹੇ ਵੀ ਕੇਸ ਨੇ ਜਿੱਥੇ ਐ ਇਥੋਂ ਗੱਲ ਸ਼ੁਰੂ ਹੋਈ ਤੇ ਅੰਨੇ ਚ ਬੰਦਾ ਡਿਪੋਰਟ ਹੀ ਹੋ ਗਿਆ ਹੁਣ ਤੁਸੀਂ ਸੋਚੋ ਕਿ ਉਹ ਵਾਈਫ ਇਥੇ ਰਹਿ ਗਈ ਹਸਬੰਡ ਹੁਣ ਇੰਡੀਆ ਚਲਾ ਗਿਆ ਉਹ ਆਲਮੋਸਟ ਕਿਤੇ ਦੁਬਾਰਾ ਘੱਟੋ-ਘੱਟ ਵੀ 7-8 ਸਾਲ ਬੰਦਾ ਵਾਪਸ ਨਹੀਂ ਆ ਸਕਦਾ ਸੋ ਏਸੀ ਰਿਲੇਟਿਡ ਮੇਰਾ ਇੱਕ ਕੁਐਸਚਨ ਆ ਯੂ ਨਾ ਵਿਕਟਮ ਬਾਤ ਨੂੰ ਸਭ ਸੌਟ ਹੋ ਜਾਂਦਾ ਬਟ ਕੇਸ ਇਕਵਰੀ ਫਾਈਲ ਹੋ ਗਿਆ ਦੈਨ ਉਹ ਬੈਕ ਆਊਟ ਕਰ ਸਕਦਾ ਕਿ ਨਹੀਂ ਕਰ ਸਕਦਾ ਨਹੀਂ ਬੰਦਾ ਨਾ ਮੁੱਕ ਫਿਰ ਜਦੋਂ ਇੱਕ ਵਾਰ ਚਾਰਜਸ ਲੱਗੇ ਬੰਦਾ ਮੁੱਕਰ ਨਹੀਂ ਸਕਦਾ ਕਿ ਇਹ ਹੋਇਆ ਹੀ ਨਹੀਂ ਸੀਗਾ ਜੀ ਮੈਂ ਤਾਂ ਝੂਠ ਬੋਲ ਰਿਹਾ ਸੀ ਜਾਂ ਮੈਂ ਵੈਸੇ ਹੀ ਕਹਿਤਾ ਸੀ ਜਾਂ ਹੋਇਆ ਹੀ ਨਹੀਂ ਕਿਉਂਕਿ ਜੇ ਬੰਦਾ ਇਹ ਕਹਿੰਦਾ ਤਾਂ ਹੋ ਸਕਦਾ ਕਿ ਪੁਲਿਸ ਉਹਦੇ ਤੇ ਆਬਸਟ੍ਰਕਸ਼ਨ ਆਫ ਜਸਟਿਸ ਦੇ ਚਾਰਜ ਲਾਤੇ ਲਾ ਦੇ ਕਿ ਤੁਸੀਂ ਸਾਡਾ ਟਾਈਮ ਵੇਸਟ ਕੀਤਾ ਮੈਂ ਪਤਾ ਨਹੀਂ ਉਹ ਲੀਗਲ ਸੀਗਾ ਕਿ ਨਹੀਂ ਮੈਂ ਇੱਕ ਤੇ ਫਾਲਸਿਫਿਕੇਸ਼ਨ ਦਾ ਵੀ ਦੇਖਿਆ ਲੱਗਦੇ ਆ ਜਦੋਂ ਬੰਦਾ ਮੁੱਕਰ ਗਿਆ ਨਾ ਮੈਂ ਵੀ ਸੇਮ ਹਸਬੰਡ ਵਾਈਫ ਦਾ ਦੇਖਿਆ ਤੇ ਐਟ ਦੀ ਐਂਡ ਆਫ ਲੇਡੀ ਨੇ ਆ ਕੇ ਲੇਡੀ ਨੇ ਹੀ ਆ ਕੇ ਮੈਨੂੰ ਦੱਸਿਆ ਬੀ ਸਾਡੇ ਤੋਂ ਮਿਸਟੇਕ ਹੋ ਗਈ ਕਿ ਜੇ ਮੈਨੂੰ ਇੰਨਾ ਪਤਾ ਹੁੰਦਾ ਵੀ ਇੱਥੋਂ ਦਾ ਲਾਅ ਐਵੇਂ ਦਾ ਮੈਂ ਤਾਂ ਨਾ ਕਰਦੀ ਤੇ ਉਹੀ ਤੁਹਾਡੇ ਵਾਲੀ ਗੱਲ ਜਮਾ ਸਹੀ ਹੈ ਵੀ ਇੱਕ ਤਾਂ ਨਾਲ ਦੀਆਂ ਦੀ ਚੁੱਕ ਇੱਕ ਲਾਕ ਆਫ ਐਜੂਕੇਸ਼ਨ ਆਫ ਲਾਅ ਹਰ ਕੋਈ ਇਸ ਚੀਜ਼ ਨੂੰ ਕੰਸਿਡਰ ਕਰਕੇ ਚੱਲਦਾ ਹੈ ਵੀ ਇੱਥੋਂ ਦਾ ਵੀ ਲਾਅ ਆਪਣੇ ਇੰਡੀਆ ਵਰਗਾ ਹੈ ਵੀ ਭਾਈ ਮੈਂ ਤੈਨੂੰ ਡਰਾ ਦੂੰਗੀ ਜੇ ਕੋਈ ਵੀ ਪਰਚਾ ਪਵਾ ਦੂੰਗੀ ਤੇਰੇ ਤੇ ਇੰਡੀਆ ਤਾਂ ਐ ਚੱਲਦਾ ਹੈ ਨਾ ਲੜਾਈ ਦੇ ਅੰਦਰ ਦੂਜੀ ਗਾਲ ਤੋਂ ਬਾਅਦ ਇਹੀ ਆਉਂਦਾ ਮੈਂ ਤੇਰੇ ਸਾਰੇ ਥਾਣੇ ਨੂੰ ਮਤਲਬ ਟੱਬਰ ਨੂੰ ਥਾਣੇ 'ਚ ਚੱਕੀ ਪਸਾਉਣੀ ਹੈ ਉਹ ਇੱਥੇ ਜੇ ਐਵੇਂ ਦਾ ਕੁਝ ਵੀ ਬਣਦਾ ਅਛਾ ਤੇ ਦੂਜੇ ਸਿਨੈਰੀਓ ਦੇ ਅੰਦਰ ਮੈਂ ਐਂ ਲੈ ਕੇ ਆਉਣਾ ਚਾਹਣਾ ਵੀ ਜੇ ਬੰਦਾ ਵੀ ਚਾਵੇ ਉਹਦਾ ਵੀ ਸੇਮ ਕੇਸਿਸ ਇਦਾਂ ਦੇ ਆਉਂਦੇ ਨੇ ਜਾਂ ਮੋਸਤੀ ਊਮੇ ਨਹੀਂ ਕਰਦੀਆਂ ਨੇ ਕਿਸ ਤਰ੍ਹਾਂ ਦੇ ਵੀ ਸੇਮ ਅਲੀਗੇਸ਼ਨ ਹੈ ਵੀ ਮੇਰੀ ਜਨਾਨੀ ਨੇ ਮੈਨੂੰ ਘੁਟਿਆ ਮੇਰੀ ਰਿਲੇਸ਼ਨਸ਼ਿਪ ਚ ਆਪਾਂ ਸਿਰਫ ਹਸਬੰਡ ਵਾਈਫ ਨਹੀਂ ਅੱ퍼 ਰਿਲੇਸ਼ਨਸ਼ਿਪ ਚ ਵੀ ਲੈ ਕੇ ਚੱਲਦੇ ਆ ਰਾਈਟ ਬੰਦੇ ਵੀ ਕਰਦੇ ਨੇ ਰਿਲੇਸ਼ਨਸ਼ਿਪ ਚ ਆਪਾਂ ਸਿਰਫ ਹਸਬੰਡ ਵਾਈਫ ਨਹੀਂ ਅੱ퍼 ਰਿਲੇਸ਼ਨਸ਼ਿਪ ਹਾਂ ਕੋਈ ਵੀ ਰਿਲੇਸ਼ਨ ਬੰਦੇ ਵੀ ਕਰਦੇ ਨੇ ਪਰ ਜ਼ਿਆਦਾਤਰ ਮੈਂ ਤਾਂ ਹੁਣ ਕੇਸਿਸ ਦੇਖਦਾ ਅਨਫੋਰਚਨਟਲੀ ਕਹਿੰ ਲੋ ਕੁੜੀਆਂ ਕਰਦੀਆਂ ਜ਼ਿਆਦਾ ਕੁੜੀਆਂ ਦਾ ਤਾਂ ਕੰਪਲੇਨਟ ਹੁੰਦੀਆਂ ਨੇ ਬੰਦੇ ਜ਼ਿਆਦਾ ਕਿਊਜ਼ ਹੁੰਦੇ ਨੇ ਹਾਂ ਬੰਦੇ ਵੀ ਕਰਦੇ ਨੇ ਕਈ ਕੇਸਿਸ ਦੇ ਵਿੱਚ ਕੁੜੀਆਂ ਤੇ ਚਾਰਜ ਲੱਗਦੇ ਨੇ ਪਰ ਉਹ ਪ੍ਰੋਪੋਰਸ਼ਨ ਬਹੁਤ ਘੱਟ ਹੈ ਪਰ ਜੇ ਉਸ ਕੇਸ ਦੇ ਅੰਦਰ ਐਵੇਂ ਹੋਇਆ ਹੋਵੇ ਵੀ ਬੰਦੇ ਨੇ ਕੀਤਾ ਹੋਵੇ ਮੈਂ ਕਿਸੇ ਨੂੰ ਮੈਂ ਨਹੀਂ ਚੱਕ ਦੇ ਰਿਹਾ ਕਿਸੇ ਨੂੰ ਬਟ ਮੈਂ ਸਿਰਫ ਜਾਨਣਾ ਚਾਹਣਾ ਵੀ ਜੇ ਬੰਦਾ ਕਿਸੇ ਜਨਾਨੀ ਦੇ ਅਗੇਂਸਟ ਐਵੇਂ ਦਾ ਕੇਸ ਕਰਦਾ ਥੈਨ ਜਨਾਨੀ ਨੂੰ ਘਰੋਂ ਬਾਹਰ ਰੱਖਿਆ ਜਾਂਦਾ ਸੇਮ ਹਾਂ ਜਿਹੜਾ ਵੀ ਅਕਿਊਜ਼ ਹੈ ਸੇਮ ਲਾਅਸ ਆਬਲੀ ਸੇਮ ਹੈ ਜਿਹੜੇ ਬੰਦਾ ਅਕਿਊਜ਼ਡ ਹੈ ਉਹਦੇ ਉੱਪਰ ਕੁਝ ਕੰਡੀਸ਼ਨਸ ਲੱਗ ਜਾਣਗੀਆਂ ਸੋ ਚਾਹੇ ਉਹ ਬੰਦਾ ਚਾਹੇ ਉਹ ਜਨਾਨੀ ਹੈ ਕੋਈ ਵੀ ਬੰਦਾ ਹੋ ਓ ਇਦਾਂ ਨਹੀਂ ਆ ਵੀ ਇੱਥੋਂ ਦਾ ਲਾਅ ਲੇਡੀਜ਼ ਨੂੰ ਲੈ ਕੇ ਥੋੜਾ ਲੀਨੀਅੰਟ ਆ ਇੱਥੇ ਇੱਕ ਧਾਰਨਾ ਆ ਕਿ ਲੇਡੀਜ਼ ਵੱਲ ਜ਼ਿਆਦਾ ਆ ਹਾਂ ਉਹਨਾਂ ਦੀ ਸੁਣਵਾਈ ਜ਼ਿਆਦਾ ਆ ਐਸ ਕੰਪਲਿਟ ਮੈਨ ਆ ਆਪਾਂ ਇਹਨੂੰ ਕਹਿ ਵੀ ਸਕਦੇ ਆ ਨਹੀਂ ਵੀ ਕਹਿ ਸਕਦੇ ਕਹਿ ਐਵੇਂ ਸਕਦੇ ਆ ਆ ਕਿਉਂਕਿ ਪੁਲਿਸ ਨੂੰ ਕਾਲ ਜ਼ਿਆਦਾ ਲੇਡੀਜ਼ ਕਰਦੀਆਂ ਨੇ ਫॉर ਸਮ ਰੀਜ਼ਨ ਹੋ ਸਕਦਾ ਬੰਦੇ ਹੀ ਖਰਾਬ ਹੋਣ ਉਹਦਾ ਬੰਦੇ ਕੁਝ ਐਵੇਂ ਦਾ ਕਰਦੇ ਹੋਣ ਜਾਂ ਫॉर ਸਮ ਰੀਜ਼ਨ ਲੇਡੀਜ਼ ਪੁਲਿਸ ਨੂੰ ਆ ਮੈਂ ਦੇਖਿਆ ਕਾਲ ਜ਼ਿਆਦਾ ਕਰਦੀਆਂ ਨੇ ਸੋ ਆਬਵੀਅਸਲੀ ਉਹਨੇ ਸੁਣਵਾਈ ਹੁੰਦੀ ਹੈ ਜੇ ਬੰਦੇ ਕਾਲ ਕਰਨ ਲਾ ਸ਼ੁਰੂ ਕਰਨ ਮਤਲਬ ਜਿਹੜਾ ਵੀ ਬੰਦਾ ਕੰਪਲੇਨਟ ਕਰੇਗਾ ਬੇਸਿਕਲੀ ਉਹਦੀ ਸੁਣਵਾਈ ਹੈ ਸੋ ਤੁਸੀਂ ਚਾਹੇ ਬੰਦੇ ਹੋ ਚਾਹੇ ਤੁਸੀਂ ਲੇਡੀ ਹੋ ਤੁਸੀਂ ਜੇ ਕੰਪਲੇਨਟ ਕੀਤੀ ਹੈ ਪੁਲਿਸ ਨੂੰ ਥੋੜੀ ਸੁਣਵਾਈ ਹੋਏਗੀ ਠੀਕ ਹੈ ਜੀ ਪਰ ਹਾਂ ਐ ਹੁੰਦਾ ਹੈ ਜਾਦਤਰ ਕੇਸਿਸ ਦੇ ਵਿੱਚ ਨਾ ਕੋਈ ਪ੍ਰੂਫ ਨਹੀਂ ਹੁੰਦਾ ਜਿਆਦਾ ਕਈ ਵਾਰੀ ਬਸ ਲੇਡੀ ਨੇ ਕੋਈ ਸਟੇਟਮੈਂਟ ਦਿੱਤੀ ਉਹਦੇ ਬੇਸਿਸ ਤੇ ਚਾਰजेस ਲੱਗੇ ਬੰਦੇ ਤੇ ਸੋ ਤਾਂ ਬੰਦੇ ਨੂੰ ਕਈ ਵਾਰ ਲੱਗਦਾ ਕਿ ਯਾਰ ਕੋਈ ਪ੍ਰੂਫ ਵੀ ਨਹੀਂ ਹੈਗਾ ਤੇ ਸਿਰਫ ਬੰਦੇ ਲੇਡੀ ਨੇ ਇੱਕ ਵਾਰ ਫੋਨ ਕੀਤਾ ਤੇ ਸਾਡੇ ਚਾਰजेस ਲੱਗੇ ਹੁਣ ਆਪਾਂ ਇਸ ਦੇ ਵਿੱਚ ਮੈਂ ਕਹੂੰਗਾ ਕਿ ਥੋੜੀ ਜਿਹੀ ਇੰਪਰੂਵਮੈਂਟ ਦੀ ਵੀ ਲੋੜ ਆ ਜਿਹੜਾ ਲਾਅ ਬਣਾਇਆ ਗਿਆ ਸੀਗਾ ਇਹ ਚੀਜ਼ਾਂ ਬਣਾਈਆਂ ਗਈਆਂ ਸੀਗੀ ਬੜਾ ਇੱਕ ਸੱਚੇ ਸੱਚੀ ਸੁਚੀ ਸੁਸਾਇਟੀ ਲਈ ਵੀ ਜਿੱਥੇ ਹਾਂ ਵੀ ਤੁਸਾਂ ਨੂੰ ਪ੍ਰੋਬਲਮ ਹੈ ਤੁਸੀਂ ਪੁਲਿਸ ਨੂੰ ਕੰਪਲੇਨਟ ਕਰੋ ਪੁਲਿਸ ਨਾਲ ਦਿਨਾ ਐਕਸ਼ਨ ਲਏਗੀ ਤੁਹਾਡੇ ਵੀ ਤੁਹਾਡੀ ਸੁਣਵਾਈ ਹੋਏਗੀ ਹੁਣ ਕੀ ਹੋ ਗਿਆ ਮੈਂ ਦੇਖਦਾ ਕਿ ਲਾਅ ਦਾ ਮਿਸਯੂਜ਼ ਹੋਣ ਲੱਗ ਗਿਆ ਕਿ ਬੰਦੇ ਇੱਕ ਦੂਸਰੇ ਨੂੰ ਹੋਰ ਰੰਜਸ਼ਾਂ ਕੱਢਣ ਲਈ ਕੋਈ ਸਬਕ ਸਿਖਾਉਣ ਲਈ ਫੋਨ ਕਰਨ ਲੱਗ ਗਏ ਨੇ ਪੁਲਿਸ ਨੂੰ ਹੁਣ ਪੁਲਿਸ ਪਰ ਆਪਣਾ ਰਵਈਆ ਨਹੀਂ ਬਦਲ ਰਹੀ ਪੁਲਿਸ ਕੀ ਕਰ ਰਹੀ ਹੈ ਪੁਲਿਸ ਦਾ ਰਵਈਆ ਆਪਣਾ ਪੁਰਾਣਾ ਹੀ ਰੱਖਿਆ ਹੋਇਆ ਵੀ ਸਾਡੇ ਕੋਲੇ ਕਾਲ ਆਗੇ ਤਾਂ ਚਾਰਜਿਸ ਲੈ ਕਰ ਨਹੀਂ ਕਰਨੇ ਨੇ ਠੀਕ ਹੈ ਕਈ ਚੀਜ਼ ਕੇਸਿਸ ਦੇ ਵਿੱਚ ਉਹ ਨਹੀਂ ਵੀ ਕਰਦੇ ਪਰ ਮੈਂ ਜ਼ਿਆਦਾ ਦੇਖਿਆ ਵੀ ਹੋਰ بڑے ਕੇਸਿਸ ਨੇ ਜਿਨ੍ਹਾਂ ਦੇ ਵਿੱਚ ਉਹ अवॉइड ਕਰ ਸਕਦੇ ਨੇ ਚਾਰजेस ਲੈ ਕੇ ਨੇ ਹੁਣ ਜਿੰਨੇ ਤੁਸੀਂ ਕਹਿ ਲੋ ਵੀ ਕਾਫੀ ਪਰਪੋਰਸ਼ਨ ਆਫ ਕੇਸ ਜਿਹੜੇ ਨੇ ਉਹਨਾਂ ਵਿੱਚ ਐਂਡ ਤੇ ਜਾ ਕੇ ਹਸਬੰਡ ਵਾਈਫ ਦੇ ਜਿਹੜੇ ਕੇਸਿਸ ਕਹਿ ਰਿਹਾ ਮੈਂ ਜਾਂ ਗਰਲਫ੍ਰੈਂਡ ਬੌਫ੍ਰੈਂਡ ਦੇ ਲਈ ਆ ਮੇ ਦੇ ਕੇਸਿਸ ਉਹ ਚਾਰजेस ਬਹੁਤ ਜ਼ਿਆਦਾ ਜਾ ਕੇ ਡ੍ਰੌਪ ਹੀ ਹੋ ਜਾਂਦੇ ਨੇ ਐਂਡ ਦੇ ਵਿੱਚ ਕੇਸ ਖਤਮ ਹੋ ਜਾਂਦਾ ਸੋ ਜੇ ਪੁਲਿਸ ਪਹਿਲਾਂ ਹੀ ਸੋਚ ਲੇ ਵੀ ਅਸੀਂ ਇਹ ਸਿਚੁਏਸ਼ਨ ਪੁਲਿਸ ਨੂੰ ਜੇ ਟ੍ਰੇਨਿੰਗ ਦਿੱਤੀ ਜਾਵੇ ਜਾਂ ਕੈਮੇ ਦੀ ਪਾਲਿਸੀ ਬਣਾਈ ਜਾਵੇ ਕਿ ਤੁਸੀਂ ਜਾ ਕੇ ਦੇਖੋ ਸਿਚੁਏਸ਼ਨ ਕੀ ਸੀਗੀ ਹੁਣ ਵਾਈਫ ਮੁਕਰਤਾ ਨਹੀਂ ਰਹੀ ਹੈਗੀ ਠੀਕ ਹੈ ਨਾ ਮੈਂ ਦੇਖਿਆ 90% ਕੇਸੇ ਚ ਵਾਈਫ ਮੌਕੇ ਤੇ ਹੀ ਮੁਕਰ ਜਾਂਦੀ ਔਨ ਰਿਕਾਰਡ ਮੁਕਰ ਜਾਂਦੀ ਸਟੇਟਮੈਂਟ ਦਿੰਦੀ ਅਸੀਂ ਮੈਂ ਵਾਪਸ ਲੈਣਾ ਜੋ ਮੁਕਰ ਰਹੀ ਹੈ ਤੁਹਾਨੂੰ ਪਤਾ ਹੈ ਵੀ ਇਹੀ ਗਵਾਹ ਹੈ ਕੱਲੀ ਇਹਦੇ ਹੀ ਪਹਿਲਾਂ ਕੰਪਲੇਂਟ ਤੇ ਅਸੀਂ ਆਏ ਹੁਣ ਇਹੀ ਮੁਕਰ ਰਹੀ ਹੈ ਕੀ ਡਾਇਨਾਮਿਕਸ ਨੇ ਹਸਬੰਡ ਵਾਈਫ ਦੇ ਕੀ ਸਿਚੁਏਸ਼ਨ ਹੈ ਵੀ ਜੇ ਇਹੀ ਮੁਕਰ ਕੇ ਕੱਲ ਨੂੰ ਕੇਸ ਵੀ ਹੋ ਸਕਦਾ ਕੁਝ ਨਾ ਰਹੇ ਕੇਸ ਹੀ ਕੋਰਟ ਚ ਖਤਮ ਹੋ ਜੇ ਫਿਰ ਕਿਉਂ ਤੁਸੀਂ ਚਾਰਜਸ ਲੈ ਕਰਨੇ ਕਿਉਂ ਅਗਲੀ ਜ਼ਿੰਦਗੀ ਤਬਾਹ ਕਰਨੀ ਕਿਉਂ ਕੋਰਟ ਨੂੰ ਹੋਰ ਬੈਕਲੌਗ ਕਰਨਾ ਕੋਰਟ ਦੇ ਵਿੱਚ ਆਲਰੇਡੀ ਇਨੇ ਕੇਸਿਸ ਨੇ ਐਟ ਦੀ ਐਂਡ ਆਫ ਦਿ ਡੇ ਤਾਂ ਆਪਣੇ ਟੈਕਸ ਪੇਅਰ ਮਨੀ ਤੇ ਹੀ ਸਾਰਾ ਕੁਝ ਚੱਲ ਰਿਹਾ ਹੈ ਨਾ ਸਾਰੇ ਬੈਕਲੌਗ ਸਾਰਾ ਕੁਝ ਹੋਈ ਚੱਲ ਰਿਹਾ ਹੈ ਕਿਉਂ ਨਾ ਉਹਨਾਂ ਨੂੰ ਰੱਦਦਨ ਲਿੰਕ ਚਾਰजेस ਉਹਨਾਂ ਨੂੰ ਕੋਈ ਕਾਉਂਸਲਿੰਗ ਐਡਵਾਈਸ ਕੀਤੀ ਜਾਵੇ ਕੋਈ ਹੋਰ ਕੁਝ ਪ੍ਰੋਗਰਾਮ ਲਈ ਰეკਮੈਂਡ ਕਰਤਾ ਜਾਵੇ ਇਹ ਵੀ ਨਹੀਂ ਕਿ ਛੱਡਤਾ ਜਾਵੇ ਕੋਈ ਰეკਮੈਂਡ ਕਰਤਾ ਜਾਵੇ ਜਿਨ੍ਹਾਂ ਕ੍ਰਿਮਨਲ ਰਿਕਾਰਡ ਨਾ ਬਣੇ ਅਡਰ ਰਹਿਣ ਦੀ ਲੋੜ ਨਾ ਪਵੇ ਵੀ ਪਰ ਕੋਈ ਅਪਰੋਪ੍ਰੀਏਟ ਉਹਨਾਂ ਦੇ ਸਰਕਮਸਟੈਂਸ ਦੇ ਹਿਸਾਬ ਨਾਲ ਕੁਝ ਹੋਰ ਕਰਾਇਆ ਜਾਵੇ ਜਿਵੇਂ ਡਾਇਰੈਕਟਲੀ ਹੁਣ ਕੀਤਾ ਸਰਕਾਰ ਨੇ ਹੁਣ ਡਰਗ ਨੇ ਪਾਲਿਸੀ ਬਣਾਈ ਹੈ ਵੀ ਛੋਟੀ ਅਮਾਉਂਟ ਦੀਆਂ ਡਰਗ ਜੇ ਕਿਸੇ ਕੋਲ ਮਿਲਦੀਆਂ ਨੇ ਸੋ ਕਰਾਊਨ ਅਟਾਰਨੀ ਜਿਹੜੇ ਸਰਕਾਰੀ ਵਕੀਲ ਨੇ ਪੁਲਿਸ ਨੂੰ ਵੀ ਕਿਹਾ ਹੈਗਾ ਵੀ ਤੁਸੀਂ ਚਾਰजेस ਨਾ ਲੈ ਕਰੋ ਅਵੋਇਡ ਕਰੋ ਕਿਉਂਕਿ ਉਹ ਬੰਦਾ ਕੋਈ ਸਮਗਲਰ ਜਾਂ ਟ੍ਰੈਫਿਕਰ ਨਹੀਂ ਹੈਗਾ ਉਹ ਬੰਦਾ ਐਡਿਕਟ ਹੈ ਉਹ ਜੇ ਤੁਸੀਂ ਉਹਨੂੰ ਜੇਲ੍ਹ ਚ ਪਾ ਦੋਗੇ ਸਗੋਂ ਦੀ ਉਹਨੇ ਜੇਲ੍ਹ ਤੁਹਾਨੂੰ ਛੁੱਟਣਾ ਉਹਨੇ ਹੋਰ ਐਡਿਕਟ ਬਣ ਜਾਣਾ ਜੇਲ੍ਹ ਚ ਜਾ ਕੇ ਹੋਰ ਗੰਦੀਆਂ ਆਦਤਾਂ ਸਿੱਖੇਗਾ ਸੋ ਜੇ ਉਸ ਬੰਦੇ ਨਾਲ ਐਡਿਕਟ ਹੈ ਸਗੋਂ ਇਹਨੂੰ ਕਾਉਂਸਲਿੰਗ ਕਰਵਾਓ ਉਹਨੂੰ ਸਿਸਟਮ ਚੋਂ ਬਾਹਰ ਕੱਢੋ ਬਾਹਰ ਹੀ ਰੱਖੋ ਵੀ ਉਹਨੂੰ ਸਿਸਟਮ ਚ ਨਾ ਪੈਣ ਦਿਓ ਤਾਂ ਕਿ ਜੇ ਇੱਕ ਵਾਰੀ ਤੁਸੀਂ ਆਊਟਸਟੈਂਡਿੰਗ ਚਾਰਜਸ ਹੋ ਜਾਂਦੇ ਨੇ ਤੁਹਾਡੇ ਰਿਕਾਰਡ ਤੇ ਸ਼ੋਨ ਲੱਗ ਜਾਂਦਾ ਥੋੜੀ ਜੌਬ ਵੀ ਜਾ ਸਕਦੀ ਹੈ ਥੋੜੀ ਪ੍ਰੋਮੋਸ਼ਨ ਹੋਣ ਵਾਲੀ ਉਧਰੋਂ ਤੁਹਾਡੇ ਤੇ ਚਾਰਜ ਲਾ ਕੇ ਪ੍ਰੋਮੋਸ਼ਨ ਰੁਕ ਜਾਂਦੀ ਹੈ ਤੁਸੀਂ ਜੌਬ ਚੇਂਜ ਕਰਨ ਲੱਗੇ ਸੀਗੇ ਤੁਹਾਡਾ ਸਾਰਾ ਕੁਝ ਉਹਦੇ हां ਤਾਂ ਇਸ ਕਰਕੇ ਆਪਾਂ ਹੁਣ ਕੰਟਰੀ ਇਸੇ ਕੰਟਰੀ 'ਚ ਆਏ ਆ ਤਾਂ ਆਪੇ ਇੱਥੇ ਆਏ ਆਪਣੀ ਵਧੀਆ ਲਾਈਫ ਬਣਾਉਣ ਲਈ ਬੰਦੇ ਆਉਂਦੇ ਨੇ ਨਾ ਦੀ ਨਾ ਚਾਰजेस ਲੱਗ ਜਾਂਦੇ ਨੇ ਆ ਉਹ ਐ ਨਾ ਕੁਝ ਕਰਾ ਲੈਂਦੇ ਨੇ ਕਿੱਥੇ ਤੁਸੀਂ ਆਪਣੇ ਜੌਬ ਤੇ ਫੋਕਸ ਕਰਨਾ ਸੀ ਵੈਲ ਬੀਇੰਗ ਤੇ ਫੋਕਸ ਕਰਨਾ ਸੀ ਕਿੱਥੇ ਤੁਸੀਂ ਨਾ ਚੱਕਰਾਂ 'ਚ ਪੈ ਗਏ ਪੈਸੇ ਖਤਮ ਹੋ ਗਏ ਬੰਦੇ ਕੋਲੇ ਕਿੱਥੇ ਸੈਟ ਬੈਕ ਕਿੰਨਾ ਵੱਡਾ ਲੱਗਦਾ ਬੰਦੇ ਨੂੰ ਸੋ ਮੈਂ ਕਹੂੰਗਾ ਵੀ ਇੱਕ ਲੀਗਲ ਕ੍ਰਿਮੀਨਲ ਲਾ ਦੀ ਐਜੂਕੇਸ਼ਨ ਬਹੁਤ ਜ਼ਿਆਦਾ ਘੱਟ ਹੈ ਲੋਕਾਂ ਨੂੰ ਆ ਇਹਦੀ ਬਹੁਤ ਜ਼ਿਆਦਾ ਦੇਣੀ ਚਾਹੀਦੀ ਹੈ ਲੋਕਾਂ ਨੂੰ ਐਜੂਕੇਸ਼ਨ ਤੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿਉਂਕ ਨੁਕਸਾਨ ਹੈ ਇਹ ਵੀ ਕ੍ਰਿਮਨਲ ਲਾਅ ਦੇ ਥਰੂ ਹੀ ਹੁੰਦਾ ਬੰਦੇ ਆ ਦਾ ਤੇ ਮੁੱਖ ਦੀ ਗੱਲ ਤੁਹਾਡੀ ਇਹ ਸਾਰੇ ਸਿਨੈਰੀਓ ਦਾ ਇਹੀ ਨਿਕਲਿਆ ਵੀ ਤੁਸੀਂ ਉਸ ਗੱਲ ਨੂੰ ਬਿਲਕੁਲ ਸਹੀ ਕਿਹਾ ਸੀਗਾ ਵੀ ਲਾਅ ਬਣਿਆ ਲਾਅ ਬਣਿਆ ਜਮਾ ਸੱਚੇ ਸੁੱਚੇ ਕੇਸ ਦੇ ਲਈ ਤੇ ਜਦੋਂ ਆਪਾਂ ਹੀਟ ਆਫ ਦਾ ਮੂਮੈਂਟ ਦੇ ਅੰਦਰ ਕਹਿ ਲਈ ਮੈਂ ਨਹੀਂ ਕਹਿੰਦਾ ਵੀ ਆਪ ਲੇਡੀ ਜਾਣ ਕੇ ਕਿ ਵੀਰੀ ਲੇਡੀ ਆ ਬੰਦਾ ਵੀ ਅਗਲੇ ਨੂੰ ਡਰਾਉਣ ਦੇ ਲਈ ਆ ਫਸਾਉਣ ਦੇ ਲਈ ਕਿ ਵੀਰੀ ਹੀਟ ਆਫ ਦਾ ਮੂਮੈਂਟ ਚ ਸੱਚੀ ਅਗਲੇ ਨੂੰ ਡਰ ਹੁੰਦਾ ਉਹ ਕਾਲ ਕਰ ਦਿੰਦੀਆਂ ਨੇ ਤੇ ਉਹ ਫੜੇ ਜਾਂਦੇ ਸੋ ਆਪਾਂ ਨੂੰ ਇਸ ਚੀਜ਼ ਨੂੰ ਲੈ ਕੇ ਐਜੂਕੇਟ ਹੋਣਾ ਪੈਣਾ ਵੀ ਈਵਨ ਹੀਟ ਆਫ ਦਾ ਮੂਮੈਂਟ ਵੀ ਅੰਦਰ ਤੁਸੀਂ ਅਵੋਇਡ ਕਰੋ ਜਿੰਨਾ ਅਵੋਇਡ ਕਰ ਸਕਦੇ ਹੋ ਹੁਣ ਦੂਜੇ ਤੇ ਆਉਨੇ ਆ ਵੀ ਕਈ ਵਾਰੀ ਬੰਦਾ ਆਪ ਹੀ ਨਹੀਂ ਕੰਪਲੇਂਟ ਕਰਦਾ ਡਰ ਕੇ ਕਿਉਂਕਿ ਉਹ ਵੀ ਮੈਂ ਦੇਖਿਆ ਕੇਸ ਇਦਾਂ ਦਾ ਲੇਡੀ ਆਈ ਆ ਇੰਡੀਆ ਤੋਂ ਵਿਆਹ ਕੇ ਲੈ ਕੇ ਆਉਂਦੇ ਨੇ ਉਹਨੂੰ ਇੱਥੇ ਫੈਮਿਲੀ ਇੱਥੇ ਆ ਜਾਂ ਵਾਇਸਨ ਵਰਸਾ ਕਰ ਲਈਏ ਤੇ ਇੱਥੇ ਆ ਕੇ ਜਦੋਂ ਉਹਦੇ ਨਾਲ ਸ਼ੋਸ਼ਣ ਹੁੰਦਾ ਉਹਨੂੰ ਦੁਖੀ ਕੀਤਾ ਜਾਂਦਾ ਤੰਗ ਪਰੇਸ਼ਾਨ ਹੁੰਦੀ ਹੈ ਫਿਜ਼ੀਕਲ ਅਸਾਲ ਸੈਕਸ਼ੂਅਲ ਅਸਾਲ ਫੈਮਲੀ ਵੱਲੋਂ ਇਨ-ਲॉज ਵੱਲੋਂ ਤੇ ਕਈ ਕਿਸਮਾਂ ਚ ਅਗਲੀ ਦੱਸਦੀਆਂ ਹੀ ਨਹੀਂ ਜਾਂਦੀਆਂ ਵੀ ਜੇ ਮੈਂ ਕੁਝ ਵੀ ਕਿਹਾ ਤੇ ਮੈਨੂੰ ਵਾਪਸ ਘੱਲ ਦੇਣਗੇ ਮੈਂ ਪਿੱਛੇ ਮੇਰੇ ਪਰਿਵਾਰ ਨੂੰ ਤੰਗ ਕੀਤਾ ਜਾਊਗਾ ਉਹੋ ਜੇ ਕੇਸ ਸਿਨੈਰੀਓ ਦੇ ਅੰਦਰ ਤੁਸੀਂ ਸੇਮ ਇਮੀਗ੍ਰੈਂਟ ਜਿਹੜੇ ਆਪਣੇ ਨਵੇਂ ਵਰਕ ਤੇ ਕੰਮ ਕਰਦੇ ਆ ਉੱਥੇ ਕੋਈ ਹਰਾਸ਼ਮੈਂਟ ਹੁੰਦੀ ਆ ਉੱਥੇ ਵੀ ਮੈਂ ਦੇਖਿਆ ਡਰ ਦੇ ਕਾਲ ਹੀ ਨਹੀਂ ਕਰਦੇ ਪੁਲਿਸ ਨੂੰ ਸੋ ਜੇ ਨਵਾਂ ਪੁਰਾਣਾ ਮਤਲਬ ਇੱਕ ਕਨਸੈਪਟ ਆ ਕੀ ਇਹ ਤੋਂ ਇਹਦਾ ਕੀ مین ਐਜੂਕੇਟ ਕਰਨਾ ਚਾਹੀਦਾ ਆਪਾਂ ਦੇਖੋ ਇਹ ਹੈ ਕਿ ਪਹਿਲੀ ਗੱਲ ਤਾਂ ਤੁਹਾਡਾ ਰਾਈਟ ਹੈ ਹਰ ਬੰਦੇ ਦਾ ਔਰ ਇਹ ਸਿਸਟਮ ਬਣਿਆ ਹੋਇਆ ਹੈ ਜੇ ਤੁਹਾਡੇ ਨਾਲ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਕੋਈ ਤੱਕਾ ਹੋਇਆ ਜਾਂ ਕੋਈ ਇਲੀਗਲ ਚੀਜ਼ ਹੋਈ ਹੈ ਉਹ ਕਿਸੇ ਵੀ ਤਰ੍ਹਾਂ ਦੀ ਹੈ ਤੁਸੀਂ ਨਾਲ ਦੀ ਨਾਲ ਤੁਹਾਡਾ ਰਾਈਟ ਹੈ ਪੁਲਿਸ ਨੂੰ ਕਾਲ ਕਰੋ ਦੱਸੋ ਉਹਨਾਂ ਨੂੰ ਜੇ ਪੁਲਿਸ ਨੂੰ ਲੱਗਦਾ ਕਿ ਕੁਝ ਹਾਂ ਐਕਚੁਅਲ ਤੁਹਾਡੇ ਖਿਲਾਫ ਅਫੈਂਸ ਕਮਿਟ ਹੋਇਆ ਹੈ ਪੁਲਿਸ ਚਾਰजेस ਲੈ ਕਰੇਗੀ ਜੇ ਪੁਲਿਸ ਨਹੀਂ ਵੀ ਚਾਰजेस ਮੰਨੂ ਲੈ ਕਰੇਗੀ ਜਾਂ ਕੋਈ ਸਬੂਤ ਨਹੀਂ ਹੈਗਾ ਜਾਂ ਮੰਨ ਲਓ ਫੋਰ ਐਨੀ ਰੀਜ਼ਨ ਪਰ ਫਿਰ ਵੀ ਇੱਕ ਰਿਪੋਰਟ ਬਣ ਜਾਂਦੀ ਹੈ ਪੁਲਿਸ ਕੋਲ ਕਿ ਤੁਸੀਂ ਦੱਸਿਆ ਹੋਇਆ ਪੁਲਿਸ ਨੂੰ ਠੀਕ ਹੈ ਜੀ ਤਾਂ ਕਾਨੂੰ ਜੇ ਦੁਬਾਰਾ ਹੁੰਦਾ ਹੈ ਸੋ ਤੁਹਾਡੀ ਗੱਲ ਤੇ ਜ਼ਿਆਦਾ ਬਿਲੀਵ ਕੀਤਾ ਜਾਏਗਾ ਤੇ ਉਸ ਇੱਕ ਥੋੜਾ ਰਿਕਾਰਡ ਬਣ ਜਾਂਦਾ ਵੀ ਤੁਸੀਂ ਇੱਕ ਵਾਰ ਪੁਲਿਸ ਨੂੰ ਦੱਸਿਆ ਹੋਇਆ 911 ਦੀ ਜਿਹੜੀ ਕਾਲ ਹੈ ਉਹ ਰਿਕਾਰਡ ਹੁੰਦੀ ਹੈ ਉਹ ਵੀ ਰਿਕਾਰਡ ਤੇ ਰਹਿੰਦੀ ਹੈ ਸਾਰਾ ਕੁਝ ਹੁੰਦਾ ਸੋ ਨਾਲ دوسری ਗੱਲ ਆਪਾਂ ਲੋਕਾਂ ਨੂੰ ਇਹ ਨਹੀਂ ਕਹ ਰਹੇ ਚਾਹੇ ਹਸਬੈਂਡ ਵਾਈਫ ਨੇ ਕੋਈ ਵੀ ਨੇ ਕਿ ਤੁਸੀਂ ਜੇ ਤੁਹਾਡੇ ਖਿਲਾਫ ਕੁਝ ਧੱਕਾ ਹੋ ਰਿਹਾ ਤੁਸੀਂ ਸਹੀ ਜਾਓ ਪੁਲਿਸ ਨੂੰ ਇਨਵੋਲ ਨਾ ਕਰੋ ਤੁਹਾਡਾ ਰਾਈਟ ਹੈ ਪੁਲਿਸ ਨੂੰ ਫੋਨ ਕਰੋ ਨਾਲ ਦੀ ਨਾਲ ਪਰ ਗੱਲ ਇਹ ਹੈ ਕਿ ਜੇ ਤੁਹਾਨੂੰ ਲੱਗ ਮੈਂ ਸਿਰਫ ਉਹੀ ਕਾਲ ਰੰਜਸ ਹੋਰ ਕੋਈ ਰੰਜਸ ਕੱਢਣ ਲਈ ਕਾਲ ਕਰਨਾ ਹੈ ਉਹਨੂੰ ਅਵੋਇਡ ਕਰੋ ਉਹਦੇ ਕਨਸੀਕਵੈਂਸਿਸ ਥੋੜੇ ਜਿੰਨਾ ਤੁਸੀਂ ਸੋਚੋਂ ਤੋਂ ਕਈ ਜ਼ਿਆਦਾ ਹੋ ਸਕਦੇ ਨੇ ਵੀ ਜੇ ਤੁਹਾਡੇ ਨਾਲ ਪਰ ਐਕਚੁਅਲੀ ਕੋਈ ਗਲਤ ਹੋਇਆ ਤਾਂ ਤੁਹਾਡਾ ਰਾਈਟ ਹੈ ਮੈਂ ਕਦੇ ਵੀ ਰეკਮੈਂਡ ਨਹੀਂ ਕਰੂੰਗਾ ਤੁਹਾਨੂੰ ਇਹ ਤੇ ਇਲੀਗਲ ਹੈ ਰეკਮੈਂਡ ਕਰਨਾ ਵੀ ਤੁਹਾਡੇ ਨਾਲ ਜੇ ਕੁਝ ਹੋਇਆ ਗਲਤ ਤਾਂ ਤੁਸੀਂ ਦਬੀ ਜਾਓ ਜਾਂ ਤੁਸੀਂ ਨਾ ਕਾਲ ਕਰੋ ਜਸਟ ਬਿਕੋਜ਼ ਜਸਟ ਬਿਕੋਜ਼ ਕਿ ਤੁਹਾਨੂੰ ਪੁਲਿਸ ਨਾਲ ਜੁਝਣਾ ਪੈਣਾ ਜਾਂ ਕੋਈ ਔਖਾ ਹੋਣਾ ਪੈਣਾ ਉਹ ਅੱਡ ਗੱਲ ਹੈ ਕਲ ਨੂੰ ਸੱਚੀ ਰਿਸ਼ਤਾ ਟੁੱਟ ਜਾਏ ਉਸ ਕਰਕੇ ਸਹੀ ਨਾ ਜਾਓ ਪਰ ਝੂਠੀਆਂ ਕੰਪਲੇਂਟਾਂ ਜਾਂ ਐਗਜ਼ੈਜਰੇਟਿਡ ਕੰਪਲੇਂਟਸ ਦੇਣ ਤੋਂ ਬਚੋ ਤਾਂ ਕਿ ਉਹਦੇ ਕੌਨਸੀਕਵੈਂਸ ਜਿੰਨੇ ਜਿੰਦੇ ਤੇ ਹੋਣਗੇ ਉਹ ਉਨਾ ਹੀ ਹੋਣੇ ਚਾਹੀਦੇ ਨੇ ਇਹ ਨਹੀਂ ਕਿ ਤੁਸੀਂ ਜਿੰਨੇ ਸੋਚੇ ਨੇ ਉਸ ਤੋਂ ਵੱਧ ਹੋ ਜਾਣਗੇ ਨਹੀਂ ਤਾਂ ਫਿਰ ਅੱਛਾ ਜਿਵੇਂ ਉਹੀ ਜਿਹੜਾ ਮੈਂ ਕੇਸ ਦੀ ਗੱਲ ਕਰਦਾ ਸੀ ਜਿਹੜੇ ਦਬੇ ਹੋਏ ਨੇ ਜਿਨ੍ਹਾਂ ਦੀ ਆਵਾਜ਼ ਤੱਕ ਨਹੀਂ ਜਾਂਦੀ ਉਹਨਾਂ ਦੇ ਲਈ ਕੋਈ ਪ੍ਰੋਗਰਾਮ ਵਗੈਰਾ ਐਵੇਂ ਦਾ ਕੁਝ ਹੈਗਾ ਵੀ ਜਿਹੜੇ ਉਹਨਾਂ ਦਾ ਡੈਮੇਜ ਜ਼ਿਆਦਾ ਨਾ ਹੋਵੇ ਕਿਸ ਤਰ੍ਹਾਂ ਦੇ ਤੁਸੀਂ ਵੀ ਜਦਾਂ ਆਹੀ ਜਿਵੇਂ ਵਿਆਹ ਕਰਾ ਕੇ ਆਈ ਹੈ ਲੀਡੀ ਇੱਥੇ ਤੇ ਉਹਦੇ ਇਨ-ਲੌਸ ਵਗੈਰਾ ਉਹਨੂੰ ਤੰਗ ਕਰ ਰਹੇ ਨੇ ਬਟ ਜਦੋਂ ਇਸ ਹਾਂਜੀ ਉਹ ਇਸ ਸਿਨੈਰੀਓ ਦੇ ਅੰਦਰ ਕੀ ਬਣਿਆ ਵੀ ਜੇ ਕੇਸ ਹੁੰਦਾ ਤੇ ਲੇਡੀ ਨੂੰ ਘਰ ਵਗੈਰਾ ਮਿਲਦਾ ਇਨ-ਲॉज ਨੂੰ ਸਾਰਿਆਂ ਨੂੰ ਕੱਢ ਦਿੰਦੇ ਨੇ ਆ ਕੀ ਹੁੰਦਾ ਕੋਈ ਐਗਜ਼ਾਮਪਲ ਐਵੇਂ ਦਾ ਦੇਖੋ ਜੀ ਪਹਿਲੀ ਗੱਲ ਦਾ ਜੇ ਕਿਸੇ ਦੇ ਖਿਲਾਫ ਕੋਈ ਧੱਕਾ ਹੋ ਰਿਹਾ ਕਿਸੇ ਵੀ ਤਰ੍ਹਾਂ ਦਾ ਤਾਂ ਪੁਲਿਸ ਨੂੰ ਫੋਨ ਕਰਨ ਜਿਹੜਾ ਜਿਹੜਾ ਬੰਦਾ ਧੱਕਾ ਕਰ ਰਿਹਾ ਜਾਂ ਕੁਝ ਵੀ ਇਲੀਗਲ ਕਰ ਰਿਹਾ ਉਹਦਾ ਨਾਮ ਦੱਸਿਓ ਜੇ ਪੁਲਿਸ ਚਾਰਜ ਕਰੇਗੀ ਮੰਨ ਲਓ ਹਸਬੈਂਡ ਤੇ ਇਨ-ਲॉज ਨੂੰ ਦੋਨਾਂ ਨੂੰ ਸਾਰਿਆਂ ਨੂੰ ਚਾਰਜ ਕਰ ਲੈਂਦੀ ਹੈ ਜਿਨ੍ਹਾਂ ਜਿਨ੍ਹਾਂ ਦੇ ਵਿਚਾਰਜ ਲੱਗੇ ਉਹਨਾਂ ਸਭ ਨੂੰ ਜਾਣਾ ਪੈਣਾ ਕਰ ਤੋਂ ਉਹ ਸਭ ਨੂੰ ਜਿਹਦੇ ਵਿਚਾਰ ਉਹ ਨੇੜੇ ਨਹੀਂ ਆ ਸਕਦੇ ਉਹਨਾਂ ਦੇ ਐਵੇਂ ਜੇ ਹਸਬੈਂਡ ਕਾਲ ਕਰਦਾ ਆਪਣੀ ਵਾਈਫ ਦੇ ਅਗੇਂਸ ਜਾ ਵਾਈਵੰਦੇ ਆਪਨੇ ਲਾਂਸ ਦੇ ਗਏ ਜਿੱਤੇ ਵੀ ਚਾਰਜ ਲੱਗੇ ਉਹ ਉਸ ਬੰਦੇ ਤੇ ਕੁਝ ਕੰਡੀਸ਼ਨਸ ਲੱਗ ਜਾਂਦੀਆਂ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਦੂਸਰੀ ਚੀਜ਼ ਇਹ ਹੈ ਕਿ ਆਪਣੇ ਇੰਡੀਆ ਪੰਜਾਬ ਜੀ ਦੀ ਗੱਲ ਕਰੀ ਤਾਂ ਪੰਜਾਬ ਪੁਲਿਸ ਵੀ ਇੱਕ ਐਨ ਆਰ ਆਈ ਵਿੰਗ ਬਣਿਆ ਹੋਇਆ ਤੁਸੀਂ ਉੱਥੇ ਕੰਪਲੇਂਟ ਕਰ ਸਕਦੇ ਹੋ ਈਮੇਲ ਉਹਨਾਂ ਦੀ ਈਮੇਲ ਤੇ ਤੁਸੀਂ ਕੰਪਲੇਂਟ ਪਾਉਣੀ ਹੈ ਜੇ ਥੋੜਾ ਇੰਡੀਆ ਚ ਕੋਈ ਪਿੱਛੇ ਫੈਮਲੀ ਉਹ ਕੋਈ ਤੰਗ ਕਰ ਰਹੀ ਆ ਉੱਥੇ ਕੋਈ ਰੌਲਾ ਤਾਂ ਤੁਸੀਂ ਇੱਥੋਂ ਉਹਨਾਂ ਨੂੰ ਕੰਪਲੇਂਟ ਪਾ ਸਕਦਾ ਉੱਥੇ ਵੀ ਬੜੀ ਸੁਣਵਾਈ ਹੁੰਦੀ ਆ ਤੇ ਉੱਥੇ ਥੋੜਾ ਉਹ ਮੈਟਰ ਸੋਲਵ ਕਰਕੇ ਦਿੰਦੇ ਨੇ ਤੇ ਇੱਥੇ ਜੇ ਤੁਹਾਡਾ ਕੋਈ ਤੱਕਾ ਹੋ ਰਿਹਾ ਤੁਹਾਡੇ ਕੋਲ ਇੱਥੇ ਸਾਨੂੰ ਪਤਾ ਹੀ ਹੈ 911 ਨਾਲ ਆਪਾਂ ਕਾਲ ਕਰ ਸਕਦੇ ਆ ਤੇ ਜਿਹੜੇ ਤੇ ਜੇ ਘਰ ਮਿਲਣਾ ਨਾ ਮਿਲਣਾ ਇਹ ਆ ਜਾਂਦਾ ਜੀ ਫ ਪਾਰਟ ਹੋ ਜਾਂਦਾ ਕ੍ਰਿਮੀਨਲ ਚਾਰजेस ਲੱਗੇ ਤੇ ਕੋਈ ਘਰ ਚ ਫੇਰ ਬਦਲ ਨਹੀਂ ਹੁੰਦੀ ਉਹ ਤਾਂ ਹੁੰਦੀ ਹੈ ਜੇ ਆਪਾਂ ਕੱਲ ਨੂੰ ਡਿਵੋਰਸ ਵੀ ਲੈਣਾ ਚਾਹੀਏ ਤੇ ਆਪਾਂ ਉਹ ਫੈਮਿਲੀ ਲਾਅ ਵਾਲਾ ਇਸ਼ੂ ਜੇ ਇਨਵੋਲ ਹੋ ਜਾਣ ਫਿਰ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਘਰ ਤੇ ਤੁਸੀਂ ਰਹਿ ਰਹੇ ਹੋ ਥੋੜਾ ਮੈਟ੍ਰੀਮੋਨੀਅਲ ਹਾਊਸ ਮੰਨਿਆ ਜਾਂਦਾ ਉਹਦੇ ਵਿੱਚੋਂ ਤੁਹਾਨੂੰ ਹਸਬੰਡ ਥੋੜਾ ਕੱਟ ਨਹੀਂ ਸਕਦਾ ਕਦੇ ਵੀ ਜਾਂ ਵਾਈਫ ਹਸਬੰਡ ਨੂੰ ਨਹੀਂ ਕੱਢ ਸਕਦੀ ਹਸਬੰਡ ਵਾਈਫ ਨੂੰ ਨਹੀਂ ਕੱਢ ਸਕਦਾ ਉਹਦੇ ਵਿੱਚੋਂ ਤੁਹਾਨੂੰ ਆਪਣੇ ਆਪ ਨੂੰ ਜੇ ਤੁਸੀਂ ਕਹਿੰਨ ਅੱਡ ਹੁੰਨੇ ਹੋ ਸੋ ਉਹਦੇ ਵਿੱਚੋਂ ਵੀ ਜੋ ਵੀ ਤੁਹਾਡੇ ਕੋਲੇ ਐਸੈਟਸ ਨੇ ਸਾਰਾ ਕੁਝ ਡਿਫਰੈਂਟ ਫਾਰਮੂਲੇ ਹੁੰਦੇ ਨੇ ਉਹ ਡਿਵਾਈਡ ਹੁੰਦਾ ਹੁੰਦਾ ਇਨਕਮ ਦੇ ਸਾਰੇ ਹਿਸਾਬ ਨਾਲ ਸਾਰਾ ਕੁਝ ਕਰਕੇ ਹੁਣ ਆਹਾ ਹੈਗਾ ਆ ਤੇ ਇਹ ਜਮਈ ਇਹ ਮੇਰੇ ਖਾਸ ਨੂੰ ਹੁੰਦਾ ਉਹਨਾਂ ਦਾ ਕੀ ਹੋਇਆ ਵਾਈਫ ਪਿੱਛੋਂ ਆਈ ਬੰਦਾ ਇੱਥੇ ਸੀਗਾ ਸਟੂਡੈਂਟ ਤੇ ਉਹ ਪੀਆਰ ਹੋ ਜਾਂਦਾ ਵਾਈਫ ਵੀ ਪੀਆਰ ਹੋ ਜਾਂਦੀ ਹੈ ਵਾਈਫ ਨੂੰ ਬਟ ਉਹ ਵਿਆਹ ਕਰਾ ਕੇ ਇੱਥੇ ਲੈ ਕੇ ਆਇਆ ਤੇ ਹੁੰਦਾ ਕੀ ਆ ਵੀ ਪਿੱਛੇ ਪਤਾ ਨਹੀਂ ਉਹ ਉਹਦੀ ਡਿਸਕ੍ਰਾਈਬ ਦੇ ਹਿਸਾਬ ਨਾਲ ਇਨ-ਲਾਜ਼ ਉਹਦੇ ਮਾੜੇ ਨਿਕਲੇ ਤੇ ਉਹਨਾਂ ਨੇ ਕੁਝ ਪੈਸਿਆਂ ਦੀ ਡਿਮਾਂਡ ਕੀਤੀ ਕੁੜੀ ਕਹਿੰਦਾ ਇਨੋਸੈਂਟ ਆ ਇਨ-ਲਾਜ਼ ਨੇ ਪਿੱਛੋਂ ਫੋਨ ਕਰਤਾ ਵੀ ਤੂੰ ਡਿਵੋਰਸ ਫਾਈਲ ਕਰ ਦੇ ਕਿਉਂਕਿ ਇੱਥੋਂ ਦਾ ਲਾਅ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ ਜੇ ਜਦੋਂ ਕੰਪਲੇਂਟ ਫਾਈਲ ਕਰਨਗੀ ਮੁੰਡਾ ਇੱਕ ਤਾਂ ਇੱਥੋਂ ਡਰੂਗਾ ਗਰਾਉਂਡਸ ਉਹਨਾਂ ਨੂੰ ਪਤਾ ਨਹੀਂ ਕਿਵੇਂ ਪਲੇ ਆਰਾਊਂਡ ਕਰਨਗੇ ਤੇ ਉਹ ਹੁਣ ਬੈਕ ਹੋਮ ਪੰਜਾਬ ਚ ਵੀ ਨਹੀਂ ਹੈਗੇ ਉਹ ਉਹ ਹਰਿਆਣੇ ਦੇ ਇੱਕ ਸ਼ਹਿਰ ਦੇ ਜਿਹੇ ਹੈਗੇ ਨੇ ਤੇ ਉਹ ਸਿਨੈਰੀਓ ਦੇ ਅੰਦਰ ਉਹ ਪਿੱਛੋਂ ਉਹਦੀ ਇਨ-ਲॉਜ਼ ਦੀ ਫੈਮਿਲੀ ਮੁੰਡੇ ਵਾਲਿਆਂ ਤੋਂ ਡਿਮਾਂਡ ਕਰ ਰਹੀ ਹੈ ਵੀ ਸਾਨੂੰ 20-30 ਲੱਖ ਦੋ ਥੈਨ ਅਸੀਂ ਡਿਵੋਰਸ ਫਾਈਲ ਵੀ ਕਰਾਂਗੇ ਲੈਣਾ ਡਿਵੋਰਸ ਹੀ ਉਹਨਾਂ ਨੇ ਤੇ ਉਹ ਸਿਨੈਰੀਓ ਦੇ ਅੰਦਰ ਇਥੋਂ ਦਾ ਲਾਅ ਜਾਂ ਪਿੱਛੋਂ ਬੰਦਿਆਂ ਨੂੰ ਐਵੇਂ ਦੀ ਕਿਹੜੀ ਸਲਾਹ ਦੇਖੋ ਜੀ ਇਹ ਹੈ ਹੁਣ ਇਹ ਤਾਂ ਬੜੇ ਬੜੇ ਫੈਕਟਰ ਨੇ ਬੜੀ ਚੀਜ਼ਾਂ ਨੇ ਇਹਦੇ ਵਿੱਚ ਹੁਣ ਉਹ ਪੈਸੇ ਕਿਉਂ ਡਿਮਾਂਡ ਕਰ ਰਹੇ ਨੇ ਕੀ ਰੀਜ਼ਨ ਹੈ ਅ ਪਹਿਲੀ ਗੱਲ ਤਾਂ ਇਲੀਗਲ ਹੈ ਇਲੀਗਲ ਹੈ ਵੇ ਨਹੀਂ ਕੀ ਕਰ ਰਹੇ ਨੇ ਸਾਡਾ ਵਿਆਹ ਤੇ ਇੰਨਾ ਲੱਗ ਗਿਆ ਚਲੋ ਉਹ ਗੱਲ ਤੇ ਆਪਾਂ ਬਾਅਦ ਚੰਦੇ ਆ ਉਹ ਵੀ ਇੱਕ ਬੜਾ ਲੰਬਾ ਇੱਕ ਅੱਡ ਟੌਪਿਕ ਹੈ ਹਾਂ ਹਾਂ ਅ ਕਿਸੇ ਤੋਂ ਪੈਸੇ ਲੈ ਕੇ ਡਿਵੋਰਸ ਲੈਣਾ ਇੱਕ ਤਾ ਇਲੀਗਲ ਗੱਲ ਹੈ ਕਿਤੇ ਕਿਤੇ ਵੀ ਤੇ ਕੈਨੇਡਾ ਦੇ ਵਿੱਚ ਜੇ ਤੁਸੀਂ ਡਿਵੋਰਸ ਲੈਣਾ ਇੱਕ ਡਿਵੋਰਸ ਹੁੰਦਾ ਰਜ਼ਾਮੰਦੀ ਨਾਲ ਜਿਹਨੂੰ ਆਪ ਮਿਊਚੁਅਲ ਕੰਸੈਂਟ ਡਿਵੋਰਸ ਕਹਿੰਦੇ ਨੇ ਵੀ ਦੋਨਾਂ ਦੀ ਰਜ਼ਾਮੰਦੀ ਹੈ ਕੋਰਟ ਕੋਲੇ ਜਾਓ ਇੱਕ ਸਾਲ ਦੀ ਸੈਪਰੇਸ਼ਨ ਜ਼ਰੂਰੀ ਹੁੰਦੀ ਹੈ ਉਸ ਤੋਂ ਬਾਅਦ ਡਿਵੋਰਸ ਕੋਰਟ ਦੇ ਦਿੰਦੀ ਹੈ No damage no loss ਹਾਂ ਜੇ ਤੁਹਾਨੂੰ ਲੱਗਦਾ ਵੀ ਰਜ਼ਾਮੰਦੀ ਨਾਲ ਡਿਵੋਰਸ ਨਹੀਂ ਹੈਗਾ ਮੰਨ ਲਓ ਮੈਂ ਲੈਣਾ ਚਾਹਣਾ ਤੁਸੀਂ ਨਹੀਂ ਲੈਣਾ ਚਾਹੁੰਦੇ ਸਮ ਉਹਦੇ ਲਈ ਤਿੰਨ ਗਰਾਊਂਡ ਨੇ ਤਿੰਨ ਚਾਰ ਗਰਾਊਂਡ ਨੇ ਜਿਹੜੇ ਕਿ ਮੈਨੂੰ ਪ੍ਰੂਫ ਕਰਨੇ ਪੈਣਗੇ ਤਾਂ ਹੀ ਕੋਰ ਡਿਵੋਰਸ ਦੇਗੀ ਮੈਂ ਕੋਰਟ ਫਾਈਲ ਕਰੂੰਗਾ ਕਿ ਮੈਂ ਇਸ ਗਰਾਊਂਡ ਤੇ ਡਿਵੋਰਸ ਮੰਗ ਰਿਹਾ ਅਗ ਕਿ ਇਹ ਗਰਾਉਂਡ ਨਹੀਂ ਬਣਦਾ ਹੈਗਾ। ਸੋ ਜੇ ਕੋਰਟ ਨਹੀਂ ਸੈਟੀਸਫਾਈਡ ਹੋਏਗੀ ਵੀ ਇਹ ਗਰਾਉਂਡ ਨਹੀਂ ਬਣਦੇ ਹੈਗੇ, ਕੋਰਟ ਡਿਵੋਰਸ ਨਹੀਂ ਦੇਗੀ। ਸੋ ਉਹਦੇ ਵਿੱਚ ਪੈਸੇ ਲੈਣ ਦੇਣ ਦੀ ਵੀ ਕੋਈ ਗੱਲ ਨਹੀਂ ਹੈਗੀ। ਸੋ ਇਹਦਾ ਮਤਲਬ ਉਹ ਇਹੀ ਕਹਿ ਰਹੇ ਹੋਣਗੇ ਵੀ ਤੁਸੀਂ ਸਾਨੂੰ ਪੈਸੇ ਦੇ ਦਿਓ ਤਾਂ ਅਸੀਂ ਮਿਊਚੁਅਲ ਕਨਸੈਂਟ ਨਾਲ ਸੌਖਾ ਡਿਵੋਰਸ ਦੇ ਦਾਂਗੇ ਤੁਹਾਨੂੰ। ਠੀਕ ਹੈ ਨਾ? ਉਹਦੇ ਵਿੱਚ ਇਹ ਹੈ ਕਿ ਹੁਣ ਤੁਸੀਂ ਫਾਈਟ ਕਰ ਸਕਦੇ ਹੋ ਵੀ ਜੇ ਤੁਸੀਂ ਪੈਸੇ ਨਹੀਂ ਦੇਣੇ ਅਸੀਂ ਵੀ ਨਹੀਂ ਅਸੀਂ ਨਹੀਂ ਦੇਵਾਂਗੇ। ਇਲੀਗਲ ਚੀਜ਼ ਹੈ। ਤੁਸੀਂ ਲੈਣਾ ਤਾਂ ਤੁਸੀਂ ਲੈ ਕੇ ਦੇਖ ਲਓ। ਅਸੀਂ ਫਾਈਟ ਕਰਾਂਗੇ ਡਿਵੋਰਸ ਨੂੰ, ਅਸੀਂ ਪੋਸਟ ਕਰਾਂਗੇ। ਤੇ ਉਹਨਾਂ ਨੇ ਇੰਡੀਆ ਕੇਸ ਫਾਈਲ ਕਰਤਾ ਜਦੋਂ ਪਛੜਿਆ ਜਾ ਰਿਹਾ ਤੇ ਉਥੋਂ ਦੀ ਤਾਂ ਉਥੋਂ ਦੀ ਸਿਨੈਰੀਓ ਡਿਫਰੈਂਟ ਹੈ ਨਾ ਫਿਰ ਜੇ ਪੁਲਿਸ ਵਾਲਿਆਂ ਨੂੰ ਤੁਸੀਂ ਆਪ ਦੇ ਵੱਲ ਕਰ ਲੋ ਤੇ ਇੰਡੀਆ ਵੀ ਐਸ ਤਸ ਦੇਖੋ ਸੁਣਵਾਈ ਹੁੰਦੀ ਹੈ ਉੱਥੇ ਵੀ ਹੁਣ ਹੁਣ ਉਹ ਗੱਲਾਂ ਨਹੀਂ ਰਹੀਆਂ ਹੈਗੀਆਂ ਪਹਿਲਾਂ ਵਾਲੀਆਂ ਹੁਣ ਕਿਉਂਕਿ ਬੜੀ ਬੜੀ ਸਖਤਾਈ ਹੋ ਗਈ ਹੈ ਬੜਾ ਕੁਝ ਹੋ ਗਿਆ ਹੁਣ ਫੇਰ ਵੀ ਥੋੜੀ ਸੁਣਵਾਈ ਹੁੰਦੀ ਹੈ ਤੁਹਾਡੇ ਦੇ ਕੇਸ ਨੂੰ ਦੇਖਿਆ ਜਾਂਦਾ ਤੇ ਦੂਸਰੀ ਗੱਲ ਇਹ ਹੈ ਕਿ ਪਰ ਅਨਫੋਰਚੂਨੇਟ ਗੱਲ ਹੈ ਓਵਰ ਆਲ ਇਹ ਮੇਰੇ ਕੋ ਇੰਨੇ ਕੇਸ ਨੇ ਨਾ ਇਸ ਤਰ੍ਹਾਂ ਦੇ ਜਿੱਥੇ ਉਰੇ ਅੱਡ ਕੇਸ ਚੱਲ ਰਹੇ ਹੁੰਦੇ ਨੇ ਇੰਡੀਆ 'ਚ ਵੱਡ ਸ਼ੁਰੂ ਕਰ ਲੈਂਦੇ ਨੇ ਮਤਲਬ ਕਹਿਣ ਦਾ ਮਤਲ ਮੈਰਿਜ ਨਾ ਜਦੋਂ ਇੱਕ ਕੌਂਟ੍ਰੈਕਟ ਬਣ ਜਾਂਦਾ ਮੈਰਿਜ ਇੱਕ ਮੈਰਿਜ ਨਹੀਂ ਰਹਿੰਦੀ ਤੁਸੀਂ ਇੱਕ ਬੰਦੇ ਨਾਲ ਨਹੀਂ ਵਿਆਹ ਕਰਾਇਆ ਤੁਸੀਂ ਸਿਰਫ ਕੋਈ ਫਾਇਦੇ ਲਈ ਕੁਝ ਕੁ ਇੱਕ ਕੰਟਰੈਕਟਡ ਬਿਜ਼ਨਸ ਡੀਲਿੰਗ ਕਰ ਰਹੇ ਹੋ ਬਸ ਤੁਸੀਂ ਬਿਜ਼ਨਸ ਡੀਲ ਹੈ ਤੁਹਾਡੀ ਇਹ ਹਾਂ ਕਿ ਮੈਂ ਤੈਨੂੰ ਪੈਸੇ ਲਾਉਂਗਾ ਤੂੰ ਵਾਈਲਡ ਸਕਾਰ ਅਸੀਂ ਬਾਹਰ ਜਾਵਾਂਗੇ ਅਸੀਂ ਤੇਰੇ ਤੋਂ ਮੈਨੂੰ ਆ ਫਾਇਦਾ ਮੈਨੂੰ ਤੇਰੇ ਤੋਂ ਆ ਫਾਇਦਾ ਸੋ ਜਦੋਂ ਉਸ ਤਰੀਕੇ ਦਾ ਟ੍ਰਾਂਜੈਕਸ਼ਨ ਹੁੰਦਾ ਨਾ ਉੱਥੇ ਪਿਆਰ ਨਹੀਂ ਬਣ ਪੈਂਦਾ ਹੈਗਾ ਉੱਥੇ ਕਈ ਵਾਰੀ ਉਹ ਰਿਲੇਸ਼ਨਸ਼ਿਪ ਨਹੀਂ ਬਣ ਪੈਂਦਾ ਹੈਗਾ ਫਿਰ ਅਨਫੋਰਚੂਨੇਟ ਗੱਲ ਹੈ ਵੀ ਪੇਰੈਂਟਸ ਬੱਚੇ ਨੂੰ ਚੱਕਦੇ ਨੇ ਵੀ ਤੁਸੀਂ ਹੁਣ ਆ ਕਰ ਦੋ ਤੁਹਾਡੇ ਨਾਲ ਖੜੇ ਆ ਉਹਦੇ ਖਿਲਾਫ ਆ ਕਰਦੇ ਉਹਦੇ ਖਿਲਾਫ ਆ ਕਰਦੇ ਉਹ ਇੰਨਾ ਕੁ ਜ਼ਿਆਦਾ ਵੱਡੀ ਚੀਜ਼ ਹੋ ਜਾਂਦੀ ਹੈ ਤੁਸੀਂ ਸੋਚੋ ਯਾਰ ਕਿੱਥੇ ਤਾਂ ਤੁਸੀਂ ਆਏ ਸੀ ਕਿ ਉੱਥੇ ਪੜ੍ਹਨ ਆ ਜਾਂ ਕੰਮ ਕਰਨ ਆ ਆਪਣੀ ਲਾਈਫ ਕਿੱਥੇ ਤੁਸੀਂ ਇਹਨਾਂ ਚੀਜ਼ਾਂ 'ਚ ਪੈ ਗਏ ਹੋ ਤੁਹਾਡਾ ਅੱਧਾ ਅੱਧਾ ਧਿਆਨ ਤਾਂ ਉੱਥੇ ਲੱਗਿਆ ਹੋਇਆ ਤੁਸੀਂ ਕੀ ਆ ਅچھے ਇਨਸਾਨ ਬਣੋਗੇ ਤੁਸੀਂ ਕੀ ਆਪਣੇ ਗੋਲਜ਼ ਵੱਲ ਜਾਓਗੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਸਿਖਾਓਗੇ ਤੁਸੀਂ ਸੋਚੋ ਵੀ ਜੇ ਤੁਸੀਂ ਤੁਸੀਂ ਆਪਣੀ ਉਮਰ 'ਚ ਕਿਸ ਨਾਲ ਫਰਾਡ ਕੀਤੇ ਹੋਏ ਨੇ ਧੋਖੇਦੜੀ ਕੀਤੀ ਐ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਓਗੇ ਕੱਲ ਨੂੰ ਜਾ ਕੇ ਉਹ ਤੁਹਾਡੇ ਤੋਂ ਕੀ ਦੇਖਣਗੇ ਵੀ ਸਾਡੇ ਪਹਿਲਾਂ ਉਹਦੀ ਸਾਡੀ ਮੰਮੀ ਦੀ ਪਹਿਲਾਂ ਕੰਟ੍ਰੈਕਟ ਮਰੇ ਸੀਗੀ ਸਾਡੇ ਡੈਡੀ ਦੀ ਪਹਿਲਾਂ ਕੰਟ੍ਰੈਕਟ ਉਹਨਾਂ ਨੇ ਛੱਡਤਾ ਪਿਆ ਉਹਨਾਂ ਲਈ ਤਾਂ ਨਾਰਮਲ ਗੱਲਾਂ ਹੋ ਜਾਣਗੀਆਂ ਅਗਲੀ ਪਨੀਰੀ ਕੀ ਕਹੇਗੀ ਵੀ ਇਹ ਤਾਂ ਨਾਰਮਲ ਗੱਲਾਂ ਨੇ ਵੀ ਇਹ ਸਾਡੇ ਮੰਮੀ ਡੈਡੀ ਨੇ ਵੀ ਕੀਤਾ ਸੀ ਕੈਨੇਡਾ ਆਉਣ ਲਈ ਇੱਕ ਫਾਇਦਾ ਚੱਕਣ ਲਈ ਅਸੀਂ ਇਹ ਕੁਝ ਹੋਰ ਕਰਨ ਲਈ ਕਰਾਂਗੇ ਮਤਲਬ ਇਹ ਇਹ ਤਾਂ ਬਹੁਤ ਵੱਡੀ ਰੈਪਰਕਾਸ਼ਨਸ ਜਿਹੜੇ ਵੱਡੇ ਰੈਪਰਕਾਸ਼ਨਸ ਹੋਣਗੇ ਲੋਕ ਸਮਝਦੇ ਨਹੀਂ ਆਗੇ ਐਜ਼ ਅ ਸੋਸਾਇਟੀ ਨਹੀਂ ਨਾ ਸੋਚਦੇ ਹਰ ਕੋਈ ਇਹ ਦੇਖਦਾ ਵੀ ਮੇਰਾ ਔਲੂ ਸਿੱਧਾ ਹੋ ਰਿਹਾ ਮੈਂ ਕਰ ਲਾਂ ਉਸ ਤੋਂ ਬਾਅਦ ਐਜ਼ ਅ ਸੋਸਾਇਟੀ ਕੀ ਚੇਂਜ ਆ ਰਿਹਾ ਵੀ ਆਉਣ ਵਾਲੀ ਇੱਕ ਘਰ ਦੇ ਅੰਦਰੋਂ ਕਹਿੰਦੇ ਨੇ ਨਾ ਵੀ ਚਾਰ ਜਨਰੇਸ਼ਨ ਨਿਕਲਦੀਆਂ ਨੇ ਆਉਣ ਵਾਲੀ ਚਾਰ ਅੱਧ ਸਟਰੀਮਾਂ ਨਿਕਲਦੀਆਂ ਨੇ ਸੋ ਸਾਰਿਆਂ ਨੂੰ ਨੁਕਸਾਨ ਹੈ ਹਰ ਕਿਸੇ ਨੂੰ ਇਹ ਸੋਚ ਕੇ ਐਟ ది ਐਂਡ ਆਪਾਂ ਕਾਫੀ ਥੋੜਾ ਟਾਈਮ ਲੈ ਲਿਆ ਐਟ ਦੀ ਐਂਡ ਇਹ ਚਾਹਾਂਗੇ ਵੀ ਸਟੂਡੈਂਟਸ ਦੇ ਰਿਲੇਟਡ ਜ਼ਿਆਦਾਤਰ ਕਿਹੜੇ ਕੇਸਸ ਆਉਂਦੇ ਨੇ ਤੇ ਉਹਨਾਂ ਨੂੰ ਕਿਹੜੀਆਂ ਸਲਾਹਾਂ ਹਨ ਪਹਿਲਾਂ ਕੇਸਸ ਬਾਰੇ ਦੱਸ ਦਿਓ ਵੀ ਮੋਸਟਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਮੁੰਡੇ ਕੁੜੀਆਂ ਜ਼ਿਆਦਾਤਰ ਜਿੱਦਾਂ ਆਪਣੇ ਹੁਣ ਪਿੱਛੇ ਜੇ ਪਲਾਜ਼ਾ ਜੇ ਤਲਵਾਰਾਂ ਚੱਲ ਪਈਆਂ ਕਿਤੇ ਕੋਈ ਲੜਾਈ ਹੋ ਜਾਂਦੀ ਹੈ ਉਹ ਤੋਂ ਤਾਂ ਇੱਕ ਸਿਨੈਰੀਓ ਆ ਗਿਆ ਵੀ ਜਿੱਦਾਂ ਅੱਜਕੱਲ ਦੇ ਬੱਚੇ ਨੇ ਕਿਤੇ ਵੀ ਲੜ ਪਏ ਗਰਮ ਖੂਨ ਆਉਂਦਾ ਤੇ ਲੜ ਪਏ ਛੇਤੀ ਗਾਣੇ ਸੁੱਖ ਨਾਲ ਕੁਛ ਐਵੇਂ ਦੇ ਆਉਂਦੇ ਨੇ ਕੁਛ ਉਹ ਵੀ ਦੀ ਚੋਕ ਉਹ ਵੀ ਦੀ ਮਿਲੀ ਹੁੰਦੀ ਹੈ ਉਹਦਾ ਇੰਪੈਕਟ ਅੱਗੇ ਤੱਕ ਉਹਨਾਂ ਨੂੰ ਕਿਵੇਂ ਪੈਂਦਾ ਹੈ ਚਲੋ ਜੀ ਆ ਗੱਲਾਂ ਤਾਂ ਡਿਫਰੈਂਟ ਨੇ ਇਹਦਾ ਰੀਜ਼ਨ ਆਪਾਂ ਸਟੂਡੈਂਟਸ ਨਹੀਂ ਕਹਿ ਸਕਦੇ ਸਟੂਡੈਂਟਸ ਤਾਂ ਜ਼ਿਆਦਾ ਇਨਵੋਲ ਹੁੰਦੇ ਨੇ ਕਿਉਂਕਿ ਸਟੂਡੈਂਟਸ ਨਵੇਂ ਆਏ ਹੁੰਦੇ ਨੇ ਉਹਨਾਂ ਕੋਲੇ ਗਰਮ ਖੂਨ ਆ ਸਮਝ ਨਹੀਂ ਹਲੇ ਢੀ ਹੈਗੀ ਟਾਈਮ ਫ੍ਰੀ ਹੁੰਦਾ ਬੰਦਿਆਂ ਕੋਲੇ ਇਹ ਕੁਝ ਬੰਦੇ ਉਹਨਾਂ ਨੂੰ ਮੰਗਰ ਲਾ ਲੈਂਦੇ ਨੇ ਮੈਂ ਕਹੂੰਗਾ ਕਿ ਇਸ ਚੀਜ਼ਾਂ ਦੇ ਵਿੱਚ ਇਹ ਤਾਂ ਬੜੀ ਅੱਡ ਚੀਜ਼ਾਂ ਨੇ ਰਿਲੀਜੀਅਸ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਵੀ ਕਿਉਂ ਕੀ ਚੀਜ਼ਾਂ ਹੁੰਦੀਆਂ ਪਰਵਾਰਾਂ ਇਹ ਆਪਾਂ ਜ਼ਿਆਦਾ ਨਹੀਂ ਛੇੜੀਂ ਮਤਲਬ ਨਹੀਂ ਛੇੜ ਸਕਦੇ ਆਪਾਂ ਪਰ ਇਹ ਹੈ ਕਿ ਡਿਫਰੈਂਟ ਟਾਈਮਲੀ ਟੌਪਿਕ ਹੈ ਆਪਰੇ ਆਜ ਬਹੁਤ ਵੱਡਾ ਟੌਪਿਕ ਹੈ ਹੁਣ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਆਪਣੇ ਰਾਈਟ ਮਾਈਂਡ ਦੇ ਵਿੱਚ ਕਿਸੇ ਨਾਲ ਪਰਵਾਰਾਂ ਨਾਲ ਲੜੇਗਾ ਅਨਲੈਸ ਉਹਨੂੰ ਭੜਕਾਇਆ ਹੋਵੇ ਜਾਂ ਕਿਸੇ ਹੁਣ ਤੁਹਾਡੇ ਮੇਰੇ ਨਾਲ ਕੀ ਦੁਸ਼ਮਣੀ ਹੈ ਮੈਂ ਤੁਹਾਡੇ ਨਾਲ ਕਿਉਂ ਲੜੂੰਗਾ ਮੇਰੀ ਆਪਣੀ ਲਾਈਫ ਹੈ ਮੈਂ ਤਾਂ ਆਪਣੀ ਲਾਈਫ 'ਚ ਇਸ ਹੱਦ ਤੱਕ ਬੰਦੇ ਉਦੋਂ ਹੀ ਉਤਰਦੇ ਨੇ ਐਂਡ ਪਲੱਸ ਐਜ਼ ਅ ਗਰੁੱਪ ਜਦੋਂ ਉਹਨਾਂ ਨੂੰ ਕੋਈ ਦੱਸਿਆ ਜਾਂਦਾ ਹੈ ਭੜਕਾਇਆ ਜਾਂਦਾ ਹੈ ਗਲਤ ਤਰੀਕੇ ਨਾਲ ਆਪਾਂ ਕਿਸੇ ਨੂੰ ਦਸੀਏ ਮੋਟੀਵੇਟ ਕਰੀਏ ਆਦਰਵਾਇਜ਼ ਕਿਹੜੇ ਧਰਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਧਰਮ ਦੇ ਵਿੱਚ ਵਾਇਲੈਂਸ ਲਿਖੀ ਹੋਵੇ ਕਿਸੇ ਧਰਮ ਦੇ ਵਿੱਚ ਲਿਖਿਆ ਹੋਵੇ ਵੀ ਐ ਜੇ ਤਲਵਾਰਾਂ ਨਾਲ ਜਾਂ ਕੋਈ ਲੜਾਈਆਂ ਕਰਕੇ ਸੋਲੂਸ਼ਨ ਹੁੰਦੇ ਹੁੰਦੇ ਤਾਂ ਮੈਂ ਕਹਾਂ ਇੱਕ ਵਾਰ ਲੜਾਈਓ ਕਰਾ ਲਓ ਚੱਜ ਨਾਲ ਦੀ ਸੋਲੂਸ਼ਨ ਹੀ ਹੋ ਜੇ ਇੰਨੇ ਸਾਲਾਂ ਤੋਂ ਇਹ ਤਾਂ ਜੀ ਬੇਸਿਕਲੀ ਐਟ ਦੀ ਅੰਦਰ ਦੇ ਰੋਟੀਆਂ ਨੇ ਜੇਸ ਬੰਦੇ ਦੀ ਰੋਟੀ ਮੰਨ ਲਓ ਮੈਂ ਕਿਸੇ ਨੂੰ ਕਹਿੰਦਾ ਨਹੀਂ ਮੇਰੀ ਰੋਟੀ ਚੱਲ ਰਹੀ ਹੈ ਵੀ ਮੇਰੀ ਇਨਕਮ ਚੱਲ ਰਹੀ ਹੈ ਕਿਸੇ ਚੀਜ਼ ਤੋਂ ਸੋਰਸ ਆਫ ਇਨਕਮ ਹੈ ਮੈਂ ਕਿਉਂ ਬੰਦ ਕਰੂੰਗਾ ਉਸ ਚੀਜ਼ ਨੂੰ ਮੈਂ ਤਾਂ ਉਹ ਚਲਾਉਂਦਾ ਚਲਾਉਣੇ ਚਲਾਈ ਜਾਊਗਾ ਨਾ ਚਾਹੇ ਉਹ ਇੰਡੀਆ ਹੈ ਪੰਜਾਬ ਹੈ ਹਰਿਆਣਾ ਹੈ ਆਪਾਂ ਜੂਸ ਦੀ ਗੱਲ ਕਰ ਲਈਏ 크ਰਿਸਚਨ ਦੀ ਕਰ ਲਈਏ ਮੁਸਲਮਾਨਾਂ ਦੀ ਕਰ ਲਈ ਆਪਣੀ ਕਰ ਲਈਏ ਹਿੰਦੂਆਂ ਦੀ ਹਰ ਪਾਸੇ ਆਹੀ ਹੈ ਧਰਮ ਤਾਂ ਕੁਝ ਹੋਰ ਬਣੇ ਸੀਗੇ ਕੋਲ ਫੋਰ ਸਮਵਨਸ ਬਾਰਬੀਕਿਊ ਯਾ ਨਾ ਵੀ ਕਿਸੇ ਦੀ ਪੱਟੀ ਚ ਤੁਸੀਂ ਕੋਲੇ ਹੀ ਹੋ ਧਰਮ ਤਾਂ ਕੋਈ ਹੋਰ ਬਣੇ ਸੀਗੇ ਉਹ ਤਾਂ ਹੁਣ ਗੱਲਾਂ ਹੀ ਨਹੀਂ ਰਹਿ ਗਈਆਂ ਕਿਸੇ ਵੀ ਧਰਮ ਦੀਆਂ ਹੁਣ ਤਾਂ ਗੱਲਾਂ ਹੀ ਹੋਰ ਹੋ ਗਈਆਂ ਨੇ ਹੁਣ ਤਾਂ ਆਪਣੀਆਂ ਫਾਈਨੈਂਸ਼ਲੀ ਰੋਟੀਆਂ ਚੱਲ ਰਹੀਆਂ ਨੇ ਜਿਹਦੀ ਚੱਲ ਰਹੀ ਉਹ ਚਲਾਈ ਜਾ ਰਿਹਾ ਹੈ ਉਹ ਜਿਹ ਉਹਨੂੰ ਚਲਾਉਣ ਲਈ ਜਿਹੜੇ ਬੰਦਿਆਂ ਦੀ ਸਹਾਇਤਾ ਲੈਣ ਦੀ ਲੋੜ ਆ ਨਾਲ ਜੋੜਨ ਦੀ ਲੋੜ ਆ ਚਾਰ ਬੰਦੇ ਢਕਾਉਣ ਦੀ ਲੋੜ ਆ ਉਹ ਕਰੀ ਜਾ ਰਹੇ ਨੇ ਕਈ ਬੰਦੇ ਵਿਚਾਰੇ ਭੋਲੇ ਹੁੰਦੇ ਨੇ ਉਹ ਨਾਲ ਲੱਗ ਜਾਂਦੇ ਨੇ ਪਰ ਚਲੋ ਦੈਟਸ ਅ ਟਾਪਿਕ ਫੋਰ ਅਨਦਰ ਡੇ ਉਹ ਉਹ ਗੱਲਾਂ ਤੇ ਆਪਾਂ ਨਹੀਂ ਜਾਂਦੇ ਤੇ ਹੁਣ ਆਪਾਂ ਇਹਦੇ ਤੇ ਸਟੈਪ ਡਾਊਨ ਕਰਦੇ ਹਾਂ ਜਿੱਦਾਂ ਪਲਾਜ਼ੇ 'ਚ ਜਿੱਦਾਂ ਲੜਾਈ ਲੜਾਈ ਹੋਣਾ ਮੇਨਲੀ ਲੜਾਈ ਤਾਂ ਹੁੰਦੀ ਹੈ ਜਦੋਂ ਇੱਕ ਨੂੰ ਦੂਜੇ ਨੂੰ ਪ੍ਰੋਬਲਮ ਆਈ ਤੇ ਇੰਡੀਆ 'ਚ ਲੜਾਈਆਂ ਤਾਂ ਹੁੰਦੀਆਂ ਹੀ ਵੀ ਇੱਕ ਤੋਂ ਦੂਜੇ ਤੋਂ ਪ੍ਰੋਬਲਮ ਆਈ ਥਾਣੇ 'ਚ ਵੀ ਜੇ ਅਸੀਂ ਜਾਣੇ ਆ ਤੇ ਸਾਨੂੰ ਕੋਈ ਸੋਲੂਸ਼ਨ ਹੀ ਨਿਕਲਣਾ ਇੱਥੇ ਤਾਂ ਐ ਆ ਵੀ ਜੇ ਤੁਹਾਨੂੰ ਵਾਕਈ ਕੋਈ ਕੁਝ ਕਹਿ ਰਿਹਾ ਹੈ ਤੁਹਾਨੂੰ ਕੋਈ ਟੇਡਾ ਦੇਖ ਕੇ ਲੰਘ ਰਿਹਾ ਹੈ ਕਿਸੇ ਨੇ ਗਾਲ ਕੱਢਦੀ ਕੁਝ ਵੀ ਹੈ ਇੰਨੇ ਤੇ ਤਾਂ ਕੋਈ ਲੜੂਗਾ ਨਹੀਂ ਜੇ ਕੋਈ ਗੱਲ ਹੈ ਤਾਂ ਲੜੂਗਾ ਸੋ ਉਹਦੇ ਤੇ ਤੁਸੀਂ ਕੀ ਸੁਜੈਸਟ ਕਰਦੇ ਹੋ ਵੀ ਥਾਣੇ ਜਾਓ ਕਿ ਜੋ ਅੱਜਕੱਲ ਚੱਲ ਰਿਹਾ ਹੈ ਉਹਨਾਂ ਦੀ ਪੀਆਰ ਤੇ ਅੱਗੇ ਅਗੇਨ ਜਨਰੇਸ਼ਨ ਜਿੱਦਾਂ ਕਿ ਆਪਾਂ ਕਹਿੰਦੇ 10 ਸਾਲ ਦਾ ਰੈਕੋਰਡ ਤੇ ਆ ਜਾਂਦਾ ਜੌਬ ਨਹੀਂ ਮਿਲਦੀ ਉਹ ਜਸਤੇ ਕੀ ਜਦੋਂ ਪੈ ਜਾਂਦੀ ਜਿਹੜਾ ਉਹ ਕਿਤੇ ਤੱਕ ਇਫੈਕਟ ਕਰਦੀਆਂ ਬੰਦੇ ਲਾਈਫ ਨੂੰ ਦੇਖੋ ਇਹ ਹੈ ਕਿ ਕਿਸੇ ਵੀ ਬੰਦੇ ਨੂੰ ਚਾਹੇ ਉਹ ਸਟੂਡੈਂਟ ਆ ਵਰਕਰ ਆ ਪੀਆਰ ਆ ਕੋਈ ਵੀ ਬੰਦਾ ਉਸ ਬੰਦੇ ਨੂੰ ਪਹਿਲੀ ਗੱਲ ਦਾ ਕ੍ਰਿਮੀਨਲ ਲਾਅ ਨਾਲ ਤੋਂ ਫਸਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਕਿਸੇ ਵੀ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਕਹਿ ਲਈਏ ਸਟੂਡੈਂਟਸ ਤੇ ਜ਼ਿਆਦਾ ਕਹਿ ਲੋ ਡਰਿੰਕਿੰਗ ਐਂਡ ਡਰਾਈਵਿੰਗ ਦੇ ਚਾਰਜਸ ਲੱਗ ਜਾਂਦੇ ਨੇ ਜ਼ਿਆਦਾ ਕੇਸ ਆਉਂਦੇ ਨੇ ਉਸ ਚੀਜ਼ ਤੇ ਕਿਉਂਕਿ ਇੰਡੀਆ ਚ ਆਤ ਪਾਈ ਹੁੰਦੀ ਐ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਇੱਥੇ ਬੰਦਾ ਫੜਿਆ ਜਾਂਦਾ ਤਾਂ ਬਹੁਤ ਜ਼ਿਆਦਾ ਕਨਸੀਕੁਐਂਸਸ ਨੇ ਤੁਸੀਂ ਡਿਪੋਟੇਸ਼ਨ ਐ ਬੇਸਿਕਲੀ ਜੇ ਤੁਸੀਂ ਗਿਲਤੀ ਪਾਏ ਜਾਂਦੇ ਹੋ ਡਰਿੰਕਿੰਗ ਐਂਡ ਡਰਾਈਵਿੰਗ ਚ ਚਾਹੇ ਡਰੱਗਸ ਨਾਲ ਆ ਚਾਹੇ ਸ਼ਰਾਬ ਨਾਲ ਸਿੱਧੀ ਡਿਪੋਟੇਸ਼ਨ ਜੇ ਤੁਸੀਂ ਗਿਲਤੀ ਪਾਏ ਜਾਂਦੇ ਹੋ ਦੋਸ਼ੀ ਪਾਏ ਜਾਂਦੇ ਹੋ ਤਾਂ ਤੇ ਅਸੌਲਟ ਤੇ ਬਹੁਤ ਕੇਸੇ ਜਾਂਦੇ ਨੇ ਅਸੌਲਟ ਡੋਮੈਸਟਿਕ ਅਸੌਲਟ ਜਿਹੜੀਆਂ ਸ ਫਿਰ ਹਸਬੰਡ ਗਰਫਰੈਂਡ ਗਰਫੰਡ ਦੀ ਲੜਾਈ ਹੋਈ ਫੋਨ ਤੋੜਤਾ ਤਾਂ ਮਿਸਚਿਵ ਦਾ ਚਾਰਜ ਲੱਗ ਜਾਂਦਾ ਕਿ ਮਿਸਚਿਵ ਦਾ ਚਾਰਜ ਹੁੰਦਾ ਵੀ ਮੇਰਾ ਇਹਨੇ ਫੋਨ ਤੋੜਤਾ ਜੀ ਗੁੱਸੇ ਚ ਆ ਕੇ ਉਸ ਤੋਂ ਇਲਾਵਾ ਅਟਰਿੰਗ ਥ੍ਰੈਟਸ ਦੇ ਚਾਰਜ ਲੱਗ ਜਾਂਦੇ ਨੇ ਲੜਾਈ ਹੋਈ ਤਾਂ ਆਫ ਕੋਰਸ ਕੋਈ ਨਾ ਕੁਝ ਧਮਕੀ ਦਿੰਦਾ ਬੰਦਾ ਮੈਂ ਤੇਰਾ ਨਾ ਇਹ ਕਰ ਦੂੰਗਾ ਫਿਰ ਕੁੜੀ ਜਾਂ ਮੁੰਡਾ ਫੋਨ ਕਰਕੇ ਦੱਸ ਦਿੰਦੇ ਨੇ ਮੈਨੂੰ ਆ ਕਿਹਾ ਇਹਨੇ ਉਹ ਅਟਰਿੰਗ ਥ੍ਰੈਟਸ ਦੇ ਚਾਰਜ ਲੱਗ ਜਾਂਦੇ ਨੇ ਸੋ ਇਹ ਬੜੇ ਕਾਮਨ ਚਾਰਜ ਨੇ ਜਿਹੜੇ ਆਪਣੇ ਬੰਦੇ ਤੇ ਲੱਗਦੇ ਨੇ ਜਾਂ ਪੋਜੈਸ਼ਨ ਆਫ ਡਰੱਗਸ ਦੇ ਬਹੁਤ ਲੱਗਦੇ ਨੇ ਜਿਨ੍ਹਾਂ ਕੋਲੇ ਕੋਈ ਡਰੱਗ ਸੋ ਇਹ ਚੀਜ਼ਾਂ ਜਦੋਂ ਵੀ ਤੁਹਾਡੇ ਤੇ ਚਾਰजेस ਲੱਗ ਜਾਂਦੇ ਨੇ ਤਾਂ ਜੇ ਤੁਸੀਂ ਇਹਨਾਂ 'ਚ ਗਿਲਟੀ ਪਾਏ ਜਾਂਦੇ ਹੋ ਤਾਂ ਡਿਪੈਂਡਿੰਗ ਔਨ ਤੁਹਾਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ਜੇਲ੍ਹ ਟਾਈਮ ਤਾਂ ਚਲੋ ਬਾਅਦ ਦੀ ਗੱਲ ਹੈ ਜੇਲ੍ਹ ਟਾਈਮ ਨਾ ਵੀ ਮਿਲੇ ਤਾਂ ਤੁਹਾਨੂੰ ਤੁਹਾਡੇ ਰਿਕਾਰਡ ਤੇ 5 ਸਾਲ ਲਈ ਵੀ ਰਹਿ ਸਕਦਾ ਉਹ 3 ਸਾਲ ਲਈ ਵੀ ਰਹਿ ਸਕਦਾ ਡਿਪੈਂਡਿੰਗ ਔਨ ਤੁਹਾਨੂੰ ਕੀ ਮਿਲਦਾ ਤੇ ਜੇ ਤੁਸੀਂ ਗਿਲਟੀ ਪਾਏ ਜਾਓਗੇ ਸਟੂਡੈਂਟ ਤੇ ਵਰਕਰ ਸਪੈਸ਼ਲੀ ਉਹ ਬੰਦੇ ਡਿਪੋਰਟ ਹੋ ਸਕਦੇ ਨੇ ਆ ਇਵਨ ਪੀਆਰ ਵੀ ਡਿਪੋਰਟ ਹੋ ਜਾਂਦੇ ਹੁੰਦੇ ਨੇ ਕਈ ਆਫੈਂਸਿਸ ਲਈ ਸੋ ਕੈਨੇਡਾ ਦਾ ਲਾਅ ਇਹ ਕਹਿੰਦਾ ਕਿ ਜੇ ਤੁਸੀਂ ਕਿਸੇ ਹਜ਼ੀ ਆਫੈਂਸ ਲਈ ਚਾਰਜ ਹੋ ਜੋ ਜਿਹਦੀ ਸ ਕ੍ਰਿਮਨਲ ਕੋਡ ਦੇ ਵਿੱਚ 10 ਸਾਲ ਜਾਂ 10 ਸਾਲ ਤੋਂ ਵੱਧ ਹੈ ਤੇ ਤੁਸੀਂ ਉਹਦੇ ਦੋਸ਼ੀ ਪਾਏ ਜਾਓ ਤਾਂ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਲਾਅ ਦੇ ਅੰਦਰ ਇਨਐਡਮਿਸਿਬਲ ਹੋ ਜਾਂਦੇ ਹੋ ਤੇ ਤੁਸੀਂ ਡਿਪੋਰਟ ਹੋ ਸਕਦੇ ਹੋ ਡਿਪੋਰਟ ਹੋ ਜਾਂਦੇ ਹੋ ਇਵੈਂਚੁਅਲੀ ਪੀਆਰ ਹੁਣ ਇਹਦਾ ਐਗਜ਼ਾਮਪਲ ਹੈ ਡਰਿੰਕਿੰਗ ਐਂਡ ਡਰਾਈਵਿੰਗ ਡਰਿੰਕਿੰਗ ਐਂਡ ਡਰਾਈਵਿੰਗ ਦੀ 10 ਸਾਲ ਦੀ ਸਜ਼ਾ ਹੈ ਮੈਕਸਿਮਮ ਸੋ ਜਿਹੜਾ ਬੰਦਾ ਤੇ ਇੰਪੇਅਰਡ ਆਪਰੇਸ਼ਨ ਦੇ ਚਾਰਜ ਲੱਗ ਜਾਂਦੇ ਨੇ ਚਾਹੇ ਉਹ ਪੀਆਰ ਵੀ ਹੈ ਉਹਦੀ ਪੀਆਰ ਕੈਨਸਲ ਹੋ ਜਾਂਦੀ ਹੈ ਜੋ ਗਿਲਟੀ ਪਾਏ ਜਾਂਦਾ ਉਹ ਡਿਪੋਰਟ ਹੋ ਜਾਂਦਾ ਸਿਟੀਜ਼ਨ ਤੇ ਕੋਈ ਇਫੈਕਟ ਨਹੀਂ ਹੁੰਦਾ ਕਿ ਸਟੂਡੈਂਟਸ ਤੇ ਵਰਕਰਸ ਲਈ ਥ੍ਰੈਸ਼ੋਲਡ ਹੋਰ ਘਟਾ ਹੈ ਸਟੂਡੈਂਟਸ ਤੇ ਵਰਕਰਸ ਨੂੰ ਜ਼ਰੂਰੀ ਨਹੀਂ ਕਿ 10 ਸਾਲ ਦਾ ਆਫੈਂਸੀ ਹੋਵੇ ਉਹਨਾਂ ਨੂੰ ਹੋਰ بڑے ਆਫੈਂਸਸ ਨੇ ਜਿਹੜੇ ਉਸ ਤੋਂ ਘੱਟ ਸੀਰੀਅਸ ਆਫੈਂਸਸ ਵੀ ਨੇ ਉਹਨਾਂ 'ਚ ਵੀ ਡਿਜੀਬਿਲਟੀ ਪਾਏ ਜਾਂਦੇ ਨੇ ਤੇ ਕਨਵਿਕਟ ਹੋ ਜਾਂਦੇ ਨੇ ਬੇਸਿਕਲੀ ਇੱਕ ਵਰਡ ਹੈ ਕਨਵਿਕਟ ਕਨਵਿਕਸ਼ਨ ਜੇ ਕਨਵਿਕਟ ਹੋ ਜਾਂਦੇ ਨੇ ਤਾਂ ਉਹ ਡਿਪੋਰਟ ਹੋ ਜਾਂਦੇ ਨੇ ਜੇ ਉਹ ਉਹਨਾਂ ਨੂੰ ਡਿਸਚਾਰਜ ਮਿਲ ਜਾਂਦਾ ਹੈ ਕਿ ਡਿਸਚਾਰਜ ਕਰਕੇ ਸਜ਼ਾ ਹੁੰਦੀ ਹੈ ਜਿਹੜੀ ਸਭ ਤੋਂ ਥੱਲੇ ਵਾਲੀ ਸਜ਼ਾ ਹੁੰਦੀ ਹੈ ਡਿਸਚਾਰਜ ਕਨਵਿਕਸ਼ਨ ਨਹੀਂ ਹੁੰਦੀ ਸੌਰੀ ਡਿਸਚਾਰਜ ਡੈਪੂਟੇਸ਼ਨ ਨਹੀਂ ਹੁੰਦੀ ਕਨਵਿਕਸ਼ਨ ਚ ਡੈਪੂਟੇਸ਼ਨ ਹੋ ਜਾਂਦੀ ਹੁੰਦੀ ਹੈ ਸੋ ਕਹਿਣ ਦਾ ਮਤਲਬ ਹੈ ਕਿ ਬਚ ਕੇ ਰਹੋ ਕਿਸੇ ਵੀ ਚੀਜ਼ ਨਾਲ ਤੁਸੀਂ ਯਾਦ ਰੱਖੋ ਕਿ ਤੁਸੀਂ ਕੈਨੇਡਾ ਕਿਉਂ ਆਏ ਹੋ ਜੇ ਆਪਾਂ ਪਰਚਾ ਹੀ ਪਾਉਣੇ ਸੀ ਆਪਣੇ ਤਾਂ ਆਪਾਂ ਇੰਡੀਆ ਕਿਹੜਾ ਮਾੜਾ ਸੀਗਾ ਇੰਡੀਆ ਵੀ ਆਪਾਂ ਪਵਾ ਸਕਦੇ ਸੀ ਇੰਡੀਆ ਦਾ ਚਲੋ ਹਸਣ ਵਾਲੀ ਗੱਲ ਹੈ ਵੀ ਇੰਡੀਆ ਦਾ ਪਰਚਾ ਪਵਾ ਕੇ ਮੈਨੇਜ ਵੀ ਹੋ ਜਾਂਦਾ ਹੁੰਦਾ ਠੀਕ ਹੈ ਜੀ ਫਿਰ ਜੇ ਪਰਚਾ ਹੀ ਪਾਉਣਾ ਸੀ ਉੱਥੇ ਹੀ ਪਾ ਲੈਂਦੇ ਆਪਾਂ ਆਪਣੇ ਆਪ ਤੇ ਇੱਥੇ ਤੁਸੀਂ ਪਰਚਾ ਪਵਾ ਕੇ ਆਪਣੇ ਆਪ ਨੂੰ ਇੱਕ ਤਾਂ ਰਿਕਾਰਡ ਖਰਾਬ ਕਰੋਗੇ ਅਰੇਸਟ ਹੋਵੋਗੇ ਕੇਸ ਚੱਲੇਗਾ ਲਾਇਰ ਦੀ ਫੀਸ ਦੋਗੇ ਕੋਰਟ ਕੱਲ ਨੂੰ ਫਾਈਲ ਲਾਏਗੀ ਉਦੋਂ ਬਾਅਦ ਸ਼ਾਇਦ ਡਿਪੋਰਟ ਵੀ ਹੋ ਜਾਓ ਤਾਂ ਤੁਸੀਂ ਸੋਚੋ ਵੀ ਇਹ ਆਪਾਂ ਚਾਹੁੰਦੇ ਆ ਕਿ ਆਪਾਂ ਸਾਰੀ ਉਮਰ ਇਸ ਕੰਟਰੀ ਤੇ ਰਹਿਣਾ ਚਾਹੁੰਦੇ ਆ ਫਿਰ ਆਪਾਂ ਹੋਰ ਤਰੀਕੇ ਲੱਭਦੇ ਆ ਜੇ ਆਪਾਂ ਨੂੰ ਇਹ ਨੌਬਤ ਹੀ ਆ ਜਾਂਦੀ ਹੈ ਫਿਰ ਬੰਦੇ ਮੈਂ ਦੇਖਿਆ ਹੋਰ ਤਰੀਕੇ ਲੱਭਦੇ ਹੁਣ ਜੇ ਅਸੀਂ ਰੈਫਿਊਜੀ ਕੇਸ ਲਾ ਦਈਏ ਹੁਣ ਜੇ ਅਸੀਂ ਯੂਐਸ ਚਲ ਜਾਈਏ ਜੇ ਇਲੀਗਲ ਹੋ ਗਏ ਆਹ ਕਰ ਲੀਏ ਸੋ ਉਹ ਚੀਜ਼ਾਂ ਵੀ ਦੇਖੋ ਟੈਂਪਰੇਰੀ ਸੋਲੂਸ਼ਨ ਨੇ ਤੁਸੀਂ ਹੈਡ ਦੇ ਅੰਦਰ ਇਲੀਗਲ ਹੋ ਤੁਸੀਂ ਜਿੱਥੇ ਵੀ ਹੋ ਉਹਨਾਂ ਦੇ ਦਾਣੇ ਲੱਗਿਆ ਲੱਗਿਆ ਨਹੀਂ ਲੱਗੇ ਨਾ ਲੱਗਿਆ ਤਾਂ ਪਹਿਲਾਂ ਆਪਾਂ ਉਹ ਸਿਚੁਏਸ਼ਨ ਵਿੱਚ ਫਸਣਾ ਹੀ ਕਿਉਂ ਆ ਜੇ ਆਪਣੇ ਕੋਲੇ ਅ ਮਤਲਬ ਚੁਆਇਸ ਹੁੰਦੀ ਹੈ ਹਰ ਬੰਦੇ ਦੀ ਵੀ ਕ੍ਰਿਮੀਨਲ ਲਾਅ ਦੇ ਨਾਲ ਫਸਣਾ ਜਾਂ ਨਾ ਫਸਣਾ ਹਨਾ ਆਪਾਂ ਕਿਉਂ ਚੀਜ਼ਾਂ ਕਰੀਏ ਸੋ ਮੈਂ ਹੁਣ ਇੱਕ ਟ੍ਰੈਂਡ ਦੇਖ ਰਿਹਾ ਜੀ ਨਵਾਂ ਜਿਹੜਾ ਸ਼ੁਰੂ ਹੋਇਆ ਮੇਰੇ ਕੋਲੇ ਸ਼ਾਇਦ 25 30 ਕੇਸ ਆ ਗਏ ਹੋਣੇ ਪਿਛਲੇ ਕੁਝ ਮਹੀਨਿਆਂ ਚ ਜਿਨ੍ਹਾਂ ਦੀ ਆਲਮੋਸਟ ਸੇਮ ਸਟੋਰੀ ਹੈ ਤੋ ਮੈਂ ਵੀ ਹੈਰਾਨ ਹੋ ਗਿਆ ਸੀ ਕਿ ਜਿਵੇਂ ਬੰਦੇ ਮੇਰੇ ਕੋਲ ਤਿਆਰੀ ਕਰਕੇ ਆ ਰਹੇ ਹੁੰਦੇ ਨੇ ਸੇਮ ਗੱਲ ਦੱਸਦੇ ਨੇ ਮੈਨੂੰ ਰੈਂਡਮ ਬੰਦੇ ਆ ਕੇ ਸੋ ਉਹ ਸਟੋਰੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਸਟੋਰੀ ਦੱਸਣਾ ਪਹਿਲਾਂ ਪਹਿਲਾਂ ਜਿਵੇਂ ਆਪਾਂ ਕਹਿੰਦੇ ਸੀਗੇ ਜੀ ਕਿ ਬੰਦੇ ਪਹਿਲਾਂ ਟਾਈਮਾਂ 'ਚ ਹੁੰਦਾ ਸੀ ਕਿ ਜਦੋਂ ਬੰਦੇ ਬਾਹਰ ਆਉਂਦੇ ਸੀ ਪਹਿਲਾਂ ਉਹ ਤਾਂ ਪਰਿਵਾਰ ਪਿੱਛੇ ਹੁੰਦਾ ਸੀ ਪਰਿਵਾਰ ਹੌਲੀ-ਹੌਲੀ ਜਦੋਂ ਬਾਹਰ ਆਉਂਦਾ ਸੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਸਾਡੇ ਦਾ ਜੀ ਇਹਨੇ ਦੁਬਾਰਾ ਇਹਨੇ ਹੋਰ ਕੋਈ ਲੇਡੀ ਨਾਲ ਰਿਲੇਸ਼ਨ ਹੈ ਦਾ ਜਾਂ ਕੋਈ ਦੂਜਾ ਵਿਆਹ ਕਰਾ ਲਿਆ ਉਹਦੇ ਤੋਂ ਵੀ ਬੱਚੇ ਨੇ ਇਹੋ ਜਿਹੀਆਂ ਗੱਲਾਂ ਪਤਾ ਲੱਗਦੀਆਂ ਸੀ ਉਦੋਂ ਬੰਦੇ ਐਕਸਪਲੋਇਟ ਕਰਦੇ ਹੁੰਦੇ ਸੀ ਲੇਡੀਆਂ ਨੂੰ ਹੁਣ ਟ੍ਰੈਂਡ ਰਿਵਰਸ ਹੋ ਗਿਆ ਜੀ ਹੁਣ ਸੇਮ ਚੀਜ਼ ਕੁੜੀਆਂ ਕਰ ਰਹੀਆਂ ਨੇ ਸੋ ਹੁਣ ਕੀ ਹੋ ਗਿਆ ਮੈਂ ਅੰਦਾਜ਼ਾ ਵੀ ਜਿਵੇਂ ਇੱਕ ਐਗਜ਼ਾਮਪਲ ਸਟੋਰੀ ਕੀ ਕੁੜੀ ਤੇ ਮੁੰਡੇ ਦਾ ਇੰਡੀਆ ਚ ਵਿਆਹ ਹੋਇਆ ਜਿੱਥੇ ਉਹਨਾਂ ਨੇ ਐਗਰੀ ਕੀਤਾ ਵੀ ਅਸੀਂ ਕੁੜੀਗਾਲ ਨੇ ਸਾਰਾ ਖਰਚ ਕੁੜੀਆਂ ਦਾ ਕੁੜੀ ਵਾਲਿਆਂ ਦਾ ਸਾਰਾ ਖਰਚਾ ਚੱਕਾਂਗੇ ਤੇ ਆਇਲਸ ਤੇ ਪੈਸੇ ਦੇਵਾਂਗੇ ਕੁੜੀ ਆਇਲਸ ਕਰੇਗੀ ਬਾਹਰ ਜਾਏਗੀ ਤੇ ਮੁੰਡੇ ਦਾ ਵਰਕ ਪਰਮਿਟ ਲਵਾ ਕੇ ਮੁੰਡੇ ਨੂੰ ਵੀ ਬਾਹਰ ਲੱਗੇ ਜਾਏਗੀ ਕੁੜੀ ਕਰਦੀ ਹੈ ਸਾਰਾ ਕੁਝ ਹੋ ਜਾਂਦਾ ਬਾਹਰ ਆ ਜਾਂਦੀ ਹੈ ਬਾਹਰ ਆ ਕੇ ਪਹਿਲਾਂ ਜਦੋਂ ਆ ਜਾਂਦੀ ਹੈ ਉਹ ਪਹਿਲਾਂ ਡਿਲੇ ਕਰਦੀ ਰਹਿੰਦੀ ਹੈ ਮੁੰਡੇ ਦੀ ਵਰਕ ਪਰਮਿਟ ਐਪਲੀਕੇਸ਼ਨ ਨਹੀਂ ਲੈਂਦੀ ਸਾਲ ਡੇਢ ਸਾਲ ਲਗਾ ਦਿੰਦੀ ਹੈ 2 ਸਾਲ ਲਗਾ ਜਿੰਨਾ ਵੀ ਹੁੰਦਾ ਫਿਰ ਹੌਲੀ ਹੌਲੀ ਚਲੋ ਬੁਲਾ ਲੈਂਦੀ ਹੈ ਜਾਂ ਮੁੰਡਾ ਆਪੇ ਹੱਥ ਪੱਲਾ ਮਾਰ ਕੇ ਲਵਾ ਲੈਂਦਾ ਆਪਣਾ ਵਰਕ ਪਰਮਿਟ ਜਦੋਂ ਮੁੰਡਾ ਆਂਦਾ ਮੁੰਡਾ ਲੈਂਡ ਹੁੰਦਾ ਮੁੰਡਾ ਫੋਨ ਕਰਦਾ ਕਿ ਮੈਂ ਆ ਗਿਆ ਕੁੜੀ ਕਹਿ ਦਿੰਦੀ ਹੈ ਵੀ ਅੱਛਾ ਤੂੰ ਆ ਗਿਆ ਤਾਂ ਗਿਆ ਵੀ ਹੁਣ ਤੂੰ ਮੇਰੇ ਕੋਲ ਨਾ ਆਈ ਵੀ ਤੇਰਾ ਮੇਰਾ ਕੋਈ ਰਿਲੇਸ਼ਨ ਨਹੀਂ ਹੁਣ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਮੇਰਾ ਕੋਈ ਹੋਰ ਬੌਏਫ੍ਰੈਂਡ ਆ ਮੈਂ ਉਹਦੇ ਨਾਲ ਹ ਹੁਣ ਹੈ ਗਈਆਂ ਤੇ ਤੇਰਾ ਮੇਰਾ ਕੋ ਰਿਲੇਸ਼ਨ ਨਹੀਂ ਮੇਰਾ ਕੰਮ ਸੀ ਤੈਨੂੰ ਬਾਹਰ ਬੁਲਾਉਣਾ ਇਹੀ ਇਹੀ ਕੰਟਰੈਕਟ ਕਰਕੇ ਬੇਸਿਕਲੀ ਆਪਣਾ ਵਿਆਹ ਹੋਇਆ ਸੀ ਤੂੰ ਆ ਗਿਆ ਹੁਣ ਤੂੰ ਆਪਣੇ ਰਾ ਮੇ ਆਪਣੇ ਰਾ ਚਲੋ ਮੁੰਡੇ ਨੂੰ ਬੜਾ ਸ਼ੌਕ ਲੱਗਦਾ ਕਿ ਆ ਕੀ ਹੋ ਗਿਆ ਮੇਰੇ ਨਾਲ ਪਰ ਮੁੰਡਾ ਕਹਿੰਦਾ ਵੀ ਚਲੋ ਮੈਂ ਹੁਣ ਆ ਗਿਆ ਕੀ ਕਰ ਸਕਦੇ ਆ ਜੋ ਹੋ ਗਿਆ ਸੋ ਹੋ ਗਿਆ ਮੁੰਡਾ ਕਿਸੇ ਬੇਸਮੈਂਟ ਚ ਕਿਸੇ ਮੁੰਡਿਆ ਨਾਲ ਹੋ ਰਹਿਣ ਲੱਗ ਜਾਂਦਾ ਇੰਨੇ ਚ ਕੁੜੀ ਦਾ ਜਿਹੜਾ ਬੌਏਫ੍ਰੈਂਡ ਉਹਦੀ ਵਾਈਫ ਦਾ ਬੌਏਫ੍ਰੈਂਡ ਹੈ ਕਈ ਕਈ ਕੇਸਿਸ ਦੇ ਵਿੱਚ ਇਸ ਕੇਸ ਦੇ ਵਿੱਚ ਮੈਂ ਕਹੂੰਗਾ ਕਈ ਕੇਸਿਸ ਦੇ ਵਿੱਚ ਕੁੜੀ ਮਿਲਦੀ ਵੀ ਹੈ ਕਦੀ ਵਾਰੀ ਉਹਨੂੰ SIM ਨੰਬਰ ਦਵਾ ਦਿੰਦੀ ਹੈ SIM ਕਾਰਡ ਦਵਾ ਦਿੰਦੀ ਹੈ ਬੇਸਿਕ ਕੰਮ ਕਰਾ ਦਿੰਦੀ ਹੈ ਫਿਰ ਕਹਿੰਦੀ ਹੈ ਵੀ ਹੁਣ ਮੇਰਾ ਆ ਬॉयਫਰੈਂਡ ਆ ਤੂੰ ਆਪਣੇ ਰਾ ਮੈਂ ਆਪਣੇ ਰਾ ਉਦੋਂ ਬਾਅਦ ਕੀ ਹੁੰਦਾ ਕੁੜੀ ਦਾ ਜਿਹੜਾ ਬॉयਫਰੈਂਡ ਆ ਉਹ ਉਹਦੇ ਹਸਬੈਂਡ ਕੁੜੀ ਦੇ ਹਸਬੈਂਡ ਨੂੰ ਫੋਨ ਕਰਨਾ ਸ਼ੁਰੂ ਕਰ ਦਿੰਦਾ ਤੇ ਉਹ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੰਦਾ ਵੀ ਉਹ ਕੁੜੀ ਦੇ ਬਿਹਾਫ ਤੇ ਵੀ ਫਲਾਣੀ ਕੁੜੀ ਉਹਨੂੰ 1000 ਡਾਲਰ ਚਾਹੀਦਾ ਉਹਨੇ ਫੋਨ ਲੈਣਾ ਉਹਨੂੰ 3000 ਡਾਲਰ ਚਾਹੀਦਾ ਉਹਨੇ ਫੀਸ ਭਰਨੀ ਆ ਉਹਨੂੰ 500 ਚਾਹੀਦਾ ਤਾਂ ਆ ਹੁਣ ਮੁੰਡਾ ਇੱਕ ਦੋ ਬੋਏਫ੍ਰੈਂਡ ਮੰਗਦਾ ਹਸਬੈਂਡ ਤੋਂ ਕੁੜੀ ਦੇ ਮੌਜੂਦਾ ਹਸਬੈਂਡ ਤੋਂ ਅੱਛਾ ਹਸਬੈਂਡ ਕਹਿੰਦਾ ਕਿ ਮੈਂ ਤਾਂ ਮੈਂ ਕਿਉਂ ਦਵਾ ਪੈਸੇ ਵੀ ਹੁਣ ਤਾਂ ਸਾਡਾ ਅਡੱਡ ਹੋ ਗਏ ਅਸੀਂ ਕੁੜੀ ਧਮਕੀਆਂ ਦਿੰਦੀ ਹੈ ਵੀ ਜੇ ਤੂੰ ਪੈਸੇ ਨਹੀਂ ਦੇਵੇਂਗਾ ਮੈਂ ਤੇਰਾ ਚਾਰਜ ਲਵਾ ਦੂੰਗੀ ਤੇ ਇੱਕ ਦੋ ਵਾਰੀ ਮੁੰਡਾ ਪੈਸੇ ਦੇ ਵੀ ਦਿੰਦਾ 500 ਜੋ ਬੰਦਾ ਕਹਿੰਦਾ ਮੈਂ ਤਾਂ ਆਪ ਨਵਾਂ ਆ ਜਾਂ ਜੋਰ ਬੰਦਾ ਮੁਕਰ ਜਾਂਦਾ ਕੁੜੀ ਨੂੰ ਫੋਨ ਕਰਦੀ ਹੈ ਤੇ ਚਾਰਜ ਲਵਾ ਦਿੰਦੀ ਹੈ ਚਾਰਜ ਕਿਹਜਲੇ ਲਵਾਉਂਦੀ ਆ ਉਹ ਜਿਵੇਂ ਆਪਾਂ ਕਹਿ ਦਈਏ ਐਗਜ਼ੈਜਰੇਟ ਕਰਕੇ ਅਸਾਲਟ ਸੈਕਸ ਅਸਾਲਟ ਐਕਸਟਰਸ਼ਨ থেਫਟ ਮਿਸਟਿਫ ਅ ਅਟਰ ਥ੍ਰੈਟਸ ਇਸ ਤਰ੍ਹਾਂ ਦੇ ਚਾਰਜ ਲਵਾ ਦਿੰਦੇ ਨੇ ਹੁਣ ਕਈ ਕੇਸਿਸ ਦੇ ਵਿੱਚ ਤਾਂ ਕੈਨੇਡਾ ਆ ਕੇ ਮੁੰਡਾ ਹਾਲ ਤੱਕ ਕੁੜੀ ਨੂੰ ਮਿਲਿਆ ਵੀ ਨਹੀਂ ਹੁੰਦਾ ਇੱਕ ਵਾਰ ਵੀ ਤੇ ਉੱਤੇ ਚਾਰ ਲੱਗ ਜਾਂਦੇ ਨੇ ਕਈ ਕੇਸਿਸ ਦੇ ਵਿੱਚ ਮੁੰਡਾ ਹਲੇ ਮੁੰਡੇ ਨੂੰ ਕੈਨੇਡਾ ਆਏ 12 ਦਿਨ ਹੋਏ ਨੇ ਕਿਸੇ 'ਚ ਹਫਤਾ ਹੋਇਆ ਕਿਸੇ 'ਚ ਮਹੀਨਾ ਹੋਇਆ ਕਿਸੇ ਦੋ ਮਹੀਨੇ ਹੋਏ ਨੇ ਹੁਣ ਬੰਦੇ ਤੇ ਚਾਰਜ ਲੱਗ ਗਏ ਬੰਦਾ ਜੇਲ੍ਹ ਚ ਚਲਾ ਗਿਆ ਜਦੋਂ ਇੰਨੇ ਸੀਰੀਅਸ ਚਾਰਜ ਲੱਗ ਜਾਂਦੇ ਨੇ ਕੋਰਟ ਪੁਲਿਸ ਨੂੰ ਛੱਡਦੀ ਨਹੀਂ ਹੈਗੀ ਪੁਲਿਸ ਨੂੰ ਜੱਜ ਕੋਲੇ ਪੇਸ਼ ਕਰਦੀ ਹੈ ਬੇਲ ਹਿਅਰਿੰਗ ਲਈ ਹੁਣ ਜਦੋਂ ਇੰਨੇ ਸੀਰੀਅਸ ਚਾਰਜ ਲੱਗੇ ਹੁਣ ਕੋਰਟ ਕਹਿੰਦੀ ਹੈ ਵੀ ਸਾਨੂੰ ਤੂੰ ਕੋਈ ਜ਼ਮਾਨਤੀ ਆ ਲੈ ਕੇ ਆ ਛੋਟੀ ਲੈ ਕੇ ਆ ਤਾਂ ਛੱਡਾਂਗੇ ਹੁਣ ਮੁੰਡਾ ਤਾਂ ਆਪ ਹਲੇ 2 ਹਫ਼ਤੇ ਪਹਿਲਾਂ ਆਇਆ ਮਹੀਨਾ ਪਹਿਲਾਂ ਆਇਆ ਉਹਨੂੰ ਕੋਈ ਜਾਣਦਾ ਹੀ ਨਹੀਂ ਤੇ ਇੰਨੇ ਨਵੇਂ ਬੰਦੇ ਦੀ ਕੋਈ ਜ਼ਿੰਮੇਵਾਰੀ ਚੱਕਣ ਨੂੰ ਵੀ ਤਿਆਰ ਨਹੀਂ ਹੁੰਦਾ ਫਿਰ ਤੁਸੀਂ ਕੁਝ ਪ੍ਰੋਮਿਸ ਵੀ ਕੋਰਟ ਅਮਾਉਂਟ ਵੀ ਪ੍ਰੋਮਿਸ ਕਰਨਾ ਹੁੰਦਾ ਕੋਰਟ ਨੂੰ ਵੀ 500 ਡਾਲਰ 1000 ਡਾਲਰ ਵੀ ਜੇ ਬੰਦਾ ਕੰਡੀਸ਼ਨਾਂ ਤੋੜੇਗਾ ਤਾਂ ਛੋਟੀ ਇੰਨੇ ਪੈਸੇ ਦੇਵੇਗਾ ਫਿਰ ਕੋਰਟ ਨੂੰ 2 2 3 3 ਮਹੀਨੇ ਜੇਲ੍ਹ ਚ ਹੀ ਬੈਠੇ ਰਹਿੰਦੇ ਨੇ ਜਸਟ ਬਿਕੋ ਉਹਨਾਂ ਕੋਲ ਛੋਟ ਹੀ ਨਹੀਂ ਹੈਗਾ ਉਹ ਨਵੇਂ ਆਏ ਨੇ ਤੇ ਉਹਨਾਂ 'ਤੇ ਝੂਠੇ ਚਾਰजेस ਲੱਗੇ ਨੇ ਇਹ ਹੋ ਰਿਹਾ ਆਪਣੇ ਇਹ ਹੋ ਰਿਹਾ ਇਹ ਐਕਚੁਅਲ ਗੱਲਾਂ ਨੇ ਜੀ ਮੈਂ ਕੋਈ ਕੇਸਿਸ ਨੇ ਮੇਰੇ ਕੋਲੇ ਕੇਸਿਸ ਆਉਂਦੇ ਨੇ ਮੇਰੇ ਕੋਲ ਨੇ ਤਾਂ ਹੋਰ ਵਕੀਲਾਂ ਕੋਲ ਵੀ ਹੋਣਗੇ ਬੜਾ ਕੁਝ ਹੁਣ ਬੰਦਾ ਆ ਗਿਆ ਚਲੋ ਬੰਦੇ ਨੂੰ ਵੀ ਹੁਣ ਖੁੰਦਕ ਚੜ ਗਈ ਕਿ ਯਾਰ ਇਹ ਵੀ ਕਿਹੜੀ ਗੱਲ ਸੀਗੀ ਮੇਰੇ 'ਤੇ ਚਾਰਜ ਹੀ ਲਵਾ ਤੇ ਮੇਰੇ ਤਾਂ ਲਾਈਫ ਹੀ ਖਰਾਬ ਕਰ ਦੇ ਹੁਣ ਇਹਦੇ ਚਾਰਜ ਨੇ ਵੀ ਉਹ ਕੱਲ ਨੂੰ ਡਿਪੋਟੀਸ਼ਨ ਦਾ ਵੀ ਖਤਰਾ ਬੰਦੇ 'ਤੇ ਹਲੇ ਬੰਦਾ ਆਇਆ ਹੋਣਾ ਬੰਦਾ ਕੀ ਕਰਦਾ ਕੁੜੀ ਦੀ ਹਰ ਅੱਜ ਇੱਕ ਅੱਜਕੱਲ ਹਰੇਕ ਬੰਦੇ ਕੋਲ ਇੱਕ ਦੂਸਰੇ ਦੀਆਂ ਵੀਡੀਓਜ਼ ਇੰਟੀਮੇਟ ਵੀਡੀਓਜ਼ ਜਾਂ ਫੋਟੋਜ਼ ਹੁੰਦੀਆਂ ਨੇ ਉਹਦੀ ਕੁੜੀ ਦੀ ਫੋਟੋਆਂ ਜਾਂ ਵੀਡੀਓਜ਼ ਲੀਕ ਕਰ ਦਿੰਦਾ ਉਹਦੇ ਪੇਰੈਂਟਸ ਨੂੰ ਕਿਸੇ ਨੂੰ ਇੱਧਰ ਉੱਧਰ ਨੂੰ ਆਪਦੀ ਘਰ ਦੀ ਦੀ ਹੁਣ ਉਹ ਇਲਿਗਲ ਹੈ ਜੀ ਤੁਸੀਂ ਕਰ ਨਹੀਂ ਸਕਦੇ ਜੇ ਤੁਸੀਂ ਉਹ ਕਰ ਦਿੰਨੇ ਹੋ ਕੁੜੀ ਦੁਬਾਰਾ ਪੁਲਿਸ ਨੂੰ ਫੋਨ ਕਰਦੀ ਹੈ ਮੁੰਡੇ ਤੇ ਇੱਕ ਹੋਰ ਪਬਲਿਕੇਸ਼ਨ ਆਫ ਇੰਟੀਮੇਟ ਇਮੇਜ ਦਾ ਚਾਰਜ ਲੱਗ ਜਾਂਦਾ ਦੁਬਾਰਾ ਅੰਦਰ ਹੋ ਜਾਂਦਾ ਹੁਣ ਬੇਲਬੀਲ ਨਹੀਂ ਹੋਰ ਔਖੀ ਹੋ ਜਾਂਦੀ ਹੈ ਬੰਦੇ ਨੇ ਪਹਿਲਾਂ ਤਾਂ ਝੂਠ ਸੀਗਾ ਹੁਣ ਸੱਚਾ ਹੋ ਗਿਆ ਹੁਣ ਸੱਚਾ ਵੀ ਹੋ ਜਾਂਦਾ ਠੀਕ ਹੈ ਜੀ ਹੁਣ ਫੇਰ ਕੀ ਹੁੰਦਾ ਇੰਨੇ ਚ ਇੰਡੀਆ ਚ ਮੁੰਡੇ ਦੇ ਘਰ ਵਾਲੇ ਕੁੜੀ ਦੇ ਘਰ ਵਾਲਾਂ ਤੇ ਪਰਚਾ ਕਰਾ ਦਿੰਦੇ ਨੇ ਵੀ ਤੁਸੀਂ ਅਸਰਨਾ ਆ ਕੀ ਕਰਦਾ ਸਾਡੇ ਮੁੰਡੇ ਨਾਲ ਉੱਥੇ ਕੀ ਕਰਤਾ ਉੱਥੇ ਅੱਡੇ ਤੋਂ ਪਰਚੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖੋ ਵੀ ਜੇ ਮੈਂ ਕਹੂੰਗਾ ਵੀ ਕੁੜੀ ਦਾ ਕਿਸੇ ਹੋਰ ਨਾਲ ਹੀ ਰਿਲੇਸ਼ਨ ਸੀਗਾ ਤੁਸੀਂ ਸਿੰਪਲ ਡਿਵੋਰਸ ਹੀ ਲੈ ਲਓ ਤੇ ਖਤਮ ਕਰੋ ਗੱਲ ਨੂੰ ਤੁਸੀਂ ਕੀ ਹਾਂ ਵੀ ਤੁਸੀਂ ਚਾਰਜਸ ਝੂਠੇ ਲਵਾਉਣੇ ਤਾਂ ਪਹਿਲੀ ਗੱਲ ਉਹ ਵੀ ਇਲੀਗਲ ਹੈ ਤੁਸੀਂ ਕਿਸੇ ਝੂਠੇ ਚਾਰਜਸ ਲਵਾ ਰਹੇ ਹੋ ਅ ਜੇ ਕੁਝ ਸੱਚੇ ਨੇ ਤੁਸੀਂ ਐਗਜ਼ੈਗਰੇਟ ਕਰਕੇ ਲਵਾ ਰਹੇ ਹੋ ਤੂੰ ਸੀ ਉਸ ਬੰਦਾ ਵਾਲੇ ਨਵਾਂ ਨਵਾਂ ਆਇਆ ਉਹਦੀ ਲਾਈਫ ਕਿਵੇਂ ਖਰਾਬ ਕਰਤੀ ਠੀਕ ਹੈ ਐਂਡ ਤੇ ਜਾ ਕੇ ਚਾਰजेस ਡ੍ਰੌਪ ਵੀ ਹੋ ਜਾਂਦੇ ਨੇ ਪਰ ਜੇ ਕੋਈ ਸੱਚੇ ਚਾਰजेस ਨੂੰ ਅਪਰੂਵ ਵੀ ਹੋ ਜਾਂਦੇ ਨੇ ਜੇ ਉਹ ਝੂਠੇ ਨੇ ਤਾਂ ਡ੍ਰੌਪ ਹੋ ਜਾਂਦੇ ਨੇ ਚਾਰजेस ਪਰ ਉਹ ਜਿਹੜਾ ਕਿ 6-8 ਮਹੀਨੇ ਸਾਲ ਜਿਹੜਾ ਕੇਸ ਚੱਲਿਆ ਉਹਨੇ ਲॉयर ਦੀ ਫੀਸ ਦਿੱਤੀ ਹਲੇ ਨਵਾਂ ਨਵਾਂ ਆਇਆ ਉਹਦੇ ਕੋਲ ਲੋਕਾਂ ਕੋਲ ਜੋਬ ਵੀ ਨਹੀਂ ਹੁੰਦੀ ਜਾਂ ਜੇ ਜੋਬ ਲੱਭ ਰਹੇ ਹੁੰਦੇ ਨੇ ਉਹ ਰਿਕਾਰਡ ਤੇ ਨਵਾਂ ਬੰਦਾ ਆਇਆ ਰਿਕਾਰਡ ਤੇ ਚਾਰजेस ਬੋਲਦੇ ਨੇ ਸੱਤ ਚਾਰजेस ਜੋਬ ਵੀ ਨਹੀਂ ਕੋਈ ਦਿੰਦਾ ਕੈਸ਼ ਤੇ ਕੋਈ ਕੰਮ ਕਰਦਾ ਬੰਦਾ ਇਲੀਗਲੀ ਕੁਝ-ਕੁਝ ਹੋਰ ਕਰਦਾ ਫੇਰ ਇੰਨੇ ਚ ਮੈਂਟਲ ਸਟ्रेस ਜਿਹੜਾ ਬੰਦੇ ਨੂੰ ਆਇਆ ਬੰਦੇ ਦਾ ਕੈਨੇਡਾ ਦਾ ਕੀ ਐਕਸਪੀਰੀਅੰਸ ਰਹਿ ਗਿਆ ਉਹ ਆਇਆ ਤੇ ਉਹਦੇ ਆ ਉਹਨੂੰ ਕੈਨੇਡਾ ਨੈਗੇਟਿਵ ਹੀ ਲੱਗਣ ਲੱਗ ਜਾਂਦਾ ਬੰਦੇ ਕਈ ਮੁੜੀ ਜਾਂਦੇ ਨੇ ਜਾਂ ਪਿੱਛੇ ਘਰ ਦੇ ਜ਼ਮੀਨਾਂ ਵੇਚ ਦਿੰਦੇ ਨੇ ਲਾਇਰ ਦੀ ਫੀਸ ਦੇਣ ਲਈ ਸੋ ਇਹ ਇੱਕ ਮੈਂ ਟ੍ਰੈਂਡ ਦੇਖ ਰਿਹਾ ਹੁਣ ਇਹਦੇ ਵਿੱਚ ਦੇਖੋ ਜੀ ਆਪਾਂ ਕੁੜੀਆਂ ਦੀ ਵੀ ਗਲਤੀ ਨਹੀਂ ਕਰ ਸਕਦੇ ਹੋ ਸਕਦਾ ਕੁੜੀਆਂ ਨਾਲ ਵੀ ਐਕਸਪਲੋਇਟੇਸ਼ਨ ਹੋਈ ਹੋਵੇ ਇੰਡੀਆ 'ਚ ਜਦੋਂ ਹਾਲੇ ਇੰਡੀਆ ਤੋਂ ਇੱਥੇ ਆਈਆਂ ਨਹੀਂ ਸੀ ਜਦੋਂ ਤੁਸੀਂ ਕਿਸੇ ਨਾਲ ਬਿਜ਼ਨਸ ਡੀਲਿੰਗ ਕਰ ਰਹੇ ਹਾਂ ਬੇਸਿਕਲੀ ਤੁਸੀਂ ਕਿਸੇ ਨਾ ਫਾਇਦੇ ਕਰਕੇ ਵਿਆਹ ਕਰਾ ਰਹੇ ਹੋ ਵੀ ਇਹ ਕਾਲ ਨੂੰ ਆਇਰਟਸ ਨੰਬਰ ਲੈ ਆ ਕੇ ਸਾਡੇ ਮੁੰਡੇ ਨੂੰ ਬਾਹਰ ਲੈ ਕੇ ਜਾਏਗੀ ਹੋ ਸਕਦਾ ਉਹਦੇ ਇਨੋਸਰ ਰਵਈਆ ਉਹਦੇ ਤੱਕ ਠੀਕ ਨਾ ਹੋਇਆ ਹੋਵੇ ਪਹਿਲਾਂ ਹੋ ਸਕਦਾ ਉਹਨੂੰ ਐਕਸਪਲੋਇਟ ਹੈਰਸ ਕਰਦੇ ਹੋਣ ਤਾਂ ਕੁੜੀ ਕਹਿੰਦੀ ਹੋਵੇ ਹੁਣ ਮੇਰੇ ਹੱਥੇ ਆਇਆ ਤੁਸੀਂ ਮੈਂ ਵੀ ਬਦਲਾ ਲੂੰਗੀ ਮੈਂ ਵੀ ਐਡਵਾਂਟੇਜ ਚੱਕੂੰਗੀ ਜੇ ਤੁਸੀਂ ਮੇਰੇ ਐਡਵਾਂਟੇਜ ਚੱਕੀ ਹੈ ਸੋ ਇਹ ਹੈ ਕਿ ਤਾੜੀ ਦੇਖੋ ਦੋਨੋਂ ਹੱਥਾਂ ਨਾਲ ਵੱਜਦੀ ਹੈ ਇਹ ਨਹੀਂ ਹੈਗਾ ਕਿ ਵੀ ਮੁੰਡੇ ਵਾਲੇ ਬਹੁਤ ਇਨੋਸੈਂਟ ਹੋਣਗੇ ਹੋ ਸਕਦਾ ਉਹਨਾਂ ਨੇ ਇਹਜੀਆਂ ਚੀਜ਼ਾਂ ਕੀਤੀਆਂ ਹੁਣ ਜਿਹਦੇ ਕਰਕੇ ਕੁੜੀ ਨੂੰ ਇਹ ਸਟੈਪ ਹੀ ਚੱਕਣਾ ਪੈ ਗਿਆ ਹੋਵੇ ਚਾਹੇ ਉਹ ਇਲੀਗਲ ਸਟੈਪ ਹੈ ਵੀ ਉਹ ਸਟੈਪ ਹੀ ਚੱਕ ਲਿਆ ਵੀ ਮੈਂ ਬਸ ਹੋ ਗਈ ਕੁੜੀ ਦੀ ਵੀ ਹੁਣ ਮੇਰੇ ਕੋਲੇ ਪਾਵਰ ਹੈ ਹੁਣ ਮੈਂ ਯੂਜ਼ ਕਰੂੰਗੀ ਆਦਰਵਾਇਜ਼ ਕਿਉਂ ਕੋਈ ਹਸਬੰਡ ਵਾਈਕ ਦੂਸਰੇ ਦੇ ਖਿਲਾਫ ਇੰਨੀ ਜ਼ਿਆਦਾ ਰੰਜਿਸ਼ ਰੱਖਣਗੇ ਵੀ ਉਹ ਇੱਕ ਦੂਸਰੇ ਦੀ ਜਿਵੇਂ ਦੁਨੀਆ ਤਬਾਹ ਕਰਨ ਤੱਕ ਚਲੇ ਜਾਣਗੇ ਇਦਾਂ ਵੀ ਹੋ ਸਕਦਾ ਨਾ ਜਿੱਦਾਂ ਤੁਸੀਂ ਕਹਿ ਤਾ ਠੀਕ ਹੈ ਕਈ ਵਾਰੀ ਪਿੱਛੋਂ ਨਾ ਵੀ ਹੋਇਆ ਹੋਵੇ ਕੋਈ ਪ੍ਰੋਬਲਮ ਇੱਥੇ ਲੈਂਡ ਕੀਤੀ ਹੋ ਸਕਦਾ ਉਹ ਤਾਂ ਪਹਿਲਾਂ ਤੋਂ ਇੱਥੇ ਉਹ ਵੀ ਹੈਗਾ ਉਹ ਤਾਂ ਹੈ ਹੀ ਹੈ ਪਰ ਮੈਂ ਕਹਿੰਨਾ ਵੀ ਕੁਝ ਕੁਝ ਕੇਸੇ ਤੇ ਵੀ ਹੋ ਸਕਦਾ ਕੁੜੀਆਂ ਵੀ ਜਸਟੀਫਾਈਡ ਹੋਣ ਮਤਲਬ ਜਸਟੀਫਿਕੇਸ਼ਨ ਨਹੀਂ ਆਪਾਂ ਦੇ ਸਕਦੇ ਕਿਸੇ ਤੇ ਹਾਂ ਨਹੀਂ ਉਹੀ ਮੈਂ ਉਸੇ ਤੇ ਮੈਂ ਉਸੇ ਗਲਤੇ ਆ ਰਿਹਾ ਹਾਂ ਕਿ ਹੋ ਸਕਦਾ ਵੀ ਉਹਦਾ ਇੱਥੇ ਬੋਏਫਰੈਂਡ ਹੋਵੇ ਪਿੱਛੇ ਕੁਝ ਨਾ ਹੋਇਆ ਹੋਵੇ ਬਹੁਤ ਵਧੀਆ ਰਹੇ ਹੋਣ ਬਟ ਜਦੋਂ ਹੈਗਾ ਹੀ ਕੰਟਰੈਕਟ ਹੈ ਇਟ ਵਾਸ ਅ ਕੰਟਰੈਕਟ ਨਾ ਐਟ ਦੀ ਐਂਡ ਤੇ ਜਦੋਂ ਇੱਥੇ ਆ ਕੇ ਉਹਨੂੰ ਹੋ ਸਕਦਾ ਵੀ ਕੋਈ ਹੋਰ ਵਧੀਆ ਮੁੰਡਾ ਮਿਲ ਗਿਆ ਹੋਵੇ ਤੇ ਉਹਨੇ ਕਿਹਾ ਹੋਵੇ ਤੇ ਇਸ ਸਿਨੈਰੀ ਅੰਦਰ ਆ ਕੇ ਹੋ ਸਕਦਾ ਵੀ ਜਿਹੜਾ ਉਹਦਾ ਹਸਬੰਡ ਆ ਰਿਹਾ ਉਹ ਅਡਿਅਲ ਹੋ ਗਿਆ ਹੋਵੇ ਵੀ ਮੈਂ ਤਾਂ ਨਹੀਂ ਛੱਡਣਾ ਮੇਰੇ ਮੁੰਡੇ ਸ਼ੱਕੀ ਵੀ ਹੋ ਜਾਂਦੇ ਨੇ ਜੀ ਬਹੁਤ ਜ਼ਿਆਦਾ ਇਹ ਵੀ ਮੈਂ ਦੇਖਿਆ ਉਹ ਕੁੜੀ ਇੱਥੇ ਆ ਜਾਂਦੀ ਇਹਨੂੰ ਸਾਰਾ ਦਿਨ ਫੋਨ ਕਰੀ ਜਾਣਾ ਦਿਨ ਰਾਤ ਫੋਨ ਕਰੀ ਜਾਣਾ ਉਹਨੂੰ ਸ਼ੱਕ ਕਰੀ ਜਾਣਾ ਹੁਣ ਤੂੰ ਕਿੱਥੇ ਐ ਫੋਟੋਆਂ ਭੇਜ ਕਿਹਦੇ ਨਾਲ ਐ ਗੱਲ ਕਰਾ ਇਹ ਵੀ ਦੇਖੋ ਥੋੜੀ ਜੀ ਗਲਤ ਗੱਲ ਐ ਮੈਂ ਮੈਨੂੰ ਮੈਂ ਸਮਝੂਗਾ ਦੇਖੋ ਜੇ ਕਿਸੇ ਦਾ ਟਰਸਟ ਐ ਤਾਂ ਟਰਸਟ ਹੈਗਾ ਜੇ ਨਹੀਂ ਹੈਗਾ ਤਾਂ ਨਹੀਂ ਹੈਗਾ ਉਹ ਉਹ ਕੁੜੀ ਨੇ ਤੁਹਾਡੇ ਫੋਨ ਕਰਨ ਨਾਲ ਘਰੇ ਨਹੀਂ ਬਹਿ ਜਾਣਾ ਉਹ ਕੁੜੀ ਨੇ ਤੁਹਾਡੇ ਫੋਟੋ ਖਿੱਚੇ ਨਾਲ ਉਹ ਫੋਟੋ ਕਿਸੇ ਨਾਲ ਵੀ ਖਿੱਚ ਕੇ ਭੇਜ ਸਕਦੀ ਹੈ ਜਿਹਨੇ ਜੋ ਕਰਨਾ ਚਾਹੇ ਮੁੰਡਾ ਚਾਹੇ ਕੁੜੀ ਆ ਜੇ ਮੁੰਡੇ ਨੇ ਚੀਟ ਕਰਨਾ ਕਰਨਾ ਹੀ ਹੈ ਕੁੜੀ ਨੇ ਕਰਨਾ ਕਰਨਾ ਹੀ ਹੈ ਜਿਹਨੇ ਨਹੀਂ ਕਰਨਾ ਉਹਨੇ 100 ਬੰਦਾ ਉਹਦੇ ਅੱਗੇ ਉਹਨੇ ਫੇਰ ਵੀ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਮੁੰਡੇ ਵੀ ਆ ਕਰਨ ਲੱਗ ਜਾਂਦੇ ਨੇ ਜੀ ਹੁਣ ਗੱਲ ਇਹ ਆ ਕਿ ਇਹਦੇ ਵਿੱਚ ਐਟ ਦੀ ਐਂਡ ਆ ਉਹ ਜਿਹੜੇ ਪੇਰੈਂਟਸ ਪਿੱਛੇ ਬੈਠੇ ਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਵੀ ਇਹਨੇ ਪੈਸੇ ਲਾ ਕੇ ਵੀ ਭੇਜਿਆ ਬਾਹਰ ਭੇਜਿਆ ਕੁੜੀ ਦੀ ਲਾਈਫ ਤਬਾਹ ਹੋ ਗਈ ਮੁੰਡੇ ਦੀ ਲਾਈਫ ਤਬਾਹ ਡਿਵੋਰਸ ਹੋ ਗਿਆ ਮੈਂਟਲ ਸਟ्रेस ਹੋ ਗਿਆ ਉਹ ਤਾਂ ਆਪਾਂ ਸੋਚਦੇ ਹੀ ਨਹੀਂ ਇਸ ਤੋਂ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਮਾਰਦੀ ਹੈ ਉਹ ਮਾਰਦੀ ਹੈ ਸਮਾਜ ਜਲੀ ਲੋਕ ਕੀ ਕਹਿਣਗੇ ਭਾਵੇਂ ਕੌਂਟ੍ਰੈਕਟ ਸੀਗਾ ਨਹੀਂ ਸੀਗਾ ਉਹ ਜਿਹੜਾ ਕੇਸ ਦੀ ਮੈਂ ਗੱਲ ਕਰਦਾ ਨਾ ਵੀ ਜਿਹੜੇ ਇਨਸਟੈਂਸ ਦੀ ਵੀ ਪਿੱਛੋਂ ਸਾਰਾ ਕੁਝ ਵਧੀਆ ਰਿਹਾ ਹੋਵੇ ਹੋ ਸਕਦਾ ਕੁੜੀ ਨੂੰ ਇੱਥੇ ਆ ਕੇ ਕੋਈ ਵਧੀਆ ਮਿਲ ਗਿਆ ਹੋਵੇ ਉਹਦਾ ਕਸੂਰ ਨਹੀਂ ਹੋ ਸਕਦਾ ਮਿਲ ਗਿਆ ਹੋਵੇ ਵਧੀਆ ਤੇ ਉਸ ਕੇਸ ਦੇ ਅੰਦਰ ਆ ਕੇ ਕੋਈ ਸਮਾਜ ਦੀ ਲੋਕ ਦੀ ਇੱਜ਼ਤ ਕਰਕੇ ਬੰਦੇ ਨੇ ਨਾ ਛੱਡਿਆ ਹੋਵੇ ਦੈਨ ਸਿਚੁਏਸ਼ਨ ਦੇਖੋ ਜੀ ਹਾਂ ਨਹੀਂ ਗੱਲ ਇਹ ਹੈ वैसे आपा आप किते किना किते सारे बंदे दोगले हां जे तुसी जी देखो कॉन्ट्रैक्ट ही ਕੀਤਾ ਤਾਂ ਠੋਕੇ ਜਾਂ ਤਾਂ कॉन्ट्रैक्ट ਹੀ ਕਰ ਲੋ ਸਾਰਿਆਂ ਨੂੰ ਕਹੋ ਵੀ ਹਾਂ ਅਸੀਂ ਕਰ ਰਿਹਾ ਹੁਣ ਹੋ ਸਕਦਾ ਕੁੜੀ ਨੂੰ ਇੱਥੇ ਆ ਕੇ ਕੁੜੀ ਸਟੂਡੈਂਟ ਆਈਏ ਕੁੜੀ ਨੂੰ ਕੋ ਪੀਆਰ ਲੱਗ ਗਿਆ ਉਹ ਕਹਿੰਦੀ ਵੀ ਸਿੱਧਾ ਆਪਾਂ ਪੀਆਰ ਹੀ ਹੋਵਾਂਗੇ ਹੁਣ ਵਿਆਹ ਕਰਾ ਕੇ ਕਿਉਂਕਿ ਉਹਨੇ ਵੀ ਤਾਂ ਫਾਇਦਾ ਨੁਕਸਾਨ ਹੀ ਆਪਾਂ ਅਗੇਨ ਆਪਾਂ ਫਾਇਦੇ ਨੁਕਸਾਨ ਤੇ ਨਹੀਂ ਜਾਂਦੇ ਹੋ ਸਕਦਾ ਕੋਈ ਵੀਰੀ ਬੰਦਾ ਵੀ ਵਧੀਆ ਮਿਲ ਗਿਆ ਹੋਵੇ ਜਿਹਦੇ ਨਾਲ ਉਹਦੀ ਅੰਡਰਸਟੈਂਡਿੰਗ ਵਧੀਆ ਬਣਦੀ ਹੋਵੇ ਇਸ ਕਰਕੇ ਇਹ ਬਹੁਤ ਕੰਪਲਿਕੇਟਿਡ ਚੀਜ਼ਾਂ ਨੇ ਇਹ ਤਾਂ ਚਲੋ ਉੱਪਰੋਂ ਆਪਣਾ ਦਿਖ ਦਿਖਰੀਆਂ ਨੇ ਜਿਹੜੀਆਂ ਆਪਾਂ ਚੀਜ਼ਾਂ ਵੀ ਕੁੜੀ ਨੇ ਚਾਰਜ ਲਵਾਤੇ ਸੱਚੇ ਸੀ ਝੂਠੇ ਸੀ ਜੋ ਵੀ ਸੀਗਾ ਪਰ ਇਹਨਾਂ ਦਾ ਜੜਾ ਇਹ ਕਿੱਥੇ ਕਿੱਥੋਂ ਸ਼ੁਰੂ ਹੋ ਰਹੇ ਨੇ ਉਹ ਆਪਾਂ ਨੂੰ ਦੇਖਣਾ ਪੈਣਾ ਵੀ ਜਿਹੜੇ ਮਾਪੇ ਪਹਿਲਾਂ ਐਨਕੋਰੇਜ ਕਰਦੇ ਨੇ ਕੰਟਰੈਕਟ ਮੈਰਿਜ ਨੂੰ ਵੀ ਪੈਸੇ ਲਓ ਦੋ ਉਹਨੂੰ ਨਾਰਮਲਾਈਜ਼ ਕੀਤਾ ਹੋਇਆ ਆਪਾਂ ਵੀ ਆਓ ਇੱਥੇ ਆ ਕੇ ਤੁਸੀਂ ਛੱਡ ਦਿਓ ਜੀ ਪੀਆਰ ਲੈ ਲਈ ਕੱਲ ਨੂੰ ਤੁਸੀਂ ਚਲੋ ਮੰਨ ਲਓ ਅਸੀਂ ਡਿਵੋਰਸ ਵੀ ਲੈ ਲਿਆ ਨਹੀਂ ਵੀ ਚਾਰਜ ਲੱਗੇ ਵੀ ਐਵੇਂ ਕਿਬਲੀ ਅਸੀਂ ਰਜ਼ਾ ਮੰਦੀਨਾ ਡਿਵੋਰਸ ਵੀ ਲੈ ਲਿਆ ਸਾਡਾ ਹੋਰ ਵਿਆਹ ਹੋ ਗਿਆ ਤੁਸੀਂ ਕੱਲ ਨੂੰ ਆਪਣੇ ਬੱਚਿਆਂ ਨੂੰ ਕੀ ਦੱਸੋਗੇ ਕਿ ਤੁਹਾਡਾ ਮੇਰਾ ਪਹਿਲਾਂ ਜੀ ਕਿਸੇ ਹੋਰ ਨਾਲ ਵਿਆਹ ਸੀ ਮੈਂ ਸਿਰਫ ਕੈਂਡਾਉਣ ਕਰਕੇ ਕਰਾਇਆ ਸੀਗਾ ਹੁਣ ਮੈਂ ਕਿਸੇ ਹੋਰ ਨਾਲ ਚਲੇਗੀ ਮੁੰਡਾ ਵੀ ਆਈ ਦੱਸੇਗਾ ਕਿ ਮੇਰਾ ਪਹਿਲਾਂ ਕਿਸੇ ਹੋਰ ਨਾਲ ਸੀ ਉਹ ਬੱਚੇ ਕਹਿਣਗੇ ਵੀ ਅੱਛਾ ਇਹ ਤਾਂ ਨਾਰਮਲ ਗੱਲ ਹੈ ਤਾਂ ਅਸੀਂ ਆਪਣਾ ਕੋਈ ਫਾਇਦਾ ਕਢਾਉਣ ਲਈ ਕਿਸੇ ਨਾਲ ਕੁਝ ਕਿਉਂ ਨਾ ਕਰੀਏ ਫਿਰ ਫਿਰ ਰਿਲੇਸ਼ਨਸ਼ਿਪਸ ਕਿੱਥੇ ਰਹਿ ਗਏ ਬੌਂਡਿੰਗ ਕਿੱਥੇ ਰਹਿ ਗਈ ਲਾਇਲਟੀ ਕਿੱਥੇ ਰਹਿ ਗਈ ਤੇ ਇਸ ਚੀਜ਼ਾਂ ਲਈ ਤਾਂ ਆਪਣੀ ਕੌਮ ਜਾਣੀ ਜਾਂਦੀ ਹੈ ਆਪਣੀ ਕਮਿਊਨਿਟੀ ਫਿਰ ਆਪਾਂ ਗੱਲੀਆਂ ਢੀਂਆਂ ਢੀਂਆਂ ਕਰਦੇ ਆਂ ਪਿੱਛੋਂ ਸਾਡਾ ਆ ਕੰਮ ਹੈ ਫਿਰ ਅਸੀਂ ਆਪਣੇ ਆਪ ਨੂੰ ਕਹਿੰਨੇ ਆਂ ਅਸੀਂ ਬਹੁਤ ਤਗੜੇ ਆਂ ਮਤਲਬ ਸਾਨੂੰ ਆਪਣੇ ਆਪ ਦੇ ਅੰਦਰ ਦੇਖਣਾ ਚਾਹੀਦਾ ਵੀ ਅਸੀਂ ਆ ਕੀ ਕਰ ਰਹੇ ਆਂ ਮਤਲਬ ਫਿਰ ਆਪਾਂ ਪਤਾ ਕੀ ਕਰਦੇ ਆਂ ਜੀ ਕੈਨੇਡਾ ਦੇ ਵਿੱਚ ਆ ਕੇ ਨਾ ਆਪਾਂ ਸਾਰੀ ਦੁਨੀਆ ਨੂੰ ਬਲੇਮ ਕਰ ਲਾਂਗੇ ਇੱਥੇ ਸਰਕਾਰ ਦੀ ਗਲਤੀ ਹੈ ਇੱਥੇ ਜੀ ਮਿੱਠੀ ਜੇਲ ਹੈ ਇਹਦੇ ਫਲਾਣੀ ਵੈਦਰ ਦੀ ਗਲਤੀ ਹੈ ਇੱਥੇ ਉਹਦੀ ਇਹਦੀ ਪੁਲਿਸ ਦੀ ਗਲਤੀ ਇੱਥੇ ਤਾਂ ਆ ਹੈ ਆਪਦੀ ਗਲਤੀ ਨਹੀਂ ਕਦੇ ਆਪਾਂ ਦੇਖਣੀ ਵੀ ਅਸੀਂ ਵੀ ਗਲਤ ਹੋ ਸਕਦੇ ਹਾਂ ਕਿਤੇ ਯਾ ਜੋ ਵੀ ਇੱਥੇ ਰਿਲੇਸ਼ਨਸ਼ਿਪ ਆ ਵਾਲੀ ਸਿਨੈਰੀਓ ਚ ਹੈ ਇਹਦੇ ਅੰਦਰ ਤਾਂ ਥੋੜਾ ਜਿਹਾ ਮੈਚਿਓਰਿਟੀ ਨਾਲ ਡੀਲ ਕਰਨ ਵਾਲੀਆਂ ਗੱਲਾਂ ਨੇ ਸੋ ਯਾ ਅਗੇਨ ਥੈਂਕ ਯੂ ਥੈਂਕ ਯੂ ਫॉर ਕਮਿੰਗ ਹੇਅਰ ਥੈਂਕ ਯੂ ਜੀ ਤੁਸੀਂ ਬੁਲਾਇਆ ਤੇ ਤੁਸੀਂ ਵੀ ਟਾਈਮ ਕੱਢਿਆ ਤੇ ਇਹ ਚੀਜ਼ਾਂ ਜ਼ਰੂਰੀ ਨਹੀਂ ਹੈ ਜੀ ਆਪਣੀ ਕਮਿਊਨਿਟੀ ਤੇ ਪਛਾਣ ਲਈ ਤੇ ਇਸ ਇਹੋ ਜਿਹੇ ਜ਼ਰੀਏ ਦੇ ਦੌਰਾਨ ਮਤਲਬ ਐਵੇਂ ਹੀ ਪਛਾਈਆਂ ਜਾ ਸਕਦੀਆਂ ਨੇ ਇਹ ਚੀਜ਼ਾਂ